हेलो 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 गाइस, की हाल चाल ने सारे दे। एक मिनट यार, बस एक मिनट शुरू करना वा, लेट हो गया एक मिनट। मतलब रियली रियली सॉरी सारे दा। हेलो सौरभ, विराट कोहली, हेलो सौरभ विराट कोहली भाई, हेलो प्रीत गिल, की हाल चाल है। हेलो SSP ऑन ड्यूटी साहब, किदा राजवीर, की हाल चाल, वेलकम बैक। अच्छा गाइस, मैं स्टॉप आवर ना रीसेट करते हैं, ठीक है। ਤੇ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਕਿ ਵੀਕਲੀ 1 'ਚ ਟੌਪ ਆਵਰ ਤੇ ਕੌਣ ਬੈਠਦਾ ਵਾ। ਅੱਜ ਹੁਣ ਰੀਸੈਟ ਕਰਕੇ ਕਰ ਲਿਆ ਮੈਂ, ਤੇ ਚੈੱਕ ਕਰ ਲਿਓ। ਹਜੇ ਕੋਈ ਵੀ ਤੁਹਾਨੂੰ ਰਿਜ਼ਲਟ ਸ਼ੋ ਨਹੀਂ ਹੋਣਾ, ਕਿਉਂਕਿ ਅੱਜ ਹੀ ਹਜੇ ਮੈਂ ਰੀਸੈਟ ਕੀਤੇ ਆ। ਜਿਹੜਾ ਬੰਦਾ ਵੀਕ 1 'ਚ ਆ ਗਿਆ ਬਾਈ, ਇਹਨੂੰ 150 ਰੁਪਇਆ ਮੈਂ ਪੇਟੀਐਮ ਕਰ ਦੂੰਗਾ, ਠੀਕ ਹੈ ਜੀ। ਹਜੇ ਅੱਜ ਹੀ ਕੀਤੇ ਹੀ ਆ। ਪ੍ਰੀਤ ਗਿੱਲ 68 62, ਹੈਲੋ ਜੀ, ਕੀ ਹਾਲ ਚਾਲ? ਵਧੀਆ ਵਧੀਆ ਪ੍ਰੀਤ ਬਾਈ। ਹੈਲੋ ਸਮੀਰ ਗੇਮਰ ਬਾਈ, BGMI ਲਾ ਲਓ। ਹਾਂ ਹਾਂ BGMI, ਬਸ ਇੱਕ ਮਿੰਟ ਦਿਓ ਗਾਈਸ, ਇੱਕ ਮਿੰਟ ਦਿਓ ਯਾਰ। ਮੈਂ ਨਾ ਉਹ ਨਹੀਂ ਕੀਤਾ, ਕੀ ਕਹਿੰਦੇ ਹੁੰਦੇ ਆ, ਲਾਈਕ ਕਾਊਂਟਰ ਨਹੀਂ ਸੈੱਟ ਕੀਤਾ ਹਲੇ। ਲਾਈਕ ਕਾਊਂਟਰ ਮੈਂ ਲੱਗਿਆ ਹੋਇਆ ਵਾ, ਬਾਕੀ ਸਾਰਾ ਤਾਂ ਹੋ ਗਿਆ ਜਾਨ ਜਿੰਨਾ ਵੀ ਸੀਗਾ। ਅਤੇ ਹੋਰ ਦੱਸੋ ਕਿੱਦਾਂ, ਸਾਰੇ ਠੀਕ ਹੋ? ਸਿਹਤਾਂ ਕਿਵੇਂ ਸਾਰੇ ਬੰਦਿਆਂ ਦੀਆਂ? ਯਾਰ ਨਾ ਸਟੋਰੀ ਪਾ ਹੋਈ ਆ, ਕੁਛ ਵੀ ਨਹੀਂ ਕਰ ਰਿਹਾ ਯਾਰ, ਏਡਾ ਲੇਟ ਹੋ ਗਿਆ ਅੱਜ ਮੈਂ। ਨਾ 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 ਨਾ, ਗਾਣਾ ਨਹੀਂ ਗਾਣਾ ਨਹੀਂ ਗਾਣਾ ਨਹੀਂ, ਅੱਗੇ ਗਾਣਾ ਲਾ ਲਾ ਕੇ ਯੈਲੋ ਡੋਲਰ ਆ ਗਿਆ ਭਰਾ ਦਾ, ਹੁਣ ਗਾਣੇ ਵਾਲਾ ਸੀਨ ਨਹੀਂ ਕਰਨਾ। ਬਾਬੇ ਉਹ ਗਰੀਬ ਹੋ ਗਏ, ਗਰੀਬ ਕੱਲ੍ਹ ਲੁੱਟੇ ਗਏ ਆਪਾਂ, ਲੁੱਟ ਲਿਆ ਸਾਰਿਆਂ ਨੇ ਮੈਨੂੰ ਰਲ ਮਿਲ ਕੇ। ਪਤਾ ਕੱਲ੍ਹ ਕਿੰਨਾ ਖਰਚਾ ਹੋਇਆ ਦੱਸ ਨਹੀਂ ਸਕਦਾ, ਕੱਲ੍ਹ ਪੂਰਾ ਹੀ ਲੁੱਟ ਹੋ ਗਿਆ। ਮੈਂ ਤਾਂ ਲੁੱਟੀ ਗਈ, ਮੈਂ ਤਾਂ ਬਰਬਾਦ ਹੋ ਗਈ। ਕੱਲ੍ਹ ਉਹ ਸੀਨ ਹੋਇਆ ਸੀ ਮੇਰੇ ਨਾਲ, ਜੇਬ ਖਾਲੀ ਹੋ ਗਈ ਭਰਾ ਦੀ ਸਾਰੀ ਜਿੰਨੀ ਵੀ ਸੀਗੀ। ਅੱਛਾ ਲਾਈਕ ਵੀ ਸੈੱਟ ਹੋ ਗਏ ਆ, ਅਤੇ ਓਕੇ ਵਿਊ ਵੀ ਸੈੱਟ ਹੋ ਗਏ, ਦੋਵੇਂ ਚੀਜ਼ਾਂ ਹੋ ਗਈਆਂ ਨਾ, 17 ਲਾਈਕ। ਹੋਰ ਸੁਣਾਓ ਕਿੱਦਾਂ, ਕੀ ਹਾਲ ਚਾਲ ਆ? ਹੈਲੋ ਆਸ਼ਿਸ਼, ਕੀ ਹਾਲ ਚਾਲ ਆ? ਹੈਲੋ 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 ਮੇਰੀ ਜਾਨ, ਕਿੱਦਾਂ? ਵੈਲਕਮ ਟੂ ਸਟ੍ਰੀਮ ਯਾਰ। ਮੈਂ ਵੀ ਆਉਣਾ ਵਾਂ, ਕਿੱਥੇ ਆਉਣਾ ਕਿੱਥੇ ਆਉਣਾ ਸਮੀਰ, ਕਹਾਂ ਆਉਣਾ ਚਾਹਤੇ ਹੋ, ਕਹਾਂ ਆਉਣਾ ਚਾਹਤੇ ਹੋ, ਬਤਾਓ ਹਮਕੋ, ਕਹਾਂ ਆਉਣਾ ਚਾਹਤੇ ਹੋ? ਗੇਮ ਸ਼ੁਰੂ ਕਰੀਏ ਯਾਰ, ਕਿੱਦਾਂ? ਅੱਜ ਰੋਇਲ ਪਾਸ ਨਵਾਂ ਆ ਗਿਆ ਵਾ, ਪਰ ਆਇਲ ਨਵੇਂ ਰੋਇਲ ਪਾਸ ਜੋਗੇ UC ਹੈ ਨਹੀਂ ਗੀ। ਪਤਾ ਗਾਈਜ਼, ਮੈਨੂੰ ਬੁਖਾਰ ਆ, ਮੈਂ ਦੱਸ ਨਹੀਂ ਸਕਦਾ ਕਿ ਮੈਨੂੰ ਬੁਖਾਰ ਚੜਿਆ ਹੈ, ਜਿੱਦਾਂ ਵੀ ਅੱਜ ਨਾ ਚਿੱਲ ਮਾਰਨੀ ਆ। ਅਤੇ ਇਹ ਨਹੀਂ ਕਹਿਣਾ ਕਿ ਬਾਈ ਤੇਰਾ ਮੂੰਹ ਲਮਕਿਆ ਲਮਕਿਆ ਕਿਉਂ, ਰਾਤੀ ਪਤਾ ਨਹੀਂ ਭਰਾ ਨੇ ਆਈਸਕ੍ਰੀਮ ਖਵਾਤੀ ਠੰਡੀ ਠੰਡੀ, ਨਾਲ ਤੇ ਇੱਕ ਮੇਰਾ ਹੋ ਗਿਆ ਗਲਾ ਖਰਾਬ, ਉੱਤੋਂ ਮੇਰਾ ਮੈਨੂੰ 100 ਬੁਖਾਰ ਵੀ ਆ। ਮੈਂ ਚੈੱਕ ਕਰਵਾ ਕੇ ਆਇਆ ਅਤੇ ਡਾਕਟਰ ਕਹਿੰਦਾ ਕਿ ਪਾਪਾ ਜੀ ਤੁਹਾਨੂੰ ਬੁਖਾਰ ਹੋ ਚੁੱਕਾ ਵਾ। ਮੈਂ ਕਿਹਾ ਹੁਣ ਕਰੀਏ ਤਾਂ ਕਰੀਏ ਕੀ, ਜੇ ਲਾਈਵ ਨਾ ਕੀਤੀ ਤਾਂ ਕਹਿਣਾ ਕਿ ਬਾਈ ਦੇਖ ਆਇਆ ਹੀ ਨਹੀਂ ਅੱਜ, ਅਤੇ ਇਸ ਕਰਕੇ ਆਪਾਂ ਲਾਈਵ ਵੀ ਆ ਗਏ ਹਾਂ। ਬਰੋ BGMI 'ਚ ਐਡ ਕਰ ਲਓ। ਹਾਂਜੀ ਹਾਂਜੀ ਜਾਨ, ਰਿਕੁਐਸਟ ਸੈਂਡ ਕਰ ਦਿਓ, ਐਡ ਕਰ ਲੈਂਦੇ ਵੀਰੇ, ਕਰ ਲੈਂਦੇ ਹਾਂ। ਹੋਰ ਸੇਤਾ ਕਿਵੇਂ ਸਾਰਿਆਂ ਦੀਆਂ? ਕਰੀਏ ਗੇਮ ਸ਼ੁਰੂ ਯਾਰ, ਬੰਦੇ ਐਡ ਕਰਾਂ ਪਹਿਲਾਂ ਮੈਂ, ਵੇਟ, ਓਪਨ ਤਾਂ ਕੀਤਾ ਹੋਇਆ ਗੇਮ ਪਲੇ, ਆਈਏ ਗੇਮ ਸਕਰੀਨ 'ਤੇ ਆਈਏ ਯਾਰ, ਮੈਨੂੰ ਵੀ ਐਡ ਕਰ ਲਓ, ਤੁਹਾਨੂੰ ਵੀ ਐਡ ਕਰ ਲੈਣੇ ਯਾਰ ਸਾਰੇ। ਯਾਰ ਵੈਸੇ ਗੇਮ 'ਚ ਐਡ ਹੀ ਆ ਮੇਰੇ ਨਾਲ ਗਾਈਸ, ਇਹੋ ਜਿਹਾ ਤਾਂ ਸੀਨ ਹੈ ਨਹੀਂ ਕਿ ਮੈਂ ਕਿਸੇ ਨੂੰ ਐਡ ਨਾ ਕੀਤਾ ਹੋਵੇ। ਲੈ ਵੀ ਲਾਈਕ ਕਾਊਂਟਰ ਫਿਰ ਰੀਫਰੈਸ਼ ਹੋ ਗਿਆ, ਜੇ ਬਾਈ ਲਾਈਕ ਕਰੋ ਠੀਕ ਹੈ ਸਾਰੇ ਭਰਾ ਰਲ ਮਿਲ ਕੇ। ਅੱਛਾ ਜੀ, ਮੈਂ ਟੀ ਸ਼ਰਟ ਕਿਹੜੀ ਪਾਈ ਆ? ਵਾਈਟ ਪਾਈ ਨਾ, ਕਰੈਕਟਰ ਦੇ ਵਾਈਟ ਕੱਪੜੇ ਪਾਈਏ ਬਾਈ, ਕਰੈਕਟਰ ਵੀ ਵਾਈਟ ਵਾਈਟ ਕਰਨਾ ਪੈਣਾ ਮੈਨੂੰ। ਰਾਜਵੀਰ ਸਿਆਂ, SSP ਸਾਹਿਬ ਆ ਜਾਓ, ਵੇਟਿੰਗ ਕਰਦਾ ਪਿਆ ਤੁਹਾਡੀ ਮੈਂ। ਹਲੋ ਗਾਈਸ, ਹਲੋ ਹਲੋ, ਜਿਹੜੇ ਭਰਾਵਾਂ ਕੋਲ ID ਹੈ ਨਹੀਂ, ਹਲੋ ਚੱਕੋ ਆਪਣੀ BGMI ਵਾਲੀ ID, ਰਿਕੁਐਸਟ ਸੈਂਡ ਕਰ ਦਿਓ, ਜਿਹੜੇ ਕਹਿੰਦੇ ਐਡ ਕਰਨਾ ਐਡ ਕਰਨਾ ਐਡ ਕਰਨਾ। ਆ ਜਾਓ, ਸਟੋਰੀ ਪਾ ਲਈਏ ਗਾਈਸ, ਇੰਸਟਾ 'ਤੇ ਸਟੋਰੀ ਨਹੀਂ ਪਾ ਹੋਈ ਯਾਰ, ਸਟੋਰੀ ਪਾਈ ਬਿਨਾਂ ਨਾ ਫਿਰ ਕਈ ਕਹਿੰਦੇ ਬਾਈ ਸਟੋਰੀ ਤੇਰੀ ਸ਼ੋਅ ਨਹੀਂ ਹੋਈ, ਅਸੀਂ ਤਾਂ ਨਹੀਂ ਆਏ, ਹੈ ਨਾ, ਪਾ ਹੀ ਲਈਏ ਸਟੋਰੀ ਯਾਰ, ਆਪਾਂ ਮੇਨ ਕੰਮ ਆਪਣਾ ਕਰ ਹੀ ਲਈਏ। ਲਿਆ ਯਾਰ ਸਟੋਰੀ ਵਾਲਾ ਕੰਮ ਕਰਕੇ ਫਿਰ ਹੀ ਸ਼ੁਰੂ ਕਰਾਂਗੇ। ਲੈ ਵੀ ਇੰਨੀ ਕੁ ਸਟੋਰੀ ਪਾਉਣੀ, ਸਟੋਰੀ ਪੈ ਗਈ, ਭਲਾ ਦੱਸੋ ਮੈਂ ਕੀ ਬੋਲਿਆ ਹੋਊਗਾ? ਜਿਹੜੇ ਜਿਹੜੇ ਬੰਦੇ ਕਹਿੰਦੇ ਨਾ ਭਾਜੀ ਅਸੀਂ ਤੇਰੀ ਲਿਪਸਿੰਗ ਕਰ ਲੈਂਦੇ ਹਾਂ, ਤੂੰ ਲਿਪਸਿੰਗ ਵਿੱਚ ਫੜਿਆ ਜਾਂਦਾ ਕਿ ਤੂੰ ਕੀ ਕਿਹਾ, ਹੁਣ ਦੱਸੋ 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 ਕਿ ਲਿਪਸਿੰਗ ਵਿੱਚ ਮੈਂ ਕੀ ਬੋਲਿਆ ਸੀਗਾ, ਟੈਲ ਮੀ ਰਾਈਟ ਨਾਓ, ਟੈਲ ਮੀ ਟੈਲ ਮੀ, ਹਮ ਦੇਖਣਾ ਚਾਹਤੇ ਹਾਂ ਬਈ।
यार मैं दवाई खानी है हले बेबे भी अज घरे कोई नहीं हैगा। उत्तो गाइस एक देखो आ चीज देखो अज घरे कोई भी है नहीं गा, ना बेबे ना बापू ना भरा कोई भी बंदा है नहीं, कोई भी एक भी बंदा है नहीं। अज गरीब होनी कल्ले घरे अज जे मान लो चोर पै गए तो मैं तो लुटे आना कल्ले ने, फिर मैं कहना हाय मैं लुटी गई मैं बर्बाद हो गई। फिर ये होना ना ऐप ओपनर बस एक मिनट दो गाइस एक मिनट स्टोरी पा लवान यार इंस्टा से स्टोरी पाए बिना ना जो ना चैन जहा नहीं आता यार। वाई तो तीन ले भी स्टोरी पै गई है अज मैं देखो स्टोरी की पाई है कि डॉक्टर करन वीर इज हेयर साला मैं खुद ही बीमार हो गया। ओह क्या उल्टा सीन हो गया भाई क्या उल्टा सीन हो गया, डॉक्टर करन लिखा है तो और खुद ही हम बीमार हो गए हैं, खुद ही मेरे बुखार होया पे उतो। मैं टैप कर लिए शुरू करिए फिर। हाँ लै भी स्टोरी पै गई है भाई स्टोरी पै गई है बाकी सारा काम हो गया। मुकेश गेमिंग वाई टी हैलो हैलो मुकेश भाई की हाल चाल है वेलकम टू स्ट्रीम यार वेलकम वेलकम वेल एस एस पी साहब इन्ना जोर ना दिखाओ यार बंदे कोई ना एक अद्धा मैसेज स्पैम कर दा कर लेंदो ना जो 10-12 करूगा फिर डिलीट कराया करो। ओके 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 हुण होर की होया सीक्रेट एजेंट हैलो हैलो नवनीत की हाल चाल है हैलो वेलकम यार वेलकम वेलकम ज्यादा ज्यादा डिलीट हो जाते मैसेज। ओके शुरू करिए यार। ओ हाँ जी किदा की हाल है गिल राजवीर किदा माइक ओपन कर लो। ਵਧੀਆ ਵਧੀਆ ਵੀਰੇ ਤੁਸੀਂ ਦੱਸੋ ਕੀ ਹਾਲ ਚਾਲ ਘੈਂਟ ਘੈਂਟ ਤੁਸੀਂ ਦੱਸੋ ਬਈ ਆਪਾਂ ਤਾਂ ਵਧੀਆ ਵਧੀਆ ਅੱਜ ਤਾਂ ਮੈਂ ਖੇਡੂੰਗਾ ਅੱਜ ਮੈਂ ਖੇਡੂੰਗਾ ਹੈ ਅੱਜ ਤਾਂ ਮੈਂ ਹੀ ਖੇਡੂੰਗਾ ਖੇਡਣੀ ਗੇਮ ਖੇਡਣੀ ਓਕੇ ਅੱਜ ਤੁਸੀਂ ਖੇਡ ਲਓ ਅੱਜ ਮੈਂ ਤੁਹਾਡੇ ਨਾਲ ਹੀ ਖੇਡੂੰਗਾ ਯਾਰ ਬਹੁਤ ਟਾਈਮ ਓਕੇ ਖੇਡ ਲਿਓ ਇੱਕ ਮਿੰਟ ਯਾਰ ਮੈਂ ਨਾ ਆਨਾ ਕਰੈਕਟਰ ਦੇ ਕੱਪੜੇ ਚੇਂਜ ਕਰ ਲਵਾਂ ਕਿਉਂਕਿ ਅੱਜ ਮੈਂ ਵਾਈਟ ਟੀ ਸ਼ਰਟ ਪਾਈ ਤਾਂ ਜਦ ਵਾਈਟ ਵਾਈਟ ਕਰਨਾ ਸਾਰਾ ਕਰੈਕਟਰ ਆਪਾਂ ਕਰੈਕਟਰ ਦੇ ਨਾਲ ਰਲ ਕੇ ਖੇਡੀ ਦਾ ਬਾਈ ਧੋਖਾ ਨਹੀਂ ਦੇਦਾ ਕਰੈਕਟਰ ਨੂੰ ਅਗਲਾ ਕਹੂਗਾ ਕਿ ਬਾਈ ਮੈਂ ਤੇ ਮੈਂ ਕਿਵੇਂ ਕੀਤਾ ਹੋਇਆ ਕਿ ਮੈਂ ਤਾਂ ਗਲੇਸ਼ੀਅਰ ਵਰਗਾ ਕੀਤਾ ਹੋਇਆ ਗਲੇਸ਼ੀਅਰ ਦੇ ਨਾਲ ਅੱਛਾ ਜੀ ਅੱਛਾ ਯਾਰ ਮੂੰਹ ਦਾ ਹੈ ਨਾ ਰੰਗ ਚਲੋ ਵਾਈਟ ਦੇ ਰਹਿੰਦੇ ਨੇ ਅੱਜ ਅੱਜ ਸਾਰਾ ਵਾਈਟ ਚੱਲੇਗਾ ਵਾਈ ਯਾਰ ਪੂਰਾ ਬਲੈਕ ਕਿਉਂ ਨਹੀਂ ਹੋਇਆ ਇਹ ਹੈ ਪੂਰਾ ਵਾਈਟ ਕਿਉਂ ਨਹੀਂ ਹੋਇਆ ਯਾਰ ਵਿੱਚੋਂ ਕਾਲਾ ਕਾਲਾ ਰਹਿ ਹੀ ਗਿਆ ਚਲੋ ਕੋਈ ਨਾ ਐਂ ਜਾਣ ਦੋ ਜੱਟ ਕਿੱਥੇ ਮਰ ਗਿਆ ਅੱਜ ਜੱਟ ਹਜੇ ਤੱਕ ਆਇਆ ਨਹੀਂ ਚਲੋ ਆਪਾਂ ਟੀਡੀਐਮ ਸ਼ੁਰੂ ਕਰੀਏ ਬਾਕੀ ਕੰਮ ਬਾਅਦ 'ਚ ਦੇਖਦੇ ਹਾਂ ਮਾਸਕ ਬਲੈਕ ਰੱਖੋ ਪੁਰਾਣਾ ਬਲੈਕ ਹੈ ਅੱਛਾ ਪਰਨਾ ਬਲੈਕ ਹੈ ਆਪਕਾ ਇਸ ਲਈ ਮਾਸਕ ਬਲੈਕ ਰੱਖੋ ਮਾਸਕ ਬਲੈਕ ਰੱਖੀਏ ਲੋ ਯਾਰ ਮਾਸਕ ਬਲੈਕ ਕਰ ਦਿੰਦੇ ਹਾਂ ਲੋ ਜੀ ਮਾਸਕ ਆਪਾਂ ਬਲੈਕ ਕਰਤਾ ਹੋਰ ਕੁਛ ਬਲੈਕ ਆਏਗਾ ਕਰਨ ਵਾਲਾ ਗਲਵਜ਼ ਬਲੈਕ ਆਰਮਰ ਨਹੀਂ ਨਹੀਂ ਉਹ ਕਹਿੰਦਾ ਬਲੈਕ ਕਰੋ ਕਹਿੰਦਾ ਮਾਸਕ ਆਪਣਾ ਉਹ ਮੈਂ ਮੇਰਾ ਮੂੰਹ ਥੋੜੀ ਕਾਲਾ ਵਾ ਆਪਣੇ ਜਮਦੂਦ ਤੂੰ ਤਾਂ ਮੇਰਾ ਮੂੰਹ ਹੀ ਕਾਲਾ ਕਰਦਾ ਕਹਿੰਦਾ ਕਹਿੰਦਾ ਮਾਸਕ ਬਲੈਕ ਕਰ ਲਓ ਮਾਮਾ ਹੀਰ ਦਾ ਮੇਰਾ ਮੂੰਹ ਥੋੜੀ ਕਾਲਾ ਵਾ ਯਾਰ ਅੱਜ ਗਾਈਸ ਸੋਰੀ ਆ ਜੇ ਅੱਜ ਜ਼ਿਆਦਾ ਚਿਲ ਨਾ ਮਾਰ ਪਾਇਆ ਤਾਂ ਮੈਨੂੰ ਮਾਫ ਕਰ ਦਿਓ ਯਾਰ ਬੁਖਾਰ ਆ ਮਾੜਾ ਮਾੜਾ ਹਲਕਾ ਹਲਕਾ ਇਸ ਕਰਕੇ ਜਿੰਨਾ ਖੁਸ਼ ਕੋਈ ਕਰਾਂਗੇ ਬਾਕੀ ਜਮਦੂਤ ਆਹ ਗੱਲ ਗਲਤ ਕੀਤੀ ਮੇਰਾ ਮੂੰਹ ਕਾਲਾ ਕਰਕੇ ਬਾਈ ਰਿਕੁਐਸਟ ਚੱਕ ਲਓ ਬਾਈ ਰਿਕੁਐਸਟ ਕੋਈ ਆਈ ਨਹੀਂ ਗੀ ਚੱਕਣੀ ਕਿੱਥੋਂ ਲੋ ਕੋਈ ਰਿਕੁਐਸਟ ਆਏਗੀ ਤਾਂ ਚੱਕੂ ਹੋਰ ਕੀ ਜਮਦੂਤ ਬਾਈ ਏਦਾਂ ਨਹੀਂ ਕਰਨਾ ਚਲੋ ਹੈਲੋ ਸਰਪੰਚ ਵੀਰੇ ਕੀ ਹਾਲ ਚਾਲ ਆ ਲੋਡਿੰਗ ਕੰਗ੍ਰੈਚੁਲੇਸ਼ਨ ਫੋਰ 4K ਥੈਂਕ ਯੂ ਲੋਡਿੰਗ ਮੇਰੀ ਜਾਨ ਗਾਈਸ ਟੌਪ ਆਵਰ ਰੀਫਰੈਸ਼ ਕੀਤੇ ਹੋਏ ਠੀਕ ਹੈ ਤੇ ਟੌਪ ਆਵਰ ਚੈੱਕ ਕਰ ਲਓ ਕਿਹੜਾ ਕਿਹੜਾ ਪਹਿਲੇ ਨੰਬਰ ਤੇ ਆ ਸਾਰੇ ਰੀਫਰੈਸ਼ ਕਰਤੇ ਆ ਮੈਂ ਰਾਜੂ ਨਹੀਂ ਘੋ ਰਿਹਾ ਸਹੀ ਕਰੀ ਕਰੀ ਕਰੀ
ਹੋਰ ਕਿੱਦਾਂ ਸਾਰੇ ਠੀਕ ਹੋ ਕਿੱਦਾਂ ਕਿਵੇਂ ਸਾਰੇ ਬੰਦੇ ਦੀਆਂ I got supplies ਅੱਜ ਮੈਂ ਥੋੜੀ ਕਿ ਚੇਂਜਿੰਗ ਕੀਤੀ ਅੱਜ ਸਟ੍ਰੀਮ ਦੇ ਵਿੱਚ ਵਿੱਚ ਨਾ ਗਾਣੇ ਗੁਣੇ ਸਾਰੇ ਕਲੀਅਰ ਕਰਤੇ ਆ ਜਿੰਨੇ ਪੁਰਾਣੇ ਗੀਤ ਲਾਏ ਸੀ ਸਾਰੇ ਚੱਕ ਚੁੱਕ ਦਿੱਤੇ ਅੱਜ ਮੈਂ ਸਾਰਾ ਕੁਛ ਹੀ ਜਿੱਦਾਂ ਕੱਲ੍ਹ ਨਵੇਂ ਸਿਰੋਂ ਕੀਤਾ ਮੈਂ ਤਿੰਨ ਨੂੰ ਮਿਲੂ ਟੋਪ ਆਵਰ ਦੇ ਵਿੱਚ ਟੋਪ ਆਵਰ ਦੇ ਵਿੱਚ ਨਹੀਂ ਨਹੀਂ ਇੱਦਾਂ ਨਹੀਂ ਕਰਨੀ ਆਪਾਂ ਯਾਰ ਜਿੱਦਾਂ ਜਿੱਦਾਂ ਹੈਗੇ ਉੱਦਾਂ ਕਰਾਂਗੇ ਵੀਰੇ ਹੋਰ ਠੀਕ ਹੋ ਸਭ ਹਾਂਜੀ ਹਾਂਜੀ ਜਾਣ ਪਿੱਛੇ ਦੀ ਘੁੰਮ ਕੇ ਗਿਆ ਹੈਰਾਨ ਹੋ ਗਿਆ ਮੈਂ ਨਾਈਟ ਬੋਟ ਆਈ ਡੀ ਦਿਖਾਉਣ ਦਾ ਓਏ ਗਲਤ ਆਈ ਡੀ ਕਿੱਦਾਂ 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 ਯਾਰ ਨੰਬਰ ਤਿੰਨ ਵੀਰੇ ਸਾਰੇ ਕਿਲ ਚੋਰੀ ਕਰੀ ਜਾਂਦਾ ਬਾਈ ਮੇਰੇ ਯਾਰ ਮੈਂ ਡੈਮੇਜ ਦੇ ਜਾਂਦਾ ਕਿਲ ਚੁੱਕੀ ਜਾਂਦਾ ਯਾਰ ਲੈ ਹੁਣ ਇੱਧਰ ਹੁਣ ਗਿੱਲ ਸਾਹਿਬ ਲੱਗੇ ਹੋਏ ਆ ਵੀਰੇ ਮੈਂ ਰਿਕੁਐਸਟ ਭੇਜ ਸਕਦਾ ਹਾਂਜੀ ਹਾਂਜੀ ਜਾਨ ਭੇਜ ਲਓ ਯਾਰ ਭੇਜ ਲਓ ਹੈਲੋ ਪੀ ਬੀ ਜੈਟ ਹਰਸ਼ ਬਾਈ ਕੀ ਹਾਲ ਚਾਲ ਆ ਵੈਲਕਮ ਟੂ ਸਟ੍ਰੀਮ ਯਾਰ ਫੋਨ ਚੈੱਕ ਕਰੋ ਬਾਈ ਓਕੇ ਮੇਰੀ ਜਾਨ ਮੈਂ ਚੈੱਕ ਕਰਦਾ ਲੈ ਲਓ ਕੇ ਰਿਕੁਐਸਟ ਯਾਰ ਰਿਕੁਐਸਟ ਐਕਸੈਪਟ ਕਰ ਲਾਂਗੇ ਯਾਰ ਕਰ ਲਾਂਗੇ ਐਕਸੈਪਟ ਕਰ ਲਾਂਗੇ ਕਿਹੜੀ ਵੱਡੀ ਗੱਲ ਸਾਰੇ ਮੇਰੇ ਭਰਾ ਲਾਈਕ ਕਰ ਲਓ ਯਾਰ 25 ਲਾਈਕ ਹੋ ਚੁੱਕੇ ਆ ਓਏ 25 ਹੋ ਗਏ ਨਾ 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 ਇਹ ਸਾਡੀ ਸੀਕਰਟ ਏਜੰਟ ਨੇ ਕੁਝ ਕੀਤਾ ਸੀਕਰਟ ਏਜੰਟ ਜੀ ਥੈਂਕ ਯੂ ਮੈਨੂੰ ਵੀ ਐਡ ਕਰ ਲਓ ਕੁਝ ਨਹੀਂ ਸਰਪ੍ਰਾਈਜ਼ ਦਿੰਦੀ ਹਰ ਵਾਰ ਯਾਰ ਯੂ ਆਰ ਅਬਾਊਟ ਟੂ ਵਿਨ ਦ ਬਲੂ ਟੀਮ ਇਜ਼ ਹੈਡਿੰਗ ਟੂ ਹੈਲੋ ਮਡੇਰ ਹੈਲੋ ਹੈਲੋ ਬਾਈ ਕੀ ਹਾਲ ਚਾਲ ਹੈ ਬਲੂ ਟੀਮ ਇਜ਼ ਅਨਸਟੋਪੇਬਲ ਵੈਲਕਮ ਮੇਰੀ ਜਾਨ ਵੈਲਕਮ ਆਹ ਬੰਦਾ ਬਹੁਤ ਗੰਦਾ ਮਰਨ ਦਿਆ ਲੈ ਬਾਮਾ ਕੇਲੀ ਇੱਕ ਕਰਨ ਦਿੱਤਾ ਮੈਨੂੰ ਤਾਂ ਐਡਾ ਧੱਕਾ ਨਾ ਕਰੋ ਮੈਂ ਕਿਹੜੀ ਹੋਣੀ ਹੈ ਕਿੰਨੀ ਆ 12 ਦੀ ਕਿਹੜੀ ਇੱਕ ਵਾਰੀ ਵੀ ਨੀ ਮਰਿਆ ਲਗਾਤਾਰ ਹੀ ਹੈ ਬਾਈ ਕਿਹੜੀ ਰਿਕੁਐਸਟ ਭੇਜ ਰਹੇ ਹੋ ਯਾਰ ਕਿੱਥੇ ਮੈਨੂੰ ਕੋਈ ਰਿਕੁਐਸਟ ਨਹੀਂ ਆ ਰਹੀ ਯਾਰ ਲਾਈਵ ਤੇ ਤੁਹਾਡੇ ਸਾਹਮਣੇ ਦਿਖਾ ਰਿਹਾ ਕੌਣ ਸੀ ਰਿਕੁਐਸਟ ਕੀ ਬਾਤ ਹੋ ਰਹੀ ਹੈ ਬਾਈ ਸਾਹਿਬ ਯਹਾਂ ਤਾਂ ਕੋਈ ਵੀ ਨਹੀਂ ਹੈ ਕੋਈ ਰਿਕੁਐਸਟ ਨਹੀਂ ਹੈਗੀ ਦੁਬਾਰਾ ਆਈ ਡੀ ਦਿਖਾ ਦੀਏਗਾ ਦੁਬਾਰਾ ਦਿਖਾ ਦਿੰਦੇ ਆਈ ਡੀ ਆ ਲਓ ਬਾਈ ਆਈ ਡੀ ਦੇਖ ਲਓ ਦੁਬਾਰਾ ਸੌ ਆਰ ਪੀ ਹੋ ਗਈ ਨਹੀਂ ਨਹੀਂ ਰੋਇਲ ਪਾਸ ਲੈਣਾ ਹਲੇ ਓ ਜੀ ਬਾਈ ਦੂਜੀ ਆਈ ਡੀ ਮੇਰਾ ਭਰਾ ਤੁਹਾਨੂੰ ਕਰਦੇ ਬਾਅਦ ਚ ਐਡ ਮੇਰਾ ਬੰਦਾ ਆਇਆ ਵਾ ਸਾਡਾ ਕੌਣ ਆਇਆ ਹੋਇਆ ਵਾ ਅੱਛਾ ਜੱਟ ਆ ਗਿਆ ਜੱਟ ਓਕੇ ਓ ਜੀ ਵੀਰੇ ਦਿਓ ਸਪੇਸ ਯਾਰ ਜੱਟ ਨੂੰ ਐਡ ਕਰੀਏ ਫਿਰ ਹੁਣ ਆਈ ਆ ਮੈਡ ਮਣੀ ਦੇ ਨਾਮ ਦੀ ਇੱਕ ਰਿਕੁਐਸਟ ਹੈਲੋ ਗਿੱਲ ਕੀ ਹਾਲ ਚਾਲ ਆ ਹੈਲੋ ਹੈਲੋ ਬਈ ਅਲੋਨ ਦੀ ਪਾਰਟੀ ਹੈਲੋ ਅਲੋਨ ਕੀ ਹਾਲ ਚਾਲ ਵੈਲਕਮ ਟੂ ਸਟ੍ਰੀਮ ਯਾਰ ਲਓ ਯਾਰ ਭਾਜੀ ਤੱਕ ਪਈ ਗਏ ਚੇਅਰ ਚਲੋ ਬਈ ਹੈਲੋ ਅੱਛਾ ਮੇਰੀ ਗੱਲ ਸੁਣ ਲਓ ਇੱਕ ਵਾਰੀ ਇਵੈਂਟ ਤੇ ਉਤਰ ਕੇ ਦੂਜੇ ਵਾਰੀ ਨਹੀਂ ਉਤਰਨਾ ਚਾਹੇ ਜੋ ਮਰਜ਼ੀ ਹੋ ਜੇ ਕਿੱਦਾਂ ਜੱਟ ਕੀ ਹਾਲ ਆ ਵਧੀਆ ਵਧੀਆ ਬਾਈ ਠੀਕ ਹੈ ਚਿਕਨ ਕੱਢਣੇ ਆ ਆਪਾਂ ਨੇ ਐ ਕਰਦੇ ਆ ਉਹ ਕਰੀਏ 7 ਚਿਕਨ ਵਾਲਾ ਕਰੀਏ ਹਾਂ ਨਾ ਉਹ ਕਰੀਏ ਪੂਰਾ ਯਾਰ ਘੰਟਾ ਵੱਧ ਲੱਗ ਜੇ ਕੋਈ ਚੱਕਰ ਨਹੀਂ ਕੋਈ ਨਹੀਂ ਗਿੱਲ ਕੀ ਕਹਿ ਰਿਹਾ ਵਾ This is a simulation game set in a virtual world ਗਾਂਧੀ ਕੁੱਟ ਗਿਆ ਹੈਪੀ ਬਰਥਡੇ Please play in moderation. Take frequent breaks oh, and play responsibly. Gandhi kut gaya happy birthday bhai te fir tere hona gill saada nahi hai Gandhi wala scene to vi. Karan bro royal pass loge kya isme yes. Happy birthday kar le bhai ji hale ta main. Aaj happy Gandhi janti hai. Rajveer tu ta kar la tu raat nu karda nahi hai fir. Oye aaj Gandhi janti hai. Hun tu game ch baithe. It is showtime. Oh bolde nahi. Kede bande di? Hello. Haan ji.
ਅੱਜ ਗਾਂਧੀ ਜਯੰਤੀ ਆ? ਹਾਂਜੀ ਹਾਂਜੀ ਗਾਂਧੀ ਜਯੰਤੀ ਅੱਜ। ਅੱਛਾ ਮੈਨੂੰ ਪਤਾ ਹੀ ਨਹੀਂ ਬਾਈ, ਭੇਜਤੀ ਯਾਰ ਰਿਕੁਐਸਟ। ਓਕੇ ਬਾਈ, ਵੈਸੇ ਆਫ ਸਟ੍ਰੀਮ ਪਾਜੀ ਰਾਜਵੀਰ ਗੇਮ ਚ ਬੈਠਾ ਨੂੰ ਤਾਂ ਜਾਤਾ ਕਰ ਲਵੇ। ਵਾਚ ਆਊਟ। ਚਲੋ ਉਹਦੀ ਮਰਜ਼ੀ ਆ। ਕਿੰਨੂ 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 ਆਫ ਸਟ੍ਰੀਮ ਬਾਈ, ਮੈਂ ਖੇਡਦਾ ਨਹੀਂ ਲੋਡਿੰਗ ਮੇਰੀ ਜਾਨ। ਆਫ ਸਟ੍ਰੀਮ ਬਹੁਤ ਘੱਟ ਖੇਡਦਾ ਆਊਟ ਸੇ ਆਫ ਸਟ੍ਰੀਮ ਤੇ। ਬਸ ਮੈਂ ਦੋ ਜਣੀ ਆ ਮੇਰੀਆਂ ਪੱਕੀਆਂ, ਉਹਨਾਂ ਨਾਲ ਖੇਡਦਾ, ਉਹਨਾਂ ਹੋਰ ਕੋਈ ਨਹੀਂ ਹੈਗੀ। ਤੇਰੀ ਗੱਲ ਕਰਦਾ ਮੈਂ ਕਿ ਤੂੰ ਰਾਤ ਨੂੰ ਕਰਦਾ ਨਹੀਂ ਫਿਰ। ਓ ਯਾਰ ਹੁਣ ਨਾ ਕਰ, ਓਏ ਉਹਨੂੰ ਗੁੱਸਾ ਆ ਗਿਆ ਯਾਰ। ਕਿਦਾਂ ਹੈ ਤਾਂ ਹਾਸੀ ਮਖੌਲ ਤੇ ਗੇਮ ਤਾਂ ਸਿਰਫ ਦੇ ਗੇਮ ਤੇ ਤੈਨੂੰ ਕਿਸੇ ਨੇ ਬਾਹਰ ਕਹੇ ਤਾਂ ਇੱਕ ਵਾਰੀ ਵੀ ਫੇਰ ਗਏ ਸਿਰਫ ਗੇਮ ਚ। ਉਹ ਗੱਲ ਤਾਂ ਨਹੀਂ ਮੈਂ ਮੰਨਦਾ। ਚਲੋ ਚਲੋ ਫੋਕਸ ਔਨ ਦਾ ਗੇਮ, ਪਰੇ ਤਾਂ ਸਹੀ ਕੋਈ ਗੱਲ ਸਾਰੀ ਦੇਖੀ ਫਿਰ ਉਹਦੇ ਤੇ ਗਾਲ ਭਰੋਣੀ ਹੈ। ਗਾਂਧੀ ਜੀ ਆਪਕੀ ਜਨਤੀ ਮਨਾਈ ਮਨਾਨੀ ਹੈ, ਅਕਾਊਂਟ ਮੇ 1 ਕਰੋੜ ਭੇਜੋ। ਇਹ ਤਾਂ ਗਾਂਧੀ ਜੀ ਕੋ ਪੁੱਛਣਾ ਪੜੇਗਾ ਫਿਰ। ਟੀਮ ਕੋਡ ਵਗੈਰਾ ਤੁਸੀਂ ਕਰਦੇ ਹੋ? ਹਾਂ ਟੀਮ ਕੋਡ ਕਰਦੇ ਹਾਂ। ਦੇਖਿਓ ਹੁਣ ਇੱਦਾਂ ਨਾ, ਹੁਣ ਅਗਲੇ ਮੈਚ ਵਿੱਚ ਮੈਂ ਜੱਟ ਨੂੰ ਅਤੇ ਰਾਜਵੀਰ ਨੂੰ ਅਤੇ ਗਿੱਲ ਨੂੰ ਕਿੱਕ ਮਾਰ ਦੇਣੀ ਆ ਅਤੇ ਫਿਰ ਨਵੇਂ ਬੰਦੇ ਐਡ ਕਰਨੇ, ਠੀਕ ਹੈ? ਮੈਂ ਅਤੇ ਉਦੋਂ ਫਿਰ ਮੈਂ ਜਿਹੜੇ ਚੈਟ ਵਾਲੇ ਬੰਦੇ ਆ ਨਾ, ਫਿਰ ਉਹਨਾਂ ਨੂੰ ਮੈਂ ਉਹਨਾਂ ਨਾਲ ਫਿਰ ਮੈਂ ਗੇਮ ਖੇਡਣੀ ਆ। ਫਿਰ ਮੈਂ ਉਹਨਾਂ ਨੂੰ ਨਵਿਆਂ ਬੰਦੇ ਨਾਲ ਗੇਮ ਖੇਡਣੀ। ਫਿਰ ਮੈਂ ਫਿਰ ਬਾਅਦ ਚ ਫਿਰ ਨਾ ਫਿਰ ਇਹਨੇ ਕਹਿਣਾ ਭਾਜੀ ਧੱਕਾ। ਫਿਰ ਬਾਅਦ ਚ ਜਦ ਮੈਨੂੰ ਇਹਨਾਂ ਨੇ ਕਿੱਕ ਮਾਰਤੀ, ਫਿਰ ਨਹੀਂ 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 ਮੇਰੀ ਪੂਰੀ ਸੁਣੋ, ਮੇਰੀ ਪੂਰੀ ਸੁਣੋ। ਫਿਰ ਜਦੋਂ ਮੈਨੂੰ ਤਾਂ ਕਿੱਕ ਮਾਰਤੀ, ਫਿਰ ਮੈਂ ਕਹਿਣਾ ਕੋਈ ਨੀ ਸਾਡੇ ਨਾਲ ਧੱਕਾ ਕਰਦੇ ਆ, ਫਿਰ ਅਸੀਂ ਧੱਕਾ ਕਰਾਂਗੇ। ਜਾਣ ਕੇ ਵੱਟਾ ਸੱਟਾ ਜ਼ਰੂਰ ਹੋਏਗਾ, ਵੱਟਾ ਸੱਟਾ ਜ਼ਰੂਰ ਹੋਏਗਾ। ਧਿਆਨ ਨਾਲ ਇੱਥੇ 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 ਓਏ, ਆਪਾਂ ਸਹੀ ਲੈਂਡ ਹੋਏ ਆ। ਹਾਏ ਗਨ ਗਨ ਇੱਕ ਗਨ, ਗਰੀਬ ਨੂੰ ਇੱਕ ਗਨ ਦੇ ਦਿਓ। ਮਿਲ ਗਈ ਮਿਲ ਗਈ ਮਿਲ ਗਈ ਮਿਲ ਗਈ ਆ। ਸ਼ਾਟਗਨ ਹੀ ਚੱਲਣੀ ਅੱਜ, ਭੈਣ ਦੀ ਵੀ ਹੋਰ ਥੋੜ੍ਹੀ ਨਹੀਂ ਹੈਗਾ। ਓਏ ਨੌਕ ਬੰਦੇ ਨੂੰ ਨਾ ਫਿਨਿਸ਼ ਕਰਿਆ ਕਰੋ, ਟਾਈਮ ਕਦੋਂ ਵੇਸਟ ਕਰਦੇ ਆ। ਯਾਰ ਬਾਬੇ ਇੱਥੇ ਕਮਾਂ ਦਾ ਨੌਕ ਕੀਤਾ ਯਾਰ, ਕਿਲ ਨਹੀਂ ਮਿਲਿਆ ਯਾਰ, ਗਲਤ ਹੋ ਗਿਆ ਸੀ ਯਾਰ। ਇੱਕ ਹੋਰ ਕਿਲ ਕਰਤਾ ਯਾਰ। ਵੇਟ 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 ਵੇਟ, ਜੱਟ ਮੈਂ ਵੀ ਨਾਲ ਹੀ ਆ ਗਿਆ, ਕੱਲਾ ਨਾ ਜਾਈ ਯਾਰ ਜਾਨ। ਭੈਣ ਦੀ ਸ੍ਰੀ, ਇੱਕ ਤਾਂ ਇਹਨਾਂ ਨੇ ਬਹੁਤ ਦੁਖੀ ਕੀਤਾ ਹੁੰਦਾ। ਐਸੇ ਕੈਸੇ ਡੀਬੀਐਸ ਆ ਜਾਨ, ਹੋਰ ਲੈ ਲਈ। ਦੇਖ ਬਈ ਇੱਕ ਬੰਦਾ ਸੀ ਮਾਰਤਾ ਮੈਂ, ਕਿੱਥੇ 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 ਯਾਰ। ਬੰਦੇ ਦੇ ਹੈੱਡ ਪਏ ਉੱਥੇ, ਜੱਟ ਆਪਾਂ ਇਕੱਠੇ ਚੱਲਾਂਗੇ ਜਾਨ, ਇਕੱਲੇ ਇਕੱਲੇ ਨਹੀਂ ਜਾਣਾ। ਓਏ ਫ੍ਰੀ ਦੇ ਕਿੱਲ, ਉਹ ਫ੍ਰੀ ਦੇ ਕਿੱਲ ਮਿਲ ਗਏ। ਚਲਾ ਮਿੰਟ ਵੇਸ ਆ ਕੰਮ ਕਰ, ਮਿੰਟ ਵੇਸ ਆ। ਓਏ ਨਾ ਯਾਰ ਰਸ਼ ਨਾ ਮਾਰਿਓ, ਸੇਫ ਸੇਫ ਜਾਓ, ਕਦੇ ਉਧਰ ਕਦੇ ਉਧਰ, ਟਿਕਾਣਾ ਇੱਕ ਰੱਖ ਲਓ, ਸੇਫ ਜਾਓ ਨਾ। ਮੈਂ ਕਹਿੰਦਾ ਭਾਜੀ ਘਰਾਂ ਵਾਲੇ ਫੜੀਏ ਆਪਾਂ ਪਿੱਛੇ, ਚੱਲ ਤੇਰੀ ਵੇਚ ਲਿਆ ਮੈਂ, ਤੇਰੀ ਵੇਚ ਲਿਆ ਫੜੀਏ ਘਰਾਂ ਵਾਲੇ। ਇੱਕ ਬੰਦਾ ਲੈਂਡ ਹੋ ਗਿਆ ਘਰਾਂ ਚ, ਆਪਣੀ
ਵੀ ਰਹੇ ਹੋ ਤੇ ਡੈਮੇਜ ਓਪੀ ਓਏ ਯਾਰ ਤੂੰ ਮਰ ਗਿਆ ਯਾਰ ਕੋਈ ਨਹੀਂ ਕੋਈ ਨਹੀਂ ਹੋਲ ਪਾਸੇ ਨਮਾ ਆ ਗਿਆ ਆਹੋ ਕੇ ਹੁਣੇ ਆਇਆ ਹੀ ਅਜੇ ਫੇਰ ਹੋਲ ਪਾਸ ਅੱਜ ਹੀ ਆਇਆ ਹਲੇ ਭਾਜੀ ਵੱਲੋਂ ਵੀ चढ़ 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 नहीं नहीं गलती कर ली यार चल आ गया मैं भी उत्थे आ गया ताडे को हेलो ब्राड हेलो हेलो मेरी भाई की हाल चाल क्या गेम प्ले है थैंक यू जमदूत यार आ गया ताडे को आ गया यार देख तीन किल तो मैं तीन किल तो मैं फ्रीज मिले यार ठीक है बाकी मैं अपने आप किते यार आहो चार किल मैं आप किते वाहेगुरु सच्चा पातशाह मेहर करो बंदे है इतने मिलिट्री बेस मिस्टर प्रीत हैलो किदा सर जी ओ भरावा सर सुर ना कहो सर सुर थोड़ी है ब्राड भाई की हाल चाल आ वेलकम टू स्ट्रीम यार ਬੰਦੇ ਓਏ ਬੰਦੇ ਹੈਗੇ ਆ ਮਾੜਾ ਦੱਸ ਦਿਓ ਯਾਰ ਕਿੱਦਾਂ ਉੱਥੇ ਲੈਂਡ ਕਰਦਾ ਸੀ ਬਿਲਡਿੰਗ ਚ ਸੀ ਬਿਲਡਿੰਗ ਜਾ ਤੇ ਸੀ ਬਿਲਡਿੰਗ ਲੈਂਡ ਹੋ ਜਾਵਾਂ ਮੈਂ ਸਿੱਧਾ ਓਏ ਗਿੱਲ ਨਿਕਲਣਾ ਮੈਂ ਨੰਬਰ ਵਿੱਚ ਲੱਗਾ ਯਾਰ ਮੈਂ ਫਸ ਗਿਆ ਮੈਂ ਤਾਂ ਨਿਕਲ ਗਿਆ ਓਕੇ ਪੰਜਰ ਦਾ ਨਿਕਲ ਗਿਆ ਸੰਦ ਸਿੱਧਾ ਓਏ ਬੋਲਾਂ ਹੀ ਕੱਟੀਆਂ ਕਰ ਲਓ ਉਹਨਾਂ ਦੇ ਰਡਾਰ ਲਾ ਲਓ ਕੀ ਪਤਾ ਹੁੰਦਾ ਲਾ ਕੇ ਲਾ ਕੇ ਨਾ ਬੋਲਾਂ ਹੀ ਮਿਲ ਜਾਣ वो काम भी हो जाएगा WX टॉक्सिक W जान लव यू टू मेरी ब्रो लव यू टू यार अरमान पाजी हेलो हेलो की हाल चाल ने हेलो एवरीवन बिग फैन सर शाउट आउट प्लीज बिग बिग शाउट आउट टू अरमान सिंह यार अरमान भाई जलील ना करया करो यार गरीब नु ऐ कह के ना जलील वाला काम ना करो कटी आ गई अच्छा अपना ही ओके ओके चलो ये देखो चलिए मरेगा नहीं तो कल ही दे जमी लास्ट वाली जा उधर पर जेडे सड़क वाला ओए इथे M24 पई चाहिदी के नु ना जी ना क्योंकि ओके M24 केड़ा चलाऊंगा नहीं मैं कह चाहिदी तो ले लो DBS पई दे ठीक है मां सदा मत आई मना DBS वाली किदा जमदूत वीर कर जा ओए ब्रो मैं तुहानू आईडी खेलन दिना तुसी मैनू फ्रेंड रिक्वेस्ट वॉच आउट ओ इधर 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 बंदा आंदे एक मेरे मेरे ते आगे बंदे हां नहीं मैं ते कवर सी नॉक नहीं बस अहीं कवर च बैठा मैं भी गिल तू मार लो ता इधर होई सी ब्रो भाई आजो नाल यार हां मैं नाल ही हां सामने है भाई यार मैं कह के हटया यार आ देख सामने खड़ा है बैठ जा तू ऊपर को बैठ जा तू सामने हो करता नॉक लो जी कर लो यार ऊपर चढ़ के बैठा मामा टमणे क्यों चढ़ जांदा ओए यार भाई किथे बंदा ओ नीचे है यार जान नीचे है फिनिश करेगा अब मैं अंदर आ गया सेफ हमें आ गया सेफ सेफ बस सही है यही भाई यही ओपी यार आ इधर आ जाओ भाई करो ओ मशीन गन वाले रहंदे हैं कोई नहीं ओ ला लियो बोला लो यार इनू रीकॉल करिए जल्दी जल्दी मैं लेट हो गया 26 मिनट जी थैंक यू मसा गया सी कोई ना हाले तो पूरा वीक होना यार पूरा वीक दा टॉप आवर गेन होना हजे देखियो कई बंदे ने स्ट्रीम छड़ के जाना ना उदो ताडे टाइम अकाउंट होगा टेंशन ना लो गवडाक्टर नु ब्रो कैसे हो आजकल काम होता है स्ट्रीम में काम होते हो स्ट्रीम में ओ बाबे डीवीएस बहुत कैंट है यार चलानी होनी चाहिए बस एक करी लगे हाँ लगे लगे पेटियां चेक कर आई गॉट सप्लाइज ऊपर से आ रहा भाई उन्हें कोई शर्म तो नहीं होनी ना 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 वो तो क्या M249 ना बंदे को के ਹੋਏ ਹਰ ਜਾ ਤੇਰੀ ਜਪਰ ਲਈ
आ गया नीचे आ गया इधर भाई आ गया ना आ गया आ गया आ गया आ गया पियर बट गया इधर ना ओए आ जा आ जा सड़के ओपी यार गेल ओपी मेरी जान गुड यार गुड सड़के आंदे ना मैं भी मार देना बड़ा मच रहा है फील्ड मार्शल वाह भाई क्या नाम रखा है लेट करूंगा शायद अपन चक्कर कुछ करूंगे सीजन के चक्कर पे यार पिछले आ गई सीजन है सीजन आया ना सीजन 3 होना आज कितनी तारीख है 2 आ है के 20 दिन है के 21 होना है इतनी सारा रोल पास पहला ज्यादा लेट करता यार ज्यादा लेट करता सीजन है कहना ना नहीं नहीं पहला नहीं था हैगा सीगा पहला नाल दी नाल ही सीगा हां चलो इना दा रूल है भावा बोला लब लो लास्ट लास्ट लगना है ਬੋਲੇ ਕਿ ਨਹੀਂ ਤੇਰੇ ਉਹ ਉਧਰਲੇ ਪਾਸੇ ਦੇਖ ਕੇ ਹੋਣੀ ਪੈਣੀਆਂ 3 ਮਿੰਟ ਪੰਜਾਂ ਹੋਣਗੀਆਂ ਇੱਧਰ ਜਾ ਗਿੱਲ ਗਿੱਲ ਸਾਹਮਣੇ ਤੇਰੇ ਇੱਧਰ ਸਾਹਮਣੇ ਲੈਫਟ ਲੈਫਟ ਓਕੇ ਨਹੀਂ ਤੇ ਗੱਡੀ ਚੱਕੋ ਓਏ ਗੱਡੀ ਚੱਕੋ ਨੋਵੋ ਚੱਲਦੇ ਆ 3 ਮਿੰਟ ਹੋ ਗਏ ਆ ਜਾਓ ਯਾਰ ਗੱਡੀ ਕਿੱਥੇ ਲਾਈ ਸੀ ਮੇਰੀ ਪਿੰਗ ਨਹੀਂ ਆਉਂਦੀ ਭਰਾਵਾ ਤੁਸੀਂ ਇੱਥੇ ਬੋਲਾ ਲੱਭੋ ਮੈਂ ਨੋਵੋ ਜਾ ਰਿਹਾ ਸ਼ਾਇਦ ਉੱਥੇ ਬੋਲਾ ਮਿਲ ਜਾਣਾ ਹੈ ਨਹੀਂ ਇੱਥੇ ਬੋਲਾ ਗੱਡੀ ਕਿੱਥੇ ਲਾਈ ਸੀ ਯਾਰ अरे बाबू भैया गाड़ी कहाँ लगाई थी कुछ याद है सब बोलो अपना इधर सब बोलो अपना ब्रो मार्क द लोकेशन वेट यार ये मार साला तार ला ये मरन गए हम पा जला बग्गी जाके लोकेशन बदल जा राजवीर भी आइए बैठो जी बैठना था लायन तू सस्सी काल 007 हां आ जा चल चल मैं मरवा दूंगा तुम्हें ਸਿੱਧਾ ਜੇ ਸਾਨੂੰ ਲੈ ਆਦਾ ਲੈ ਮਰਾਊਗਾ ਇਹ ਕੀ ਚੱਕਰ ਹੈ ਓ ਯਾਰ ਇੱਕ ਤਾਂ ਨਾ ਮੇਰੇ ਕੋ ਮੈਨੂੰ ਪਤਾ ਹੁੰਦਾ ਬੋਲੇ ਤਾਂ ਨਾ ਕੱਟ ਮੇਰਾ ਭਰਾ ਮੈਂ ਕਾ ਚਲਾਣ ਨਾ ਯਾਰ ਟੌਪ 20 ਆ ਵੀ ਗਏ ਆ ਉੱਤੇ ਦੇਖ ਲੈ ਇੱਥੇ ਸਾਹਮਣੇ ਚੱਲੇ ਆ ਚੱਲੇ ਆ ਚੱਲੇ ਆ ਚੱਲੇ ਆ ਰਡਾਰ ਲਾ ਲਾ ਰਡਾਰ ਫੋਨ ਕਰ ਲਾ ਰਡਾਰ ਆਉਣਾ ਮੇਰੀ ਫੋਨ ਗਿਆ ਲੱਗ ਜਣਾ ਅਜੂ ਨਹੀਂ ਗਾਂ ਲੰਘ ਜੀ ਓਏ ਨਹੀਂ ਔਖਾ ਹੁਣ ਨਹੀਂ ਹੋਣਾ ਰੀਕਾਲ ਨਹੀਂ ਹੋਣਾ ਉਹਦਾ ਬੋਲਾ ਲੱਭ ਕੇ ਜੇ ਕਹੇ ਤੇ ਉਹ ਕਰ ਲੈਨੇ ਆ ਸਪਲਾਈ ਸਪਲਾਈ ਵੀ ਮੰਗਵਾ ਲਾਂਗੇ ਫੋਨ ਦੇ ਗੱਦੀ ਓਏ ਰੀਕਾਲ ਕਿਉਂ ਨਹੀਂ ਆਉਣਾ ਸ਼ਾਇਦ ਹੀ ਹੋਵੇ ਟਰਾਈ ਕਰਕੇ ਦੇਖ ਲੈਨੇ ਆ ਰਡਾਰ ਪਹਿਲਾਂ ਲੱਗਣਾ ਤੇ ਰੀ ਜਿਹੜਾ ਬੰਦ ਹੋਣਾ ਰੀ ਕੋਲ ਹਲੇ ਦੇਖੋ 2-2.5 ਮਿੰਟ ਪਏ ਨੇ 50 ਸੈਕਿੰਡ ਅੱਗੇ ਪਿੱਛੇ ਆ ਚਲੋ ਦੇਖਦੇ ਆ ਜੇ ਬੋਲਾ ਲੱਭ ਗਈਆਂ ਮੈਂ ਕਹਿੰਦਾ ਸੀ ਮਿਲਟਾ ਚੱਲੋ ਯਾਰ ਇੱਥੇ ਹੈ ਨਹੀਂ ਗੇਲ ਬੋਲਾ ਬੰਦੇ ਆਏ ਸੀ ਇੱਥੇ ਅੱਛਾ ਪਹਿਲੇ ਨੋਗੋ ਪਹੁੰਚ ਗਿਆ ਹੈ ਮਿਲਟਾ ਹੁਣ 50 ਸੈਕਿੰਡ ਚ ਪਹੁੰਚਾ ਦੇ ਬ੍ਰਿਜ ਵੱਲ ਮਿਲਟਾ ਮਿਲ ਜਾਣੀ ਤੁਹਾਨੂੰ ਅਰਮਾਨ ਜੀ ਮੁੱਕਾ ਭਾਜੀ ਤੂੰ ਬੋਲਾ ਉੱਥੇ ਲਾ ਲਿਓ ਮਿਲਟਾ ਹੀ ਓਕੇ ਸਾਹ ਤੈਨੂੰ ਕੰਨ ਦੇ ਕੱਟੇ ਹੋਣੀ ਯਾਰ ਸਵੇਰੇ ਨਾ ਸਵੇਰੇ ਜਦੋਂ ਮੈਂ ਉੱਠਿਆ ਮੈਨੂੰ ਲੱਗਿਆ ਵੀ ਕਿਤੇ ਉਦੋਂ ਠੰਡ ਲੱਗਦੀ ਪਈ ਆ ਤੇ ਫਿਰ ਬਾਪੂ ਨੇ ਫਿਰ ਕਿਹਾ ਕਹਿੰਦਾ ਮੈਂ ਮੱਥੇ ਨਾਲ ਤਲਾਇਆ ਕਹਿੰਦਾ ਤੈਨੂੰ ਬੁਖਾਰ ਆ ਡਾਰ ਕਰ ਲਾ ਹੁਣ ਮਿਲ ਜਾ ਥੋੜੀ ਮਿਲ ਜਾ ਪਰ ਮਿਲ ਜਾ ਮਾਰਕ ਦ ਲੋਕੇਸ਼ਨ ਇਹ ਕਿਹਨਾਂ ਚੱਲ ਜਾਓ ਇੱਕੇ ਨਾਲ ਅੱਧੇ ਉਰੇ ਰਹਿ ਜਾਓ ਵੇਟ ਮੈਂ ਲਾਉਣਾ ਬੋਲਾਂ ਲਾਉਣ ਦਾ ਧਿਆਨ ਯਾਰ ਆ ਕੇ ਪਿੱਛੇ ਜਾ ਰਹੇ ਗਿੱਲ ਹੈਗੇ ਬੋਲਾਂ ਇੱਕ ਪਈ ਇੱਥੇ ਬੋਲ ਪਈ ਆ ਨਾ ਟਾਈਮ ਤਾਂ ਦੇਖ ਲੋ ਰਡਾਰ ਤੇ ਜਾਵਾਂ ਲੱਭ ਗਿਆ ਹਲੇ ਹਲੇ ਪਹੁੰਚ ਗਿਆ ਉਧਰੋਂ ਨੂੰ ਮਿਲ ਗਈ ਹਲੇ ਫੜ ਚੱਲ ਰਾਜ ਵੀਰੇ ਜਲਦੀ ਚਲੋ ਲਾ ਦਿੱਤੀਆਂ ਬਾਕੀ ਹੁਣ ਦੇਖੋ ਕਿਸਮਤ ਲੱਗ ਗਈਆਂ ਕਿਉਂ ਕਹਿ ਰਹਾ ਹੈ
ਨਾ ਆਵੇ ਰਿਕੋਲ ਨਾ ਆਵੇ ਉਹਦਾ ਕੋਈ ਚੱਕਰ ਨਹੀਂ ਪਰ ਲੱਗ ਹੀ ਆ ਬ్రో ਮੈਂ ਆਈਡੀ ਕੱਲ ਦਿਨਾ ਤੁਹਾਨੂੰ ਜਿਵੇਂ ਜਮਾਨ ਲੋਡ ਹੋ ਗਿਆ ਆਪਣਾ ਬ੍ਰੀਤ ਗੱਲ ਵੀਰੇ ਉਹ ਸਾਈਟ 'ਚ ਹੈ ਕੀ ਹੈ ਦੱਸੋ ਯਾਰ ਪਹਿਲਾਂ ਬਿਲਕੁਲ ਆ ਗਿਆ ਸਹੀ ਹੈ ਨਹੀਂ ਆਇਆ ਨਾ ਕੋਈ ਚੱਕਰ ਨਹੀਂ ਕੀ ਨਹੀਂ ਆ ਜਾਣਾ ਸ਼ਾਇਦ ਆਪਸ਼ਨ ਹੈ ਹਲੇ ਨਾ ਰੀਕਾਲ ਦੀ ਮੰਗਾਇਆ ਨਹੀਂ ਕਿਸੇ ਨੇ ਰਿਵਾਈਵ ਟੀਮਮੇਟ ਨਹੀਂ ਮੰਗਾਇਆ ਹੁਣ ਤੱਕ ਸ਼ਾਇਦ ਓ ਯਾਰ ਨਹੀਂ ਓਏ ਸਪਲਾਈ ਕਿਹਦੇ ਪਾਈ ਆ सीधा उथे करता यार पई उधर बाहर पई जोन दे रवाई टीममेट बड़ा सोहना आ गया यार कमाल दी गल यार चंगा भला बंदा टीममेट आने लगा ही बहुत बढ़िया बहुत बढ़िया एक रह गया वो भज गया भी गया यार टीम आ गई उसे ले लो हाय राज ओरी लग गई जट दी हाय लग गई पूरी मडीर अपने चढ़ के आई यार आगे लग मार चार टीम आने बाबू गलत बात ना मैं सोच रहा मैं सच में सो रहा हूँ अभी नींद में हूँ मार्शल ब्रो पोरी का थे यार मैं लाइव देख के आया भाई हैगा तेरा रिवाइव हैगा सी मैं लगा ही रिवाइव करन उन एको तो मैं उते सप्लाई थे ना पता ओखा ही यार जी करन लगा ही जमा खाली एचपी छड्या मेनू जमा चार टीमें एक पीछे आ गई है ना मिलटा राइजिंग हेलो हेलो भाई अपने आकर चोपर भाई तो बाहर चोपर खड़ा आ जाओ निकल ले हेलो हां जी जनाब चला तक क्या हाल है जी बढ़िया बढ़िया तू ही दसो किद्दा सेता बढ़िया बढ़िया पाजी पाजी दबन लगे रवाई पर उधर पेटी खुल गई चला उन्हें तक पाती बेचारे ने करता साला मेरे नाल चलो कुछ नहीं होता ਧੱਕਾ ਹੋ ਗਿਆ ਕਿਤੇ ਕਿਤੇ ਹੋ ਜਾਂਦਾ ਸਿਮੂਲੇਸ਼ਨ ਗੇਮ ਸੈਟ ਇਨ ਅ ਵਰਚੁਅਲ ਵਰਲਡ ਐਂਡ ਡਸ ਨਾਟ ਰਿਪਰੈਜ਼ੈਂਟ ਰੀਅਲ ਲਾਈਫ ਪਲੀਜ਼ ਪਲੇ ਇਨ ਮੋਡਰੇਸ਼ਨ ਟੇਕ ਫ੍ਰੀਕੁਐਂਟ ਬ੍ਰੇਕਸ ਐਂਡ ਪਲੇ ਰਿਸਪੌਂਸਿਬਲੀ ਮੈਂ ਕਹਿ ਰਿਹਾ ਤਾਂ ਨਾ ਹਲੇ ਰੋਈ ਵਾਲਾ ਕਿਸੇ ਨੇ ਨਹੀਂ ਆ ਗਿਆ ਸੀਗਾ ਬੜਾ ਸੋਹਣਾ ਆ ਗਿਆ ਜੀ ਆ ਗਿਆ ਸੀ ਉਹਨੇ ਨਾ ਕੀ ਕਰਿਆ ਉਹਨੇ ਕਾਲੀ ਕਾਲੀ ਚ ਕਰਕੇ ਬਸ ਉਹਨੇ ਐ ਉਹਨੂੰ ਐ ਲੱਗ ਕੇ ਆਉਣਾ ਹੀ ਨਹੀਂ ਹੈਗਾ ਨਹੀਂ ਨਹੀਂ ਮੈਂ ਸਟ੍ਰੈਸ ਕੀ ਬਾਤ ਨਹੀਂ ਮੇਰੀ ਭੁਰ ਜੇ ਦੇਖ ਲਿਆ ਹੀ ਮੈਂ ਉਹਨੂੰ ਐ ਮੈਂ ਉਹ ਮੁੱਛੇ ਚੱਕ ਲਵਾਂ ਪਹਿਲਾਂ ਇਹਨੇ ਸਟ੍ਰੈਸ ਕੀ ਮੰਗਾ ਲੈਣੀ ਇਹਨਾਂ ਨੇ ਚਲੋ ਕੋਈ ਨਾ ਕੋਈ ਗੱਲ ਨਹੀਂ अरमान जी जाओ फिर या उठ जाओ एक काम करो अरमान पाजी फिर नम नम सिंह हेलो जंटिया हाँ पता उस टाइम शुरू हो जाती है एक मिनट रुक लो ना इन्होंने भरे ओहो लैंड करवाओ एक बंदा वो थोड़ी सीधी है 100 आरपी मारी है ने जट लैंड करा भेजो ओके दूजे ते चल दे ना सेम ही है दूजे ते ले जा चिकन करना है भाई हां जंटा ब्रो कैसे हो आप जंटिया मेरी जान किद्दा फिर ठीक है अपना सैंडविच है ना भाजी पिछले मैच सही दसा ओ यार धक्का होया अपने ना सैंडविच नहीं धक्का सदो की हो गए गड्डी वाले जी ओ नहीं टीम आ पिछो ना गड्डिया ते ले गए सा गड्डिया ते ले गए सा तीन पासे गोलियां पै रही उधर आओ एक पासे ने तीन पासे हुई
ਫਿਰ ਤੁਹਾਡੇ ਉਹਦੇ ਕਰਕੇ ਆਏ ਆ ਡਰੈਗਨ ਕਰਕੇ ਆਏ ਆ ਬੰਦੇ ਸਾਰੇ ਤਾਂ ਹੋਰ ਕਾਹਦਾ ਕਰਕੇ ਆਏ ਆ ਡਰੈਗਨ ਕਰਕੇ ਆਏ ਆ ਕੌਂਕਰਰ ਲੌਬੀ ਸੀਗੀ ਉਹ ਮਿੰਟਾ ਮਿੰਟ ਝਟਕਾ ਕੇ ਮੈਂ ਵੀ ਕਹਾਂ ਵੀ ਐਡੀ ਜਲਦੀ ਬੰਦੇ ਮਰਨੇ ਚਾਹੀਦੇ ਨਹੀਂ ਸੀ ਜਿੱਦੇ ਮਰੇ ਆ ਉਹ ਚਲੋ ਖੈਰ ਕੋਈ ਨਾ ਲੈਂਡਿੰਗ ਸਹੀ ਹੁੰਦੀ ਹੈ ਨਾ ਸਾਲੀ ਉਨੀ ਇੱਕ ਹੀ ਦਾ ਫਰਕ ਹੈ ਬਸ ਥੋੜਾ ਵਾਚ ਆਊਟ ਕੋਈ ਨਹੀਂ ਇੱਥੇ ਹੁੰਦਾ ਹੀ ਨਹੀਂ ਕੋਈ ਇੱਥੇ ਧੱਕਾ ਹੁੰਦਾ ਜਿਹੜਾ ਜਾਂਦਾ ਆਪਾਂ ਨਹੀਂ ਜਿਹੜੇ ਆਪਾਂ ਜਾਂਦੇ ਮਾਰਕ ਟੂ ਲੋਕੇਸ਼ਨ ਮਾਰਕ ਟੂ ਲੋਕੇਸ਼ਨ ਮਾਰਕ ਟੂ ਲੋਕੇਸ਼ਨ ਅੰਦਰ ਦੋ ਬੰਦੇ ਨੌਕ ਆ ਜੱਟ ਗੁੱਡ ਇਹ ਨੌਕ ਕੀਤਾ ਪਹਿਲਾਂ ਵੀ ਲੂਟ ਲੈ ਲਾ ਲੂਟ ਵਾਧੂ ਪਈ ਨਾ ਕੋਈ ਆਈ ਗਾਟ ਸਰਪ੍ਰਾਈਜ਼ ਨਾ ਚੱਕੋ ਚੱਕੋ ਵਾਧੂ ਪਿੱਛੇ ਵੀ ਨੇ ਬੰਦੇ ਵਾਚ ਆਊਟ ਕੋਈ ਕਰੀ ਜੀ ਖੇਡਿਓ ਕਾਲੀ ਨਾ ਕਰਿਓ ਬਈ ਈਜ਼ੀ ਰੋਜ਼ੇ ਪਾਈ ਜੀ ਖੇਡਾਂਗੇ ਨਾ ਕਾਲੀ ਨਹੀਂ ਕਰਾਂਗੇ ਬੰਦਿਆਂ ਪਰ ਆਪਣੇ ਆਪ ਕਿੱਥੋਂ ਡੋਬਰਾ ਕਾਦੋ ਕੱਲਾ ਜਾਂਦੇ ਆ ਯਾਰ ਉਧਰ ਜਾ ਕੇ ਕਹਿ ਰਿਹਾ ਮੈਂ ਆਰਾਮ ਨਾਲ ਖੇਡੋ ਨਾ ਕਾਲੀ ਨਾ ਕਰੋ ਉਹਦੇ ਘਰਾਂ 'ਚ ਫਿਰਦਾ ਇਹ ਉਹ ਦੇ ਕਿੱਥੋਂ ਕਿੱਥੋਂ ਗੋਲੀਆਂ ਪੈ ਰਹੀਆਂ ਬੰਦਿਆਂ ਲਵੀ ਤਿੰਨ ਕਿੱਲ ਕਾਦੋ ਹੋ ਗਿਆ ਮੇਰੇ ਮੈਂ ਕਰਾਈ ਨਹੀਂ ਕਹਿ ਨਹੀਂ ਅੰਦਰ ਦੋ ਬੰਦੇ ਜੋ ਨੌਕ ਉਹਦਾ ਇੱਥੇ ਐਮ4 ਪਈ ਚਾਹੀਦੀ ਕਿਸੇ ਨੂੰ ਮੈਨੂੰ ਆ ਗਿਓ ਕਿੱਲ ਸਾਰੇ ਆਈ ਗਾਟ ਸਰਪ੍ਰਾਈਜ਼ ਸਾਰੇ ਤੇ ਐਮ4 ਪਈ ਆ ਚੱਕ ਲਗਾ ਲਈ ਤੇ ਲੈਣੀ ਨਹੀਂ ਮੈਂ ਚੱਲ ਜਾਂਦਾ ਵੀਰੇ ਦੇਖਣ ਚੱਕਣਾ ਮੈਨੂੰ ਪਤਾ ਤੂੰ ਵੀ ਇੱਧਰ ਬਾਤ ਖੜਾ ਓਏ 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 ਕਿੱਲ ਚੋਰੀ ਕਰ ਲੈਣ ਨੋ ਵਾਰੀ ਨੋ ਦੇਖ ਬੰਦਾ ਕਿੱਥੇ ਖੜਾ ਸੀਗਾ ਮਾਰ ਦੇ ਜਾ ਓ ਛੱਟ ਯਾਰ ਪਾਵਰ ਗਲਤ ਯੂਜ਼ ਕਰ ਲਈ ਭਾਈ ਕੋ ਚਲੀ ਆਇਆ ਆਏ ਓਏ ਓਏ ਨਹੀਂ 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 ਗਲਤ ਕਰ ਲਿਆ ਭਾਜੀ ਕੰਨੇ ਕਦ ਜਾਂਦੇ ਆਈ ਥੌਟ ਕਿ ਇੱਕ ਬੰਦਾ ਸੀ ਯਾਰ ਮੈਨੂੰ ਨਹੀਂ ਲੱਗਿਆ ਸੀ ਮੈਨੂੰ ਲੱਗਾ ਇੱਕੋ ਹੀ ਬੰਦਾ ਵਾ ਮਾਰ ਮਾਰ ਵੀ ਬਾਦ ਵੈਸੇ ਵੀ ਬਹੁਤ ਪਲੇਅਰਸ ਹੈ ਉਸਕੇ ਪਾਸ ਖੇਲਨੇ ਕੇ ਲੀਏ ਕਿਆ ਬੋਲੀ ਜਾ ਰਹੇ ਹੋ ਹੈਲੋ ਜਿੰਦਰ ਭਾਜੀ ਕੀ ਹਾਲ ਚਾਲ ਆ ਹੈਲੋ ਹੈਲੋ ਮੇਰੀ ਜਾਨ ਹੈਲੋ NF884 ਹਰਮਨ ਵੀਰੇ ਕੀ ਹਾਲ ਚਾਲ ਆ ਵੈਲਕਮ ਬਰੂ ਵੈਲਕਮ 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 ਵਾਰ ਇਜ਼ ਨਮ ਨਮ ਜੀ ਆਪਾਂ ਆਪਣਾ ਮੋਡ ਨਹੀਂ ਆਪਣਾ ਮਰੂਦ ਮੂਡ ਨਹੀਂ ਖਰਾਬ ਕਰਨਾ ਹੈ ਕਲਰਾ ਬੋਇਸ ਹੈਲੋ ਬ੍ਰੋ ਰਾਇਲ ਪਾਸ ਰਾਇਲ ਪਾਸ ਭਾਈ ਅਜੇ ਮੈਕਸ ਕਰਨਾ ਹਲੇ ਅਜੇ ਕਰਨਾ ਹਲੇ ਤਾਂ ਪਰਚੇਜ਼ ਹੀ ਨਹੀਂ ਕੀਤਾ ਮੈਂ ਸਾਰੇ ਪਏ ਆ ਇਹ ਪੁਆਇੰਟ ਵੀ ਰੀਫਰੈਸ਼ ਕਰ ਦਈਏ ਸਭ ਕੁਛ ਹੋਗਾ ਨਾ ਪੁਆਇੰਟ ਵੀ ਹੋ ਗਏ ਸਭ ਕੁਛ ਹੋਗਾ ਇੱਕ ਬਾਰ ਮੈਂ ਇੱਕ ਬਟਨ ਮੈਂ ਸਭ ਕੁਛ ਹੋਤਾ ਹੈ ਵੋ 5 ਪੁਆਇੰਟ ਨਾ ਆਈ ਐਮ ਫਾਈਨ ਅੱਛਾ 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 ਰਾਤ ਕੇ ਲੀਏ ਕੋਈ ਨਹੀਂ ਰਾਤ ਕੇ ਲੀਏ ਬਾਅਦ ਮੈਂ ਬਾਤ ਕਰੂੰਗਾ ਰਾਤੀ ਧੱਕਾ ਕੀਤਾ ਮੇਰੇ ਨਾਲ ਵੇਅਰ ਆਰ ਯੂ ਫਰੋਮ ਬਾਈ ਜਲੰਧਰ ਆਈ ਐਮ ਫਰੋਮ ਜਲੰਧਰ ਗਾਈਸ ਲਾਈਕ ਕਰ ਲਓ ਯਾਰ 50 ਲਾਈਕ ਹੋਣ ਵਾਲੇ ਆਪਣੇ ਸਾਰੇ ਭਰਾ ਲਾਈਕ ਕਰ ਲਿਓ ਯਾਰ ਅਕੇਲੀ ਇੱਕ ਨਿਕਲਿਆ ਮੇਰਾ ਉੱਥੇ ਯਾਰ ਇੱਕ ਤਾਂ ਨਾ ਸਾਡਾ ਜਹਾਜ਼ ਆ ਨਾ ਬੜੀ ਹੌਲੀ ਚੱਲਦਾ ਵਾ ਇੰਨੇ ਨੂੰ ਅੱਧਾ ਬੰਦਾ ਨਾ ਮਾਰ ਮੁਰ ਕੇ ਆ ਕੇ ਇੱਕ ਗੇਮ ਲਾ ਕੇ ਫਿਰ ਆ ਸਕਦਾ ਜਿੰਨਾ ਇਹ ਕਰਦਾ ਆਈ ਟੌਪ ਪੁਆਇੰਟ ਨਹੀਂ ਹੈਗਾ ਆਈ ਟੌਪ ਆਵਰ ਅਦਵਿੰਦਰ ਵੀਰੇ ਹ
ਇੰਨੇ ਨੂੰ ਬੰਦਾ ਬੋਰ ਹੋ ਜਾਂਦਾ ਪਤਾ। ਲਵ ਫਰੋਮ ਮੋਗਾ, ਉਹ ਆ ਜੀ ਵਾ ਮੋਗੇ ਵਾਲਿਓ, ਕੀ ਹਾਲ ਚਾਲ ਆ? ਇਹ ਤਾਂ ਠੀਕ ਆ। ਕਹਿ ਤਾਂ ਰਿਹਾ ਵਾ ਉਹਨੇ ਨੂੰ, ਉਹਨੇ ਲੂਟ ਵੀ ਕਰ ਲਈ ਹੋਣੀ ਉਸਤਾਦ ਨੇ। ਬਾਈ ਮੈਚ ਖਤਮ ਨਹੀਂ ਹੋਇਆ ਹਲੇ, ਦੁਬਾਰਾ ਫੇਲ ਆ ਲਿਆ ਲੋਡਿੰਗ ਲੋਡਿੰਗ। ਬਾਈ ਆਪਣਾ ਨਾਮ ਲਿਖ ਕੇ ਆਵਾਂ, ਕੀ ਆ ਯਾਰ ਨਾਮ ਤੁਹਾਡਾ? ਬਾਜੀ ਕੱਲ ਕਿਹੜਾ ਬੰਦਾ ਆਇਆ ਸੀਗਾ, ਨਾਮ ਦੇਖਿਆ ਤੇ ਕੀ ਸੀ? ਆਹੋ ਦੇਖਿਆ ਹੀ ਮੈਂ, ਸਰਦਾਰ। ਨਹੀਂ 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 ਕੋਈ ਹੋਰ ਸੀ। ਚੱਲ ਬਸ ਬਸ ਮੈਂ ਮਾਈਕ ਓਪਨ ਕਰਨ ਲੱਗਾ, ਸਪੀਕਰ ਬਸ ਕਰੇ ਹੁਣ, ਹੁਣ ਨਾ ਬੋਲਿਓ। ਵਧੀਆ ਨਾਮ, ਬਸ 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 ਭੈਣ ਤਾਂ ਤੋਰ ਸਰਦਾਰ ਕਿਤੇ ਮਾੜਾ ਨਾ ਹੋ, ਸੂਬੇਦਾਰ ਮੇਜਰ ਅਰਮਾਨ ਭਾਜੀ। ਭਾਜੀ ਨੂੰ ਪਤਾ ਉਹ ਗੱਲ ਹੈ ਕਿਆ? ਉਹੀ ਬੰਦਾ ਪੋਪੂਲੈਰਿਟੀ ਆ। ਆਹੋ ਕਿਹੜਾ? ਨਹੀਂ ਪਤਾ ਉਹ, ਨਹੀਂ ਪਤਾ ਉਹ ਕਿਹੜਾ ਕਿਹੜਾ ਬੰਦਾ ਹੈਗਾ ਕੋਈ ਨਵਾਂ ਟੱਕਰਿਆ ਬ్రో? ਬੀਜਮਈ ਰਿਕਵੈਸਟ ਚੱਕ ਲਓ, ਜਾਣਦਾ ਤਾਂ। ਓਕੇ ਜੀ, ਹਾਂ ਗੇਮ ਦੁਬਾਰਾ ਖੇਡਣ ਲੱਗਿਆ, ਸ਼ੁਰੂ ਕਰੀ ਉਹਨੇ ਦੁਬਾਰਾ, ਪਹਿਲਾਂ ਇੱਧਰ ਤਾਂ ਹੁਣ ਬਾਹਰ ਚੱਲ ਗਿਆ ਬੰਦਾ ਕੈਨੇਡਾ। ਕੀ ਕਹਿੰਦਾ ਜੀ? ਨੇ ਕੀ ਨਾਂ ਸੀ ਉਹਦੀ ਆਈਡੀਆ ਨਾਂ ਕੀ ਆ? ਐਕਸਲੈਂਟ ਵਰਕ। ਆ ਦੇਖੋ ਇਹਨੇ ਬੋਲਿਆ ਏ ਦੋ ਵਜੇ, ਉਦੋਂ ਤਿੰਨ ਚਾਰ ਵਜੇ ਆਉਂਦੀ ਮੈਨੂੰ ਲੱਗਦਾ ਮੈਨੂੰ ਵੀ ਜਾਗਣਾ ਪੈਣਾ 2-3 ਵਜੇ ਤੱਕ ਉਹਦੇ ਲਈ, ਇੱਕ ਵਾਰੀ ਗੱਲ ਕਰਨੀ ਆ ਦੇਖਣਾ। ਸਹੀ ਗੱਲ ਆ, ਇੱਕ ਨੂੰ ਫੜ ਕੇ ਢਾਈ ਜੋ ਫੜ ਕੇ ਤੁਸੀਂ, ਬਹੁਤ ਸੋਹਣੇ ਕੰਮ ਤੁਹਾਡੇ। ਗੁੱਡ ਯੂ ਵੀ ਤਾਂ ਮੈਂ ਦੇਖ ਰਿਹਾ, ਡਿਲੀਟਡ ਦਾ ਮੈਸੇਜ ਆਨੂੰ ਭਾਜੀ, ਵੀਕ ਤੇ ਟੌਪ ਤੇ ਆਉਂਗਾ ਉਹਦਾ ਕੀ? ਜੱਟ ਕੱਲ ਦੇਖੀ ਸੀ ਜਿਹੜੀ ਕੱਲ ਸਟ੍ਰੀਮ, ਉਹਦਾ ਕੁਝ ਨਹੀਂ ਭਾਈ, ਪੇਟੀਐਮ ਕਰਾਂਗੇ 150 ਰੁਪਿਆ, ਉਹਦਾ ਪੇਟੀਐਮ ਕਰਾਂਗੇ। ਲਾਈਕ ਕਰ ਲਓ ਗਾਈਸ, 50 ਲਾਈਕ ਨਹੀਂ ਹਜੇ ਹੋਏ ਯਾਰ। ਫਿਰ ਚੱਕਰ ਪਤਾ ਕੀ, ਜਦੋਂ ਮੈਂ ਇੱਕ ਵਾਰ ਸਨੈਪਚੈਟ ਖੋਲਣਾ ਫਿਰ ਜਾ ਨਹੀਂ ਹੁੰਦਾ, ਫਿਰ ਨੈਟ ਫੁੱਗਦਾ ਹੀ ਫੁੱਗਦਾ, 2-2.5 GB ਉਹਦੇ ਪਰ ਗਾਹਾਂ ਤੇ ਗਾਹਾਂ ਜਾਈ ਜਾਂਦਾ ਕੰਮ। ਫਿਰ ਤੁਸੀਂ ਜਦੋਂ ਇੰਸਟਾਗ੍ਰਾਮ ਦੀ ਸਟੋਰੀ ਦੇਖਦੇ ਨਾ, ਉਹ ਨੈਟ ਤੁਹਾਡਾ ਉਦੋਂ ਫੂਕ ਹੁੰਦਾ ਵਾ? ਨਹੀਂ ਫੂਕ ਹੁੰਦਾ, ਸਟੋਰੀਆਂ ਰੀਲਾਂ ਦੇਖਦੇ ਆ ਭਾਜੀ, ਫੂਕ ਨਹੀਂ ਹੁੰਦਾ, ਪਤਾ ਹੀ ਨਹੀਂ, ਪਤਾ ਨਹੀਂ ਫੂਕ ਹੁੰਦਾ ਮੇਰਾ। ਨਹੀਂ 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 ਹੁੰਦਾ, ਆਪ ਦੇਖਿਆ ਹੋਇਆ ਹੈ, ਹੁੰਦਾ ਹੁੰਦਾ। 2-3 ਘੰਟੇ ਚਲਾਵਾਂ ਨਾ ਵੀਰ ਸੰਧੂ, 2-300 MB ਫੂਕ। ਹੈਲੋ ਹੈਲੋ ਵੀਰ, ਕੀ ਹਾਲ ਚਾਲ ਆ? ਵੈਲਕਮ ਟੂ ਸਟ੍ਰੀਮ ਯਾਰ। ਟੀਜੀ ਗੈਵੀ ਵਾਈਟੀ ਕਿੱਦਾਂ ਸਤਾ ਜੀ? ਵਧੀਆ ਵਧੀਆ ਟੀਜੀ ਵੀਰੇ, ਤੁਸੀਂ ਦੱਸੋ ਕੀ ਹਾਲ ਚਾਲ? ਗਾਈਸ ਲਾਈਕ ਕਰੋ ਯਾਰ, ਸਾਰੇ ਬੰਦੇ ਲਾਈਕ ਕਰ ਲਿਓ। ਸੂਬੇਦਾਰ ਸੋ ਕਿਊਟ, ਅੱਜ ਖੇਡੂਗਾ ਸ਼ਾਇਦ, 4 ਵਜੇ ਓਪਨ ਕਰੂੰਗਾ ਇਹਦੀ, ਆਉਂਗਾ। ਨਹੀਂ ਭਾਜੀ ਉਦਾਂ ਪੁੱਛਿਆ ਸੀਗਾ, ਹਾਂਜੀ ਹਾਂਜੀ ਵੀਰੇ ਦੱਸਿਆ ਨਾ, ਟੌਪ 1 ਤੇ ਬੈਠਣ ਵਾਲੇ ਬੰਦੇ ਨੂੰ ਆਪਾਂ ਦੇਵਾਂਗੇ 150 ਰੁਪਏ ਦੇ ਦਾਂਗੇ ਯਾਰ, 150 ਰੁਪਇਆ ਦੇਗਾ, ਕਿਆ ਚਾਹੀਏ ਤੇਰੇ ਕੋ? ਉਹ ਚੋਂ ਗਾਹਾਂ ਆਪਣੀ ਉਹ ਆ ਰਹੀ ਆ, ਰਾਮ ਲੀਲਾ ਆ ਰਹੀ ਆ, ਅਤੇ ਉਹ 'ਚ ਤੁਸੀਂ ਕੀ ਕਹਿੰਦੇ ਆ, ਮੂੰਗਫਲੀਆਂ ਮਾਫਲੀਆਂ ਖਾ ਸਕਦੇ ਹੋ, ਜਿਹੜਾ 150 ਰੁਪਇਆ ਆਉਣਾ। ਜੱਟ ਤੁਹਾਨੂੰ ਸੱਚੀ ਗੱਲ ਦੱਸਾਂ, ਕੰਮ ਹੋਇਆ ਹੋਇਆ ਜਿਹੜਾ ਮੈਂ ਕਿਹਾ ਸੀਗਾ ਤੈਨੂੰ ਪਹਿਲਾਂ, ਪਹਿਲਾਂ ਜਦ ਤੂੰ ਆਇਆ ਸੀ। ਥੋੜ੍ਹੇ ਕੋਇਨ ਮਿਲਣਗੇ, ਜ਼ਿਆਦਾ ਨਹੀਂ, ਸਿਰਫ 3 ਕੁ ਚਾਹੀਦੇ। ਸਮਝ ਲਾ ਮੈਂ ਕਿਹੜਾ ਕਹਿ ਰਿਹਾ ਤੂੰ, ਕੀਨਾ ਕਾਟਾ
ਵਧੀਆ ਭਾਈ ਤੁਸੀਂ ਸੁਣਾਓ ਵਧੀਆ 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 ਨਹੀਂ ਦਿਮਾਗ ਦੇ ਉੱਤੋਂ ਲੰਘ ਗਈ ਗੱਲ ਇਹ ਭੁੱਲ ਗਿਆ ਮੈਂ ਕੌਣ ਲੱਗੇ ਚੱਪਲ ਚੋਬਰ ਦਹੀਂ ਵੀਰੇ ਕੋਇਨ ਤਿੰਨ ਕੁ ਚੱਪਲਾਂ ਕਦੋਂ ਕਦੋਂ ਦੀ ਗੱਲ ਇਹ ਵਾਧੂ ਅੱਜ ਦੀ ਉਹ ਤਾਂ ਕਿਹਾ ਤਾਂ ਸੀ ਪਤਨ ਕਿਹਾ ਨਹੀਂ ਪਹਿਲਾਂ ਵੀ ਹੁਣ ਕੀ ਭਾਈ ਸਟ੍ਰੀਮ ਲੈਗ ਹੋ ਰਹੀ ਆ ਹਾਂ ਰੀਲੀ ਸਟ੍ਰੀਮ ਲੈਗ ਹੋ ਰਹੀ ਆ ਬੀਜੀਐਮਆਈ ਬ੍ਰੋ ਲਵ ਯੂ ਟੂ ਯਾਰ ਖੇਡਦੇ ਜਦੋਂ ਆਪਾਂ ਵੀਰੇ ਚੱਕ ਲਈ ਹਾਂ ਰਿਕੁਐਸਟ ਚੱਕ ਲਈ ਆ ਉਦੋਂ ਕਿਹਾ ਤਾਂ ਮੈਂ ਨਾ ਮੈਂ ਜਦ ਕਹਿਣ ਸੀ ਤੈਨੂੰ ਵੀ ਉਹ ਕਰਿਆ ਹੋਇਆ ਕਿਸੇ ਨੇ ਕੁਝ ਉਹ ਮੈਨੂੰ ਸਮਝ ਲੱਗ ਗਈ ਮੈਨੂੰ ਲੱਗ ਗਈ ਸਮਝ ਕੀ ਕਹਿ ਰਹੇ ਆ ਮੈਨੂੰ ਲੱਗ ਗਈ ਸਮਝ ਉਹ ਹੋਰ ਗੱਲ ਆ ਜਿਹੜੀ ਤੁਸੀਂ ਸਮਝਦੇ ਹੋ ਉਹ ਤੁਹਾਨੂੰ ਪਤਾ ਹੀ ਨਹੀਂ ਅੱਛਾ ਬੋਲਾਂ ਲੱਭ ਗਈਆਂ ਚਲੋ ਬੋਲਾਂ ਲੱਗੀਏ ਬੋਲਾਂ ਲਾਈਏ ਚਲੋ ਪੂਰੀਆਂ ਹੋ ਗਈਆਂ ਚਲੋ ਤੇਲ ਵਾਧੂ ਸਾਡੇ ਕੋਲ ਨਹੀਂ ਨਹੀਂ ਲੈਗ ਨਹੀਂ ਹੋ ਰਹੀ ਦਵਿੰਦਰ ਕਹਿ ਰਿਹਾ ਸਟ੍ਰੀਮ ਲੈਗ ਹੋ ਰਹੀ ਆ ਦਵਿੰਦਰ ਐਵਰੀਥਿੰਗ ਇਜ਼ ਫਾਈਨ ਯੈਸ ਦਵਿੰਦਰ ਦੇਖ ਲਾ ਹਮਾਰੇ ਬੰਦੇ ਬੋਲ ਰਹੇ ਕਿ ਨਹੀਂ ਬਾਈ ਲੈਗ ਨਹੀਂ ਹੋ ਰਹੀ ਹੈ ਨਹੀਂ ਹੋ ਰਹੀ ਲੈਗ ਹਨਾ ਨਹੀਂ ਹੋ ਰਹੀ ਮੇਰੀ ਹੋ ਰਹੀ ਆ ਦਵਿੰਦਰ ਵੀਰੇ ਤੁਹਾਡਾ ਨੈੱਟ ਸਲੋ ਹੋਏਗਾ ਆਈ ਥਿੰਕ ਫਿਰ ਵੇਟ ਯਾਰ ਮੈਂ ਵੀ ਦੇਖ ਹੀ ਲਵਾਂ ਇੱਕ ਵਾਰੀ ਵਾਚ ਆਊਟ ਵੀਰੇ ਰਿਕੁਐਸਟ ਚੱਕ ਲਈ ਸੀ ਹਾਂ ਹਾਂ ਚੱਕ ਲਈ ਜਾਨ ਨਹੀਂ ਯਾਰ ਲੈ ਕਿੱਥੇ ਹੋ ਰਹੀ ਹੈ ਬਿਲਕੁਲ ਸਹੀ ਚੱਲ ਰਹੀ ਹੈ ਛੱਤ ਲਾ ਲਓ ਓਕੇ ਫਿਰ ਆਈ ਹੋ ਗੋਇੰਗ ਸੋਨੇ ਜਾ ਰਹੀ ਹੋ ਹੈਂ ਰਾਤੀ ਕੀ ਕੀਤਾ ਲੱਗਦਾ ਰਾਤੀ ਜ਼ਿਆਦਾ ਟਾਈਮ ਜਾਗਦੀਆਂ ਰਹੀਆਂ ਇਹ ਘੱਟੋ ਘੱਟ 4 ਵਜੇ ਤੱਕ ਨੀਂਦਾਂ ਤਾਂ ਹੀ ਨਹੀਂ ਪੂਰੀਆਂ ਹੁੰਦੀਆਂ ਧੱਕਾ ਕੋਈ ਨਾ ਹੈਲੋ ਦੀਪ ਕੀ ਹਾਲ ਚਾਲ ਹੈ ਹੈਲੋ 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 ਮੇਰੀ ਜਾਨ ਭਾਅ ਜੀ ਮੈਂ ਆਪਣੇ ਟੀ ਵੀ 'ਤੇ ਵੀ ਲਾਈ ਉੱਥੇ ਠੀਕ ਆ ਫੋਨ 'ਤੇ ਲੈ ਗੋਰੀ ਆ ਮਤਲਬ ਕਿ ਤੁਹਾਡੇ ਨਾ ਨੈੱਟ 'ਚ ਪ੍ਰੋਬਲਮ ਆ ਫਿਰ ਦਵਿੰਦਰ ਵੀਰੇ ਆਪਕੇ ਨੈੱਟ ਇਸ਼ੂ ਆ ਥਿੰਕ ਇਟਸ ਯੋਰ ਨੈਟਵਰਕ ਇਸ਼ੂ ਯੂ ਸ਼ੁੱਡ ਵਾਚ ਅਵਰ ਸਟ੍ਰੀਮ ਬਾਈ ਬਹਿ ਜਾ ਦ 10 ਆਫ ਦ ਬਾਈ ਨਹੀਂ ਸਟ੍ਰੀਮ ਬਾਈ ਦ ਡਿਲੇ ਆਫ ਦ 10 ਸੈਕਿੰਡ ਇੱਕ ਤਾਂ ਅੰਗਰੇਜ਼ੀ ਬੜੀ ਇਸ਼ੂ ਘੈਂਟ ਇਹਨਾਂ ਦੀ ਯਾਰ ਪਿਛਲੀ ਗੇਮ ਤੇ ਦੇਖੀ ਮੇਰੇ ਤੇ ਪਾਸ ਨੇ ਮੇਰੇ ਹੋਇਆ ਕੀ ਸੀ ਵਧੀਆ ਭਾਈ ਤੁਸੀਂ ਦੱਸੋ ਵਧੀਆ ਵਧੀਆ ਦੀਪ ਮੇਰੀ ਜਾਨ ਵਧੀਆ ਸਭ ਠੀਕ ਠਾਕ ਆ ਇੱਕ ਵਾਰੀ ਪਚਿੰਕੀ ਕਿਹੜਾ ਲਾ ਲਿਓ ਤੇਲ ਵਾਧੂ ਆ ਲਓ ਜੀ ਅੱਧੀ ਟੈਂਕੀ ਕਰਤੀ ਹੈ ਜੱਟ ਚੋਪਰ ਇਹ 'ਚ ਲਾਉਣਾ ਕੌਂਕਰਰ ਆਈ ਡੀ 'ਚ ਦੱਸੋ ਮੈਨੂੰ ਜੇ ਕੌਂਕਰਰ ਲਾਉਣਾ ਫਿਰ ਆਪਾਂ ਡੇਲੀ ਉਸ ਹਿਸਾਬ ਨਾਲ ਖੇਡਿਆ ਕਰਾਂਗੇ ਯਾਰ ਹੈਲੋ ਪ੍ਰੀਤ ਗੇਮਿੰਗ ਕੀ ਹਾਲ ਚਾਲ ਆ ਬਾਬੇ ਪੇਟੀ ਹੈ ਬੋ ਰੁਕ ਓਪਨ ਜੀ ਰੁਕਤਾ ਬੰਦੇ ਆ ਗਏ ਉੜ ਕੇ ਅੰਦਰ ਆ ਜਾਓ ਅੰਦਰ ਬੰਦਾ ਉੜ ਕੇ ਆਇਆ ਭੱਜ ਗਿਆ ਵੇਟ ਕਰੋ ਕਵਰ ਮੀ ਭਾਜੀ ਬੰਨ ਹੁਣ
वेट करी वेट करी वेट करी दूजा बहुत तेज बनता ही तत्ता बनता ही ओ ये बॉय ओ नहीं 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 बोलना लब मर गया मर गया बॉला की लबड़ी हो इत्थे बैठे लूट कर रहे हैं तू ता ओ लूट भरावा मैं लूट भी हीलिंग नहीं करनी हीलिंग नहीं है कि मेरे को पीछे बग्गी आई बंदा नॉक करे हुए ने उठे यार नॉक यार मेरे किल थी यार रुकी 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 हुन रुक जाई आ गए जट गलत कर लिया गलत कर लिया देख रहा था मैं आई ना थल्ले भी प्रोजेक्ट ओहो बाबे बहुत गलत मारया यार बहुत गलत मारया उन्हें आ करन दे गलत ओए ओए गड़बड़ा ओए बंदे च बहुत गलत मारया यार इन्हें मेनू स्कारल वाले ने जो भी है पर यार स्कार घेंट लगनी नहीं चाहिए सीधे हेड ही पे यार बंदे हेलो कीर्त संधु भाई टी की हाल चाल हेलो हेलो मेरी जान वेलकम टू स्ट्रीम यार है करता मैं रिपोर्ट मारती है रिपोर्ट इसे लिए मारी है सूबेदार कौन है वीरे अरमान पाजी सूबेदार बंबीता ओमफो चल 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 भाई आप पार्टनर बनना किवें बनिए पबजी मोबाइल दा हाजे नहीं अजे नो टाइम लगना गाइस लाइक कर लो यार 70 लाइक पूरे करा दो सारे मेरे भरा यार किसी को सोते वक्त या ये हुआ है कि बंदा एंड डस नॉट रिप्रेजेंट रियल लाइफ प्लीज प्ले इन मॉडरेशन लग रहा हो उनके आंखें खोलने की पर खुलती नहीं है मेरा ना होया बड़ी यारी आई गॉट द ट्रिपल एलिमिनेशन मेडल मेरा ना बड़ी रहया कि अखा खोलती हिम्मत नहीं पेंदी कि अखा खोलना फिर अखा बंद हो जंदियां ये होता है माजा किंग किदा करन जानू वधिया भाई माजा किंग आप सुनाओ क्या हाल चाल है अरमान पाजी ओपी नेम चेंज कर लिया सारे ने क्या की है नाम है ये सूबेदार मेजर अरमान ने सूबेदार मेजर रखा वा नम नम ने रख लिया फील्ड मार्शल ते सीकर ये एजेंट तो अपनी पहले ही हैगी है ते राजवीर ने नाम रख लिया एसएसपी अलग अलग नाम होर सुनाओ पाजी सब ठीक हो हाँ जी कीर्त वीरे वधिया वधिया सब वधिया ठीक ठाक है जी हेलो दित्या हेलो मेरी जान की हाल चाल मैं भी चेंज करके डीजीपी पंजाब दा रख लेना नाम चेंज कर लो पर डीपी चेंज ना करो फिर डीपी तो पहचान होया करनी कि बंदा केड़ा आया भाई ओहो डीपी सेम रखियो पर डीपी तो कंफ्यूजन हो जाती मैनू राजवीर ने डीपी नहीं चेंज की नम नम ने नहीं की अरमान भाजी ने कर ली चलो पता लग गया तो अपनी सीक्रेट एजेंट की डीपी तो उ जी हैगी तात्या पिछले भी कल डीपी चेंज कर ली मैं पता ही नहीं लगे कि तात्या पिछू की कौन आ
मेरे पॉइंट को समझा नहीं कोई, उसमें क्या होता है आपसे आपकी जैसे आत्मा निकल रही होती है आंखें खोलने में। ओ वॉच आउट, ओ ऐसा भी है क्या? बोल के बड़ा आ गया एंडी। और इक्वल मिल गया यार भाई, नाले नाले रहो। ओही ऐसे भी बंदे आ। पिस्टल ही अगली ਭਾਈ ਉਹਨੇ ਪਿਛਲੀ ਮਾਰੀ ਤੁਸੀਂ ਫ੍ਰੀ ਫਾਇਰ ਦੋ ਹੁੰਦੇ ਜੇ ਬਾਬੇ ਕੋਈ ਨਹੀਂ ਹੈਗੀ ਸੀ ਸੌਂ ਲੱਗੇ ਯਾਰ ਅੱਗੇ ਟੋਤੇ ਹੁੰਦੇ ਮੂੰਹ ਤੇ ਕੇ ਉਧਰੇ ਆਉਂਦਾ ਮਾਰਿਆ ਹੀ ਆ ਹੋ ਵੀ ਯਾਰ ਕਿਲ ਚੋਰੀ ਕਰ ਲਿਆ ਮੇਰਾ ਇਹਨੇ ਯਾਰ ਯਾਰ ਨਹੀਂ ਨਾ ਬੰਦਾ ਪਿਸਟਲ ਨਾਲ ਹੀ ਮਾਰੀ ਜਾਂਦਾ ਯਾਰ ਪੂਰਾ ਕੁੱਤਾ ਕੰਮ ਕਰ ਗਿਆ बारी से खड़ा हो है? नहीं है ये क्या था एंगल एंगल ले भाई मार ले ये ले इधर बाहर आ गया मैं अगला पिस्टल दे नाल ही 1v4 कर गया अपना यार बताओगे और किसे जाने पासे और किसे पासे जाने चलो जी किथे मरया है ਆਹ ਕਿੰਨਾ ਮਰਿਆ ਮੈਨੂੰ ਮਾਰਿਆ ਨੇ ਬਾਲ ਮਰਿਆ ਮਾਰੇ ਤੁਹਾਨੂੰ ਕਿੰਨਾ ਮਾਰਿਆ ਮੈਂ ਉਹ ਭਰਾਵਾ ਲੰਮੇ ਪਿਆ ਬੰਦਾ ਖੜਾ ਹੋ ਕੇ ਨਾਲ ਦੀ ਨਾਲ ਘੁੰਮ ਕੇ ਫੇਰ ਕਰਤਾ ਮੇਰੇ ਤੇ ਚਲ ਆ ਜਾ ਪਾਰਟ ਆੜਿਆ ਮੂੰਹ ਤੇ ਆ ਪਾਰਟ ਸਜਾ ਕੀ ਆ ਯਾਰ ਤੁਹਾਨੂੰ ਦੇਖ ਲੈ ਨੋ ਬਿੱਲੀ ਓਨਲੀ ਕਾਲਾ ਮਗਰਮੱਛ ਪਤਾ ਨਹੀਂ ਕੀ ਸੀ ਨਾ ਡੀਪੀ ਸਭ ਕੀ ਬਿੱਲੀ ਰੱਖਣੀ ਹੈ ਡੀਪ ਫੇ ਬਿੱਲੀਆਂ ਦੀ ਫੋਟੋ ਅਲੱਗ-ਅਲੱਗ ਰੱਖਿਓ ਯਾਰ ਸੇਮ ਸੇਮ ਨਾ ਹੋ ਜਾਏ ਕਿਤੇ ਉਤਰਿਆ ਕਿਵੇਂ ਦਾ ਤੂੰ ਉਤਰੇ ਜੇ ਤੂੰ ਜਾਂਦੇ ਆ ਉਵੇਂ ਹੀ ਉਹੀ ਸੇਮ ਸੇਮ ਨਾ ਹੋ ਜੇ ਲੰਗ ਜੀ ਮਾਰ ਦੰਦਾ ਮੜੀ ਜਿਹਨੂੰ ਪਤਾ ਲੱਗ ਗਿਆ ਨਾ ਤਾਂ ਕਿ ਚੱਲ ਨੂੰ ਗਏ ਆ ਭਾਈ ਦੇ ਪੇਚ ਹੀ ਆ ਗੁਲਾਬੀ ਕੱਪੜੇ ਵਾਲਾ ਚੱਲਦੇ ਭਾਵੇਂ ਲਾਲ ਹੋਣ ਆ ਯਾ ਇਹੀ ਸੀ ਚੁੱਪ ਰਹਿ ਆ ਜੀ ਵੀਰੇ ਉੱਥੇ ਨਾ ਰਸ਼ ਨਾ ਕਰੀ ਭਾਈ ਦੂਜੀ ਵਾਰੀ ਲੈਂਡਿੰਗ ਕੀਤੀ ਨਾ ਜਿੱਤੀ ਆ ਜਾਓ ਯਾਰ ਆ ਗਿਆ ਗੁਲਾਬੀ ਕੱਪੜੇ ਵਾਲਾ ਇੱਕ ਜਿਹਨੇ ਮੈਨੂੰ ਮਾਰਿਆ ਤੇਰੇ ਤੇ ਬੰਦਾ ਆ ਰਿਹਾ ਭਾਈ ਸੱਜੇ ਖੱਬੇ ਹੋ ਜੋ ਭਾਈ ਦਾਣੀ ਭਾਜੀ ਇਦਾਂ ਨਹੀਂ ਇੱਧਰ ਅੰਦਰ ਨੂੰ ਸਿਰ ਕਰੋ ਰਾਈਟ ਪਿਕ ਲਓ ਰਾਈਟ ਨਹੀਂ ਹੁਣੀ ਚਲਾ ਕੋਈ ਉੱਪਰ ਹੋਣਾ ਜਿਵੇਂ ਬਸ ਕੰਮ ਕਰੋ ਇੱਧਰ ਇੱਥੇ ਬੈਠੇ ਰਹੋ ਬਾ ਉਹ ਨਾ ਪੀਕ ਨਾ ਕਰੋ ਬੈਠੇ ਰਹੋ ਬਸ ਇੱਦਾਂ ਪਿੱਛੇ ਰਹੋ ਖਾਤਰ ਹੁਣ ਬਦਲ ਬਹੁਤ ਗੰਦਾ ਮਾਰ ਰਿਹਾ ਰੱਜਿਆ ਚਾਰ ਪੂਰੇ ਨੇ ਭਾਜੀ ਬੂਸਟ ਹੋ ਗਈ ਥੋੜੀ ਪੂਰੀ ਬੂਸਟ ਹੋ ਗਈ ਥੋੜੀ ਪੂਰੀ ਆ ਮੇਰੀ ਬੂਸਟ ਤੇ ਨਹੀਂ ਇਹ ਨਹੀਂ ਅਜੇ ਹੋਈ ਪਰ ਮੇਰੇ ਕੋ ਹੈ ਨਹੀਂ ਨਾ ਉਹ ਦੂਜੀ ਨਹੀਂ ਭੱਜੀ ਨਾ ਹੁਣ ਭੱਜੀ ਨਾ ਹੁਣ ਰੀਲੋਡ ਹੋ ਗਈ ਜਾਨ ਹੱਗ ਦਿੱਤਾ ਬਾਬੇ ਸਾਰਿਆਂ ਨੇ ਹੱਗ ਲਿਆ ਅੱਛਾ ਤਾਂ ਰੀਕੋਲ ਹੈਗਾ ਸੀ ਜੇ ਉਹ ਬਾਬੇ ਮੇਰਾ ਏਮ ਗੋ ਗਲਤ ਚੱਲ ਗਿਆ ਪਹਿਲਾਂ ਛੱਡਤਾ ਮੈਂ ਕਿਹਾ ਤੂੰ ਨੌਕ ਦੇ ਦੂਜੇ ਤੇ ਕਰਨ ਲੱਗਾ ਉਹ ਅੰਦਰ ਭੱਜ ਗਿਆ ਕਰਦੀ ਹੁਣਾ ਟਾਈਮ ਪਾਸ ਨਾ ਕਰੀ ਜਾਈ ਗਲਤ ਕਰ ਲਿਆ ਸੀ ਯਾਰ ਗੇਮ ਮੈਕਸ ਹੈਡਸ਼ਾਟ ਹੈਲੋ ਗੇਮ ਮੈਕਸ ਵੀ ਕੀ ਹਾਲ ਚਾਲ ਬੰਦਿਆਂ ਨੇ ਮੂਹਰੋਂ ਜਾ ਕੇ ਬੋਲਦਾ
ਭਾਜੀ ਗਲੱਪ ਛੂਟਾ ਨੇ ਮਾਰ ਲੱਗੇ ਦੋ ਗੋਲੀਆਂ ਤੇ ਤਿੰਨ ਵੇਸਟ ਕੀਤੀਆਂ ਬਾਕੀ ਜਿਹੜਾ ਅੰਦਰੋਂ ਆਇਆ ਉਹ ਅੰਦਰੋਂ ਬਾਹਰੋਂ ਭਾਜੀ ਕੇ ਅੰਦਰ ਭੱਜ ਗਿਆ ਉਹਨੇ ਨੂੰ ਰੀਲੋਡ ਹੋ ਗਈ ਕੰਨ ਯਾਰ ਮੈਂ ਤਾਂ ਨੌਕ ਵੀ ਕਰ ਲਿਆ ਮੇਰੀ ਪਾਵਰ ਵੀ ਘੱਟ ਗਈ ਚਲ ਮੇਰੀ ਵੀ ਪਾਵਰ ਮਾਰੀ ਉਹ ਨਹੀਂ ਭਰਾਵਾ ਬੰਦਾ ਭਾਜੀ ਦੇ ਮੂੰਹ ਤੋਂ ਭੱਜ ਕੇ ਅੰਦਰ ਭੱਜ ਗਿਆ ਫਿਰ ਤੋਂ ਪੌੜੀਆਂ ਤੋਂ ਨਿਕਲ ਗਿਆ ਤਾਂ ਤੇ ਭਾਜੀ ਤਾਂ ਗੋਲੀਆਂ ਦਰ 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 ਦੱਸ ਤੇ ਰਿਹਾ ਵਾਂ ਗਨ ਰੀਲੋਡ ਚੱਲ ਗਈ ਨਾ ਬੋਲਾਂ ਤਾਂ ਹੈ ਨੀ ਸੀਗੀਆਂ ਉੱਥੇ ਫਾਇਦਾ ਤਾਂ ਹੈ ਨੀ ਭੱਜ ਕਿੱਥੋਂ ਭੱਜਦਾ ਵਾ ਰੋਇਲ ਪਾਸ ਲੈਣ ਜੋਗੇ ਅੱਛਾ 1000 ਰੁਪਏ ਦਾ ਵੱਡਾ ਰੋਇਲ ਪਾਸ ਆ ਤੇ 2500 ਦਾ ਦੂਜਾ 3000 ਰੁਪਏ ਪੈਸਾ ਬਰਬਾਦ ਕਰਨ ਵਾਲੀ ਬਾਤ ਹੈ ਜੀ ਤੋਂ ਭਾਜੀ ਤੁਸੀਂ ਇਹਨਾਂ ਦੇ ਸਾਹਮਣੇ ਉਹ ਲੰਬੇ ਪੈ ਜਾਂਦੇ ਲੋਟ ਆ ਕੇ ਦਾ ਕੰਮ ਤੁਸੀਂ ਹੋਰੇ ਪਾਸੇ ਪੀਕਾਂ ਕਰੀ ਚਲ ਕੋਈ ਨਾ ਇਹ ਮੇਰੇ ਕਹਿੰਦੇ ਤੁਸੀਂ ਪਿੱਛੋਂ ਮਾਰ ਦਿੰਦੇ ਫਿਰ ਕਿਉਂਕਿ ਤੂੰ ਹੀ ਕੱਲਾ ਫੁੱਟਸਟੈਪ ਦੇ ਰਿਹਾ ਸੀ ਨਾ ਉਹਨਾਂ ਦੀ ਨਿਗਾਹ 'ਚ ਇਹ ਸੀਗਾ ਇੱਕ ਹੀ ਫੁੱਟਸਟੈਪ ਦੇ ਰਿਹਾ ਸੀ ਵੀ ਸਾਲੇ ਉਹ ਮੇਰੇ ਪਾਵਰ ਮਾਰੀ ਗਿਆ ਸਾਲਾ ਮੈਂ ਉੱਪਰ ਚੜ ਗਿਆ ਉਹਦੇ ਲਾਈਕ ਕਰ ਲਓ ਗਾਈਸ ਸਾਰੇ ਮੇਰੇ ਭਰਾ ਲਾਈਕ ਕਰ ਲਿਓ ਚਲ ਕੋਈ ਨਾ ਚਲਦੀ ਆ ਪੁੱਤਾ ਹੈ ਐਸੇ ਐਸੇ This is a simulation game set in a virtual world and does not represent real life. Please play in moderation. Take frequent breaks and play responsibly. ਜੰਦੂਤਾ ਚਲੋ ਬਾਗ ਕਰ ਸ਼ਾਦੀ ਕਰ ਲੇਤੇ ਹੈ ਆਪਣੇ ਘਰ ਵਾਲੋ ਕੋ ਮਨਾ ਲੇਂਗੇ ਬਾਅਦ ਮੇ ਮੁੰਡਾ ਮੁੰਡੇ ਨਾਲ ਹੀ ਵਿਆਹ ਕਰਾਉਣ ਨੂੰ ਫਿਰਦਾ ਇੱਥੇ ਕਿਆ ਸੋਚ ਹੈ ਬਈ ਉਹ ਕਹਿ ਰਿਹਾ ਤਾਤਿਆ ਪਿੱਛੂ ਜਮਦੂਤ ਨੂੰ ਕਹਿੰਦਾ ਚੱਲ ਆਪਾਂ ਭੱਜ ਕੇ ਵਿਆਹ ਕਰਾ ਲਈਏ ਬਾਅਦ ਚ ਮਨਾ ਲਾਂਗੇ ਕੁੜੀ ਨੇ ਵਿਆਹ ਕਰਾਇਆ ਆਹੋ ਪਤਾ ਜੈਂਡਰ ਚੇਂਜ ਕਰਾਇਆ ਜੀ ਨੇ ਕਿਹਨਾਂ ਨੇ ਇੱਕ ਮੁੰਡੇ ਨੇ ਕਰਾਇਆ ਜੀ ਹਾਂ ਜੈਂਡਰ ਚੇਂਜ ਕਰਾਇਆ ਅੱਛਾ ਜੀ ਖੰਨਾ ਹੈਸ਼ਟੈਗ 5 ਮਿਡਲ ਮੈਨ ਫੋਨ ਵਿਕਟ ਇੰਦਰ ਉਹ ਖੰਨਾ ਤੁਹਾਡੇ ਲੱਗ ਗਈ ਆ ਨਾ ਜੱਟ ਪੱਕਾ ਕੌਣ ਜੱਟ ਨੀ ਖੇਡ ਰਿਹਾ ਜੱਟ ਖੇਡ ਰਿਹਾ ਨਾ ਸ਼ਾਹਪੁਰੀ ਵਾਲੀ ਏਡੀ ਤੋਂ ਜੱਟ ਹੀ ਆ ਕਵਰੇ ਲਾ ਤੇ ਹੁਣ ਹਣਾ ਰਾਜ ਹੋਇਆ ਜੁਗਰਾਜ ਹਾਂ ਕਰਿਆ ਹੋਇਆ ਲੱਗੇ ਹਾਂ ਵਾਲਿਆਂ ਨੇ ਉਹਨੇ ਜਮੀ ਕਵਰੇ ਲਾ ਦੇ ਸਾਲਿਆਂ ਨੇ ਸਕੂਲ ਦੇ ਉਹ ਸਾਲੇ ਕਾਗਜ਼ ਗੇਰੀ ਜਾਂਦੇ ਤੇ ਥੱਲੇ ਹੁੰਦੀ ਦੀ ਦੁਕਾਨਾਂ ਦੇ ਕੋਲ ਨਾ ਇੱਥੇ ਲੈ ਕੇ ਜਾਊਂਗਾ ਠੀਕ ਹੈ ਵਾਚ ਆਊਟ ਬੰਦੇ ਪਹਿਲੇ ਹੀ ਭਾਈ ਪੰਜ ਉਹ ਉਹ ਓਏ ਸ਼ਿਟ ਬੇ ਸ਼ੀ 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 ਵਾਚ ਆਊਟ ਕਾਂ ਚੱਕਲਾ ਕਾਂ ਚੱਕਲਾ ਮਾਰਕ ਟੂ ਲੋਕੇਸ਼ਨ ਮਿਲ ਗਈ ਮਾਰਕ ਟੂ ਲੋਕੇਸ਼ਨ ਮੈਂ ਨਾ ਇੱਥੇ ਲੁੱਕ ਕੇ ਬਹਿ ਗਿਆ ਜੇ ਸੇਫ ਕਰਾਉਣ ਦਾ ਕਰਾ ਲਿਓ ਜੇ ਮੇਰੀ ਗੇਮ ਪੈ ਗਈ ਆ ਉਹ ਬਾਟ ਮਾਰਨ ਆ ਗਿਆ ਉਹ ਬਾਟ ਮਾਰ ਗਿਆ ਯਾਰ ਓਹੋ ਮੂਰੇ ਦੇਖਿਆ ਮੈਂ ਪਹਿਲਾਂ ਹੀ ਮੁੰਡੇ ਤੁਸੀਂ ਕਹਿ ਰਹੇ ਦੱਸੋ ਨਾ ਆਪਾਂ ਨੇ ਬਾਟ ਇੱਥੇ ਸਿਟੀ 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 ਉਤਰੋ
ਕਿਹੜੀ ਉਧਰ ਨਹੀਂ ਵੇ ਬੋਟ ਮਾਰ ਗਿਆ ਪੀਬੀਐਕਸ ਰਸ਼ਰ ਹੈਲੋ ਕੀ ਹਾਲ ਨੇ ਧੱਕਾ ਹੋਣਾ ਜਿਹੜਾ ਆ ਗਿਆ ਉਹਦੇ ਨਾਲ ਧੱਕਾ ਹੋਣਾ ਵਧੀਆ ਰਸ਼ਰ ਭਾਈ ਵਧੀਆ ਵਧੀਆ ਉਹ ਮਾਮਾ ਕਿੰਨਾ ਧੱਕਾ ਤਿੰਨ ਕਿਲ ਇਕੱਠੇ ਮਿਲੇ ਆ ਸਾਰੇ ਆਪਣੇ ਜਿਹੜੇ ਜਿਹੜੇ ਦੇਖ ਲੈ ਕੇ ਲਾਈਕ ਸਬਸਕ੍ਰਾਈਬ ਕਰ ਦੋ 11 10 ਲਾਈਕ ਹੋ ਭਾਈ ਇੰਨੇ ਬੰਦੇ ਕਹਿੰਦਾ ਇੱਕ ਇੰਜ ਵੀ ਕੱਢ ਲੈ ਮਹਾਨ ਆ ਤਿੰਨ ਕਿਲ ਪਤਾ ਹੀ ਨਹੀਂ ਲੱਗਿਆ ਕਿਹੜੇ ਕਿਹੜੇ ਕਿੱਥੋਂ ਕਿਲ ਮੈਨੂੰ ਮਿਲੇ ਆ ਬਾਬੇ ਚੱਕ ਲੈ ਇਹਨਾਂ ਕਿੰਨੇ ਕਿਲ ਕੱਢ ਲੈ ਤਿੰਨ ਕਿਲ ਹੈ ਇੱਕ ਕੱਢਿਆ ਬਾਈ ਮੈਂ ਇੱਕ ਲੱਗਿਆ ਬੈਠਾ ਆ ਜੇ ਕਿੰਨੇ ਤਿੰਨ ਕੱਢ ਲੈ ਆ ਮੇਰੇ ਵੀ ਤਿੰਨ ਨਿਕਲ ਗਏ ਕਿਲ ਉਹ ਵੀ ਪਤਾ ਨਹੀਂ ਕਿਹੜੇ ਨੌਕ ਨੌਕ ਪਏ ਸਾਰੇ ਚੱਕ ਲੈ ਮੈਂ ਉਹ ਤੇ ਇੱਕ ਬੰਦੇ ਨੇ ਨਾ ਵਿਕਟਰ ਨਾਲ ਝਾੜਤਾ ਮੈਨੂੰ ਆਲੇ ਦੁਆਲੇ ਤਿੰਨ ਟੀਮਾਂ ਆਤੀਆਂ ਪੂਰੀਆਂ ਜਿਹੜੇ ਮੇਰੇ ਲੱਭ ਰਹੀ ਨਹੀਂ ਕਿੱਥੇ ਆ ਬੰਦਾ ਇਹ ਚਲੋ ਕੋਈ ਨਾ ਚਲਤਾ ਹੈ ਮੇਨ ਚੀਜ਼ ਕਿਲ ਨਾ ਸੀ ਕਿਲ ਨਿਕਲ ਗਿਆ ਆ ਰਹੇ ਨੇ ਬੰਦੇ ਹੁਣ ਨਾ ਇਧਰ ਨੂੰ ਲੋਕੇਸ਼ਨ ਪਤਾ ਯਾਰ ਮੈਂ ਤੇ ਫਾਇਰ ਕਰੇ ਨੇ ਪਹਿਲਾਂ ਉਹਨਾਂ ਤੇ ਅੱਛਾ ਰਾਜਵੀਰ ਜਿੰਦਾ ਹੈ ਲੈ ਜਾ ਰਿਹਾ ਤੋ ਮੇਰਾ ਰੀਗਲ ਨਹੀਂ ਪਿਆ ਤੇ ਉਹ ਰੀਗਲ ਪਿਆ ਫਿਰ ਵੀ ਉੱਤਰ ਗਿਆ ਮੇਰੀ ਬੱਕੀ ਪੜਾ ਆ ਗਿਆ ਉੱਥੇ ਨਹੀਂ ਰੀਕਲ ਖਤਮ ਹੋ ਗਿਆ ਲੱਗ ਜਿੰਦਾ ਨਾ ਯੁਵਰਾਜ ਮੈਂ ਭੱਜਾਂ ਦੇ ਕੇ ਭੱਜ ਕੇ ਦਵਾਂ ਇਹਨਾਂ ਨੂੰ ਆ ਤੂੰ ਨਹੀਂ ਆਇਆ ਜਿੰਦਾ ਪਤਾ ਤੈਨੂੰ ਭਾਈ ਜਦੋਂ ਮੇਰੇ ਅਸੀਂ ਇੱਧਰ ਆਏ ਆ ਭਾਈ ਭਾਜੀ ਆਪਾਂ ਕਿੱਧਰ ਆਏ ਆਪਣਾ ਜਹਾਜ਼ ਦੱਸਿਓ ਭਾਜੀ ਵੀ ਜਦੋਂ ਮੇਰਾ ਨਵਾਂ ਫੋਨ ਆਇਆ ਤਾਂ ਮੈਂ ਤੁਹਾਡੇ ਨਾਲ ਖੇਡਣਾ ਠੀਕ ਹੈ ਜਾਨ ਠੀਕ ਹੈ ਤੂੰ ਤੁਰ ਕੇ ਆਉਣਾ ਜਹਾਜ਼ ਹੀ ਆਉਣਾ ਸੀ ਤੂੰ ਬਚਾ ਸਕਦੇ ਤਾਂ ਭਾਈ ਉਹਨੂੰ ਤੇ ਢਿੱਲੇ ਮੂਣ ਰੀਗਲ ਲੈਣਾ ਮੈਂ ਬਜਣਾ ਫੜ ਲੈਂਦਾ ਉਹਦੀ ਬਾਹੇ ਫੜ ਲੈਂਦਾ ਉਹਦੇ ਉੱਤੋਂ ਨੂੰ ਸਿੰਪਲੀ ਹਿੱਲ ਲੈਂਦਾ ਸਾਰੇ ਬਾਬਾ ਭੈ ਜਿਹੜਾ ਬੁਆ ਚ ਫੜਦੇ ਕੁੜੀ ਜੇ ਹੋਗਾ 12 ਫੁੱਟ ਦੀ ਮਾਂ ਲਈ ਬੇਟਾ ਜੀ ਵਰਾ ਕੁੜੀ ਹੱਥ ਮਾਰ ਲੈ ਥੱਲੇ ਰਹਿ ਜਾਂਦੀ ਯੂਐਮਪੀ ਚਲਾਉਣੀ ਪੈਣੀ ਫਿਰ ਤੈਨੂੰ ਸੱਤ ਨਾਲ ਆ ਜਾਓ ਇੱਥੇ ਆ ਜਾਓ ਹੁਣ ਕੋਈ ਨਾ ਲੂਟ ਕਰਕੇ ਫੇ ਚੱਲਦੇ ਆ ਲਾਲ ਵਾਲ ਰੈਡ ਹੇਅਰ ਨਾਮ ਜਿੰਨੇ ਮਾਰਿਆ ਗ੍ਰੀਨ ਹੇਅਰ ਚਾਹੀਦਾ ਨਾ ਬਾਜੀ ਪਰ ਪਿੰਗ ਨਹੀਂ ਆਉਂਦੇ ਯਾਰ ਗ੍ਰੀਨ ਹੇਅਰ ਵਾਲਾ ਬੰਦਾ ਕੋਈ ਹੈ ਨਹੀਂ ਮੈਂ ਕਹਿੰਦਾ ਆਪਾਂ ਗ੍ਰੀਨ ਹੇਅਰ ਨਾਮ ਚੇਂਜ ਨਾ ਕਰ ਲਈ ਜੱਟ ਨਾਮ ਹੀ ਚੇਂਜ ਕਰ ਲੈ ਯਾਰ ਭਰਾ ਬਣ ਕੇ ਗ੍ਰੀਨ ਹੇਅਰ ਕਰ ਲੈ ਹਾਂ ਭਾ ਮੈਨੂੰ ਛੇੜੀ ਜਾ ਸਾਰੀ ਗੇਮ ਚ ਨਹੀਂ ਲੈਣੀ ਕਰ ਦੋ ਬੜੇ ਇੰਨਾ ਨਹੀਂ ਕਰ ਸਕਦਾ ਯਾਰ ਭਰਾ ਵਾਸਤੇ ਜੇ ਹੁਣ ਜੇ ਰਾਜਵੀਰ ਨੇ ਕਿਹਾ ਕਿ ਰਾਜ ਹੈਨਾ ਤੇ ਫਿਰ ਆਪ ਤੂੰ ਵੀ ਕਰ ਲੈ ਕਿੱਸਾ ਭਾਜੀ ਹੂੰ ਭਾਜੀ ਮੈਂ ਰਾਤ ਨੂੰ ਯਾਰ ਸਹੀ ਗੱਲ ਆ ਭਾਈ ਰਾਕੀ ਵਾਕੀ ਰਾਤ ਨੂੰ ਤਾਂ ਮੈਂ ਵੀ ਨਹੀਂ ਕਰਦਾ ਯਾਰ ਹੋਰ ਜੋ ਮਰਜ਼ੀ ਹੋ ਜੇ ਪਤਾ ਬਈ ਗੱਲ ਰਾਜਵੀਰ ਤੋਂ ਸਿਰਤੀ ਮੇਰੇ ਘਰ ਦੇ ਕੋਵੇ ਸੋਹ ਲੱਗੇ ਜੇ ਹੁੰਦੇ ਆ ਦੂਰ ਆਈ ਗਾਟ ਸਪਲਾਈਜ਼ ਗਾਣਾ ਹੋਣੀ ਆ ਇਹਨਾਂ ਤੂੰ ਜ਼ਿੰਦਗੀ ਸੁਣੀਆਂ ਨਹੀਂ ਸੀ ਹੁਣੀ ਹਾਰਿਆ ਨਹੀਂ ਬਾਈ ਹਮਨੇ ਤਾਂ ਕੁਝ ਬੋਲੇ ਨਹੀਂ ਯਾਰ ਦੇਖੋ ਹਮਨੇ ਕੁਝ ਅਗਰ ਬੋਲਾ ਤਾਂ ਬਤਾਓ ਬਾਈ ਕੀ ਗਾਇਸ ਕੀ ਚੈਟ ਵਾਲੋ ਕੀ ਕਹਤਾ ਯਾਰ ਕੀ ਹਮਨੇ ਕੁਝ ਬੋਲਾ ਵੀ ਜਿੱਦਣ ਦੀ ਮੇਰੀ ਚੈਟ ਨੂੰ 8x ਹੈਗਾ ਲੈ ਲਓ ਮੇਰੇ ਤੋਂ ਚਾਹੀਦਾ ਹੋਇਆ ਸਨਾਈਪਰ ਸਨਾਈਪਰ ਚਲਾਉਣੀ ਹੈ ਉਹ ਉੱਥੇ ਕਾਰਡ ਲੱਭੋ ਗੱਲ ਸੁਣ ਲਲਾਰੀਆ ਵੇ ਆ ਭਈਆ ਕਾਰ ਨਹੀਂ ਪੀ ਕਿਹੜੀ ਉਹ ਕਾਰ ਨਹੀਂ ਪੀ ਭਈਆ ਆਈ ਗਾਟ ਸਪਲਾਈਜ਼ ਆਉਣਾ ਵਾ ਆ ਲੋਕ ਮੇਰੇ ਤੇ ਹੱਸਦੇ ਆਪਾਂ ਤਾਂ ਆਉਂਦੀ ਨਹੀਂ ਸਿਰਫ ਪੈਸੇ ਜ਼ਿਆਦਾ ਦੇ ਦੂੰਗਾ ਵਾਚ ਆਊਟ ਉਹ ਬੰਦਾ ਆ ਵੀ ਮਾਰ ਲੋ ਉਹਨੂੰ ਕੁੱਲੀ ਛੂਟ ਆ ਕਿੱਥੇ ਮਾਰਾਂ ਤੇ ਤੇਰੇ ਕੋ ਆ ਗਿਆ ਲੈ ਹੁਣ ਮੌਕਾ ਮਿਲਿਆ ਸੁਣ ਲਾ ਵੇ ਉਹ ਰੋਕ ਹੀ ਨਹੀਂ ਰਿਹਾ ਸੀਗਾ ਭੱਜੇ ਜਾ ਰਿਹਾ ਵੈਸੇ ਹੈਗੇ ਭਾਜੀ ਹੈ ਕਰਕੇ ਕਿੱਥੇ ਹੋਏ ਵੈਸੇ ਹੈਗੇ ਨਹੀਂ ਉਹ ਕੋਟ ਪੈਂਟ ਪਾਉਣਾ ਵਾਈਟ ਕੋਟ ਪੈਂਟ ਯੂ ਵਾਂਟ ਕੋਟ ਵਾਈਟ ਕੋਟ ਪੈਂਟ ਮੇਰੇ ਕੋ ਵਾਈਟ ਆਈ ਗਾਟ ਸਪਲਾਈਜ਼ ਉਹ ਵਾਈਟ ਸ਼ੇ ਉਹ ਬਣਾਇਆ ਹੋਇਆ ਮੈਂ ਲੋਨ ਦੇਖੋ ਸ਼ੇਰਾਂ ਦਾ ਹੋਏ 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 ਇਹ ਵੀ ਕੈਂ ਇਹ ਲੋਕ ਵਾਲੀ ਕੈਂਟ ਲੱਗਦੇ ਵਾ ਜੀ ਇਹਨਾਂ ਇਹ ਬਿਲਕੁਲ ਹੀ ਕੈਂਟ ਆ ਪਿਓਰ ਵਾਈਟ ਵਾਚ ਆਊਟ ਮੇਰੇ ਸੇਮ ਹੀ ਹੈ ਬਸ ਥੋੜਾ ਇੱਕ ਉਹ ਆ ਫਰਕ ਨਹੀਂ ਥੋੜਾ ਬਸ ਉਹਦੇ ਵਿੱਚ ਫਰਕ ਆ ਉਹ ਜ਼ਿਆਦਾ ਨਾ ਉਹ ਜੈਬਰਾ ਜਾ ਬਣ ਜਾਂਦਾ ਸਾਲਾ ਬੋਰਡ ਸਮਝ ਕੇ ਨਾ ਮਾਰ ਦੇ ਭਾਜੀ ਕੋਈ ਮੈਨੂੰ ਫੇਰ ਵਧੀਆ ਹੀ ਆ ਸਗੋ ਯਾਰ ਇੰਨਾ ਘੈਂਟ ਇੰਨਾ ਘੈਂਟ ਵਾਈਟ ਸੂਟ ਬੂਟਾਂ ਦੇ ਪਾਇਆ ਹੋਇਆ ਮੈਨੂੰ ਯਕੀਨ ਜਾਂ ਨਹੀਂ ਹੁੰਦਾ ਯਾਰ
ਪਤਾ ਲੋਕੀ ਤਰਸਦੇ ਆ ਵਾਈਟ ਆਊਟਫਿਟ ਵਾਲੇ ਉਹੀ ਮੈਥੀ ਦੇ ਸੂਟ ਆ ਇਹ ਕਿਹੜਾ ਆ ਵਾਈਟ ਵਾਲਾ ਵਾਈਟ ਕੋਟ ਪੈਂਟ ਬੂਟ ਦੇਖੇ ਇੱਕ ਮਿੰਟ ਰੁਕ ਜਰੂਰ ਸੇ ਕੱਢਿਆ ਵੇ ਬੂਟ ਨੂੰ ਯਾਰ ਬੈਰਲ ਹੈਗੀ AKM ਲੈ ਲਿਓ ਮੇਥੋਂ ਚੈੱਕ ਕਰਿਓ ਓਏ ਇਹ ਪਬਜੀ ਨਹੀਂ ਗਈ ਇੱਥੇ ਨੌਕ ਹੋਵਾਂਗੇ ਹੋਰ ਕੀ ਰਾਜਵੀਰ ਨੇ ਕੀਤਾ ਇਹਨੂੰ ਪਤਾ ਨਹੀਂ ਹੈਗਾ ਫਿਰ ਜੇ ਅਸੀਂ ਨੇੜ ਮਾਰਿਆ ਨਾ ਫਿਰ ਦੋ ਜਣੇ ਇਕੱਠੇ ਨੇ ਰਲ ਕੇ ਮਾਰਨਾ ਇੱਕ ਨੇ ਨੌਕ ਦੂਜੇ ਨੇ ਫਿਨਿਸ਼ ਕੋਈ ਨਾ ਰਿਪੋਰਟਾਂ ਵੀ ਦੋਵਾਂ ਦੇ ਵਜਣੀਆਂ ਇਹ ਨਾ ਬਸ ਪੇਜ ਚੇ ਟੈਨਸ਼ਨ ਨਹੀਂ ਹੈ ਬਿੜੂ ਮੇਰੀ ਗੱਲ ਮਾਰੋ 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 ਨੇੜ ਮਾਰੋ ਨੇੜ ਮਾਰੋ ਨੇੜ ਮਾਰੋ ਨੇੜ ਮਾਰੋ ਦਾਈ ਸਕੋਪ ਅਸੀਂ ਆਪਣੀ ਗੇਮ ਖਰਾਬ ਕਰ ਦਿੱਤੀ ਓਏ ਮਾਰੋ ਨੇੜ ਮਾਰੋ ਨੇੜ ਮਾਰੋ 6 ਛੋਟਾ ਆਹੋ ਆਜੋ ਲੈ ਮੈਂ ਵੀ ਕਿਹੜਾ ਦੋ ਦੋ ਕਿਦਾਂ ਹੋ ਗਏ ਸਰ ਦੋ ਪੈਂਦੋ ਹਲੇ ਹਲੇ ਕਰਾਂ ਹਟ ਜਾ ਹਲੇ ਰਾਜਵੀਰ ਲੈ 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 ਬੈਰਲ ਪਈ ਐ ਤੇ ਮਾਰਕਡ ਐਨ ਐਨਮੀਸ ਡੈਥ ਕ੍ਰੇਟ ਓਕੇ ਆ ਗਿਆ ਮੈਂ ਨਿਕਲ ਗਿਆ ਕਿੰਨੇ ਟੋਕ ਨਾ ਤੇਰੇ ਕੋਲ 0 ਯੁਵਰਾਜ ਮੈਂ ਤਾਂ ਹੁਣ ਉਤਰਿਆ ਹਜੇ ਮੇਰੇ ਕੋਲ ਕੁਝ ਨਹੀਂ ਹੈ ਲੂਟ ਆਪਣੀ ਹੋ ਗਈ ਪ੍ਰੋਪਰ ਰਸ਼ ਕਰਨ ਦਾ ਮੂਡ ਹੋਏ ਦੱਸ ਦੋ ਚੱਲ ਪੈਨੇ ਆ ਓਪੀ ਆ ਲੂਟ ਤਾਂ ਓਏ ਲੂਟ ਓਪੀ ਵਾਲੀ ਪਈ ਆ ਹੁਣ ਬਸ ਨੀੜਾ ਕਿ ਤੁਹਾਡੇ ਰਸ਼ ਦੀ ਆ ਗਈ ਤਦ ਰਸ਼ ਕਰਨਾ ਗਾੜੀ ਗਾੜੀ ਚਲ ਆ ਜਾ ਆਪਾਂ ਰਾਜੀ ਰਾ ਚਲੀਏ ਆ ਜਾਓ ਆ ਜਾਓ ਆ ਜਾਓ ਵਾਚ ਆਊਟ ਭਾਜੀ ਪਹਿਲਾਂ ਕੋਈ ਤਾਂ ਖੋਲੂ ਕੋਈ ਸਲਾ ਆ ਜਾਓ ਆ ਜਾਓ ਕਾਰਡ ਹੈ ਕਿਹਦੇ ਕੋਲ ਯੁਵਰਾਜ ਕੋਲ ਕਾਰਡ ਕਿਉਂਕਿ ਜਦੋਂ ਕਾਰਡ ਨਾ ਟੀਮ ਚ ਕਿਸੇ ਨੂੰ ਮਿਲਦਾ ਨਾ ਉਹ ਤੇ ਨਿਸ਼ਾਨ ਸ਼ੋ ਹੁੰਦਾ ਕਾਰਡ ਵਾਲਾ ਕਿਸੇ ਕੇ ਪਾਸ ਹੈ ਯੁਵਰਾਜ ਕੋਲ ਪੱਕਾ 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 ਯੁਵਰਾਜ ਕੋਲ ਇਹ ਕਿਸੇ ਕੇ ਪਾਸ ਤੋਂ ਹੈ ਨਹੀਂ ਬੋਲਦਾ ਪਿਆ ਜੱਟ ਦੇ ਕੋਲ ਹੀ ਆ ਆ ਜਾਓ ਆਰਾਮ ਨਾਲ ਬਹਿ ਜਾਓ ਆ ਕੇ ਆਰਾਮ ਨਾਲ ਬਹਿ ਜਾਓ ਆਪੇ ਗਾ ਕੋਈ ਤਾਂ ਖੋਲੂਗਾ ਜੀ ਕਿਹਦੇ ਕੋ ਕਾਰਡ ਆ ਖੋਲੋ ਖੋਲੋ ਕਾਰਡ ਕਿਹਦੇ ਕੋ ਖੋਲੋ 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 ਦੇਖਿਆ ਫੜਿਆ ਗਿਆ ਬੰਦਾ ਪਕੜਾ ਗਿਆ ਪਹਿਲਾਂ ਕਹਿਣ ਦਿਆ ਬੰਦਾ ਜੇ ਉੱਪਰ ਬੈਠਾ ਹੈ ਤਾਂ ਹੀ ਯੁਵਰਾਜ ਕੋਲ ਹੀ ਆ ਪਕੜਾ ਗਿਆ ਅਬ ਕਹਾਂ ਜਾਏਗਾ ਬੀੜੂ ਪਕੜਾ ਗਿਆ ਆ ਜਾ ਤੈਨੂੰ ਗੰਨ ਪਤੀ ਮੈਂ ਤਾਂ ਨਾਈਟ ਬੋਰਡ ਕੋ ਹਰਾ ਦਿਆ ਦੇਖ ਚੁੱਪ ਚੁੱਪ ਰਹੂਗਾ ਨਾ ਜਿਹੜਾ ਮੈਂ ਚੁੱਪ ਚੁੱਪ ਰਹੂਗਾ ਨਾ ਇਹ ਚੀਜ਼ਾਂ 'ਚ ਹੁੰਦੇ ਕਿੰਨੇ ਕੋਲ ਕਾਰਡ ਮੱਛਰ ਨਾ ਨਹੀਂ ਹੁੰਦੇ ਉਹਨੂੰ ਪਤਾ ਕਿਉਂਕਿ ਮੇਰਾ ਨੰਬਰ ਆ ਜਾਣਾ ਨੂੰ ਏ ਡਬਲਿਆਂ ਦੀ ਭੁੱਖ ਆ ਇਹਨੂੰ ਜਾਈ ਜਾਂ ਮਰਦੀ ਸਹੀ ਦੱਸਾਂ ਯਾਰ ਦੇਖੋ ਜੇ ਤਾਂ ਅੰਦਰ ਮਿਲੀ ਨਾ ਐਮਜੀ ਜਾਂ ਗਰੂਜ਼ਾ ਹੋ ਦੇਖੋ ਸਨਾਈਪਰ ਵਾਲਾ ਤਾਂ ਮੈਨੂੰ ਕੋਈ ਸ਼ੌਂਕ ਹੈ ਨਹੀਂ ਮੈਨੂੰ ਤਾਂ ਬਸ ਗਰੂਜ਼ਾ ਚਾਹੀਦੀ ਆ ਜਾਂ AR ਚਾਹੀਦੀ ਕੋਈ ਵੀ ਠੀਕ ਹੈ ਸਨਾਈਪਿੰਗ ਵਾਲਾ ਸੀਨ ਹੈ ਨਹੀਂ ਤੁਸੀਂ ਗੱਡੀ ਕਢੋ ਚਲ ਚੱਲੀਏ ਨਹੀਂ ਦਰਾਹ ਤੋਂ ਪਹਿਲਾਂ ਕਾਰਡ ਲੈ ਗਿਆ ਇੱਧਰ ਨੂੰ ਆ ਪਹਿਲਾਂ ਤੈਨੂੰ ਚਾਹ ਹੋ ਪਾਈਏ ਸਰੋਪਾ ਪਾਉਣਾ ਆ ਕਾਰਡ ਤਾਂ ਛੱਡਤਾ ਮੈਂ ਇੰਨੇ ਕੂਲੇ ਨਾ ਬਣੋ ਮੇਰੇ ਕਾਰਡ ਛੱਡਦੀ ਹੈ ਨਾ ਤਾਂ ਵੀ ਸ਼ੋਅ ਹੁੰਦਾ ਹੈ ਵਾਚ ਆਊਟ ਛੱਡਤਾ ਕਾਰਡ ਉਹਨੇ ਸਾਨੂੰ ਨਹੀਂ ਛੱਡਤਾ ਉਹਨੇ ਕਾਰਡ ਹੁਣ ਛੱਡੇ ਆ ਚੱਕੇ ਉਹ ਕਾਲੇ ਏਰੀਆ ਤੇ ਉਹਨਾਂ ਉਹਦੇ ਏਰੀਆ ਚ ਸੱਟ ਕਿਤੇ ਛੁੱਟਿਆ ਉਹ ਉੱਥੇ ਕਿਤੇ ਜੱਟ ਜਾ ਤੂੰ ਕਾਰਡ ਲੱਭ ਕੇ ਲਿਆ ਮੈਂ ਇੱਥੇ ਬੈਠਾ ਜਾ ਉਹਦੇ ਉਹਨਾਂ ਕੋਲ ਜਾ ਦੇਖ ਤੇ ਨਾ ਪ੍ਰੋਮਿਸ ਕਰਦਾ ਪ੍ਰੋਮਿਸ ਕਰਦਾ ਜੇ ਤੇਰੇ ਕੋ ਨਾ ਸਾਰਾ ਚੱਕ ਲਿਆ ਫਿਰ ਚੱਕ ਲਿਆ ਨਹੀਂ ਚੱਕ ਲਿਆ ਯਾਰ ਸ਼ੋਅ ਹੋ ਰਿਹਾ ਉਹ ਦੇਖ ਸ਼ੋਅ ਹੋ ਰਿਹਾ ਭਾਜੀ ਬਾਹਰ ਆਉ ਮੜਾ ਕਮਰੇ ਤੋਂ ਉਹ ਦੇਖ ਸ਼ੋਅ ਹੋ ਰਿਹਾ ਪਤਾ ਮੈਨੂੰ ਸ਼ੋਅ ਹੋ ਰਿਹਾ ਵਾ ਹਮਕੋ ਭਾਈ ਕਾਰਡ ਚਾਹੀਏ ਹਮਕੋ ਜੀ ਵਾਲਾ ਬੰਦੇ ਆ ਗਏ ਕੋਈ ਨਾ ਆਉਣ ਦੇ ਬੰਦੇ ਆਉਣ ਦੇ ਮੈਂ ਲੈ ਗਿਆ ਬਿਠਾ ਕੇ ਲੈ ਕੇ ਆਣੀ ਮੈਂ ਨਹੀਂ ਆਉਣਾ ਨਹੀਂ ਹਮਕੋ ਬਾਬੂ ਭਾਈ ਕਾਰਡ ਚਾਹੀਏ ਬਸ ਚੱਲ ਛੱਡ ਯਾਰ ਜੱਟ ਉਹਨੇ ਨਹੀਂ ਆਉਣਾ ਉਹਨੇ ਨਹੀਂ ਆਉਣਾ ਨਹੀਂ ਆਉਣਾ ਉਹਨੇ ਪੱਕੀ ਗੱਲ ਨਹੀਂ ਆਏਗਾ ਨਹੀਂ ਆ ਰਿਹਾ ਹੈਲੋ ਅਮਨ ਭਾਜੀ ਹੈਲੋ ਹੈਲੋ ਭਾਜੀ ਕੀ ਹਾਲ ਚਾਲ ਨਮ ਨਮ ਜੂਤਾ ਹਮਾਰਾ ਨਾਮ ਹੀ ਨਹੀਂ ਇਧਰ ਯੇ ਗਾਲ ਪਾਊਗਾ ਉਹਨੂੰ ਨਾਮ ਫੇਰ ਦੋ ਵਾਰੀ ਮੈਂ ਪਹਿਲੇ ਹੀ ਇਹ ਦੂਰ ਰੱਖਾ ਪੜੇਗਾ ਅਭੀ ਸਟ੍ਰੀਮ ਨਹੀਂ ਦੇਖਣਾ
देता दूसरा फोन कर पर है ओ ओदे उथे सुंडी मार स्प्रे कर दे पाजी सेंसिटिविटी कोड हां मेरी जान ले 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 लो जी सेंसिटिविटी कोड दिस इज बीजीएमआई आईडी चेक दिस चलो चलो भी आ जाओ ए ਆਪਾਂ ਤਾਂ ਬਈ ਚੱਲੇ ਭਾਜੀ ਹਾਂ ਰਿਵਾਈਵ ਨਹੀਂ ਕਰਨਾ ਭਾਜੀ ਬਾਅਦ ਆ ਉਸਨੂੰ ਰਿਵਾਈਵ ਨਹੀਂ ਕਰਨਾ ਨੂੰ ਲਵ ਯੂ ਟੂ ਗੋਡ ਵੀਰੇ ਲਵ ਯੂ ਟੂ ਬਈ ਯਾਰ ਤੁਸੀਂ ਕਰ ਛੱਡ ਦੋ ਭਾਈ ਤੁਸੀਂ ਨਾ ਵਨ ਦਾ ਪੁੱਲ ਅਪ ਮਾਈ ਗੈਂਗ ਗੇਮ ਓਵਰ ਤੇਰਾ ਕੈਂਡੀ ਦਾ ਥੈਂਕ ਯੂ ਨਵਨੀਤ ਥੈਂਕ ਯੂ ਸੋ ਮਚ ਯਾਰ ਯਾਰ ਤੇ ਜੀ ਬੇਲੀ लव यू हो गया ओए ओ चला जट जट चला जट चला उठे जट चला चला पीछे पै जा चल 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 सोने यार जिथे 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 मर्जी जाए तेरे ना पहला खड़े होंगे जल चल 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 जल्दी चल बाबे स्पीडा स्पीडा पर मैंने पता थी ना गेम पौनी यार ओ यार धक्का आ तो धक्का हो गया मैं पहुंच गया आ जा यार चेक करो चलो एलएमजी मिली है ਨੂੰ चलो जान दो कोई ना जान दो ਸ਼ੁਕਰ ਗੁਜ਼ਾਰ ਮੇਨ ਚੀਜ਼ ਇਹ ਸੀ ਕਿ ਅਗਲੇ ਕੋਲ ਸਨਾਈਪਰ ਹੈ ਨਹੀਂ ਸੀਗੀ ਹੈ ਨਾ ਚੱਲ ਕੋਈ ਨਾ ਸਟੈਪ ਤੋਂ ਲਾਏਗਾ ਕੋਈ ਨਾ ਜਾ ਤੂੰ ਕੋਈ ਗੱਲ ਚਲੋ ਗੱਡੀ ਬੈਠੋ ਗੱਡੀ ਬੈਠੋ ਇਹ ਸਭ ਮੈਨੂੰ ਆ ਗਿਆ ਜਾਓ ਜਾਰਜ ਗੇਮਿੰਗ ਵੀਰ ਜੀ ਗ੍ਰਾਫਿਕ ਬੈਲੈਂਸ ਐਂਡ ਐਕਸਟ੍ਰੀਮ ਕਰ ਲਓ ਲਓ ਜੀ ਕਿਹੜਾ ਗੈਸ ਹੋਣਾ ਹੈ ਟੈਂਸ਼ਨ ਨਾਲ ਚੱਲ ਤੂੰ ਆਇਆ ਬਿੱਤੇ ਪਰੇ ਭਾਈ ਟੈਂਸ਼ਨ ਨਾ ਬਿੱਤੇ ਕਰ ਲਓ ਜੀ ਗ੍ਰਾਫਿਕ ਤੇ ਐਕਸਟ੍ਰੀਮ ਕਰ ਲਈ ਜੀ ਕਦੋਂ ਵੀ ਕਿ Marshall bro I'll be back in couple of minutes Aisha ji okay aa gaya main chal nahi bas khana kha ke kha rahi thi abhi dungi medicine leke Aisha game over when I pull up my gang Rajir marange open ch thank you Namreet again yaar ye bande maar kareo o चकनी चक लो चकी ਓਏ ਤਿੰਨ ਬੰਦੇ ਪੂਰੇ ਆ ਰਾਜੂ ਨਾ ਨਾ ਮੂਹਰੇ ਕੱਢੀ ਤੇਰਾ ਕੈਂਡੀ ਦਾਸ ਮੈਂ ਨੋ ਕਰਦਾ ਰੁਕੋ ਥੈਂਕ ਯੂ ਨਵਨੀਤ ਜੀ ਮੇਰੀ ਜਾਨ ਥੈਂਕ ਯੂ ਸੋ ਮਚ ਅਗੇਨ 40 ਰੁਪਏ ਬਹੁਤ ਬਹੁਤ ਸ਼ੁਕਰੀਆ ਆਈ ਹੈਵ ਟੂ ਗੋ ਵਰਕ ਨਾਟ ਫੀਲਿੰਗ ਵੈਲ ਸੇਮ ਇਧਰ ਵੀ ਇਹ ਹਾਲ ਆ ਇੱਕ ਨੌਕ ਯਾਰ ਇੱਥੇ ਨੌਕ ਆ ਵਾਚ ਆਊਟ ਆਹੋ ਪਿੱਛੇ ਵੀ ਬੰਦੇ ਆ ਗਏ ਆ ਡੀਵੀਐਸ ਮਾਰਾਂਗਾ ਯਾਰ ਇਹਦਾ ਕਿ ਨੀਚਾ ਭਾਈ ਪਾਵਰ ਹੀ ਲੱਗ ਰਹੀ ਥਲੀ ਆ ਗਿਆ ਬੰਦਾ ਉੱਥੇ ਆ ਗਿਆ ਬੱਗੀ ਲੈ ਕੇ ਆ ਗਿਆ ਇੱਕ ਹੋਰ ਇੱਕ ਗਿਆ ਨਹੀਂ ਬੇ ਰਿਵਾਈਵ 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 ਅੱਗੇ ਨਾ ਜਾਓ ਬਾਈ ਚਾ ਬਹੁਤ ਸਕਵਾਡਾਂ ਵਾ ਦੋ ਨੇ ਚੁੱਬਰ ਇਧਰ ਆ ਹਾਂ ਤੋ ਪਰਸੋਂ ਤੱਕ ਦੋਸਤ ਥੀ ਅਬ ਨੇਮ ਕੈਸਾ ਹੈ ਅਬ ਨੇਮ ਕੈਸੇ ਜੁਆਇਨ ਹੋਊਗਾ ਪਪੀਤਾ ਵੈਰੀ ਫਾਸਟ ਥਾ टॉप आवर में चैट भी काउंट होती है हाँ होती है यार
यार कैत रहे हैं कैत रहे हैं भाई ना जाइं ताक सामने चल जाटो थे चल यार नहीं बे जट तेरी निक्की जी गलती ने मरवाता जान दे ला भाई बाबे जद कह रहे हैं ना जा मैं राजवीर किथे बैठे हैं तू चेक करो ਤੁਸੀਂ ਬੰਦੇ ਨੂੰ ਕਵਰ ਨਹੀਂ ਦੇ ਰਹੇ ਕਿੱਥੋਂ ਕਵਰ ਦਈਏ ਯਾਰ ਮੈਂ ਨੌਕ ਪਿਆ ਬਾਬੇ ਰਿਵਾਈਵ ਲੈਣਾ ਸੀ ਮੈਂ ਦੇਖ ਲੈ ਨੌਕ ਪਿਆ ਰਿਵਾਈਵ ਲੈ ਰਿਆਂ ਇਹ ਤਾਂ ਦੇਖ ਤੂੰ ਕਿਹੜੇ ਹਿਸਾਬ ਨਾਲ ਮਾਰ ਰਿਹਾ ਸੀ ਉਹਨੂੰ ਟੋਲਡ ਯੂ ਯਾਰ ਨਿੱਕੀ ਜੀ ਕਾਲੀ ਦਾ ਕਰਕੇ ਹਰ ਵਾਰੀ ਆਪਣਾ ਕੰਮ ਖਰਾਬ ਹੁੰਦਾ ਚੀਕਾ ਬਹੁਤ ਮਾਰਦਾ ਰਿਵਾਈਵ ਕਰੋ ਆ ਕੇ ਨਾਲ ਤਾਂ ਲੈ ਕੇ ਜਾ ਬਾਈ ਹਾਂ ਠੀਕ ਆ ਓਕੇ ਮੈਂ ਗੋਲੀਆਂ ਨਹੀਂ ਲੈ ਰਿਹਾ ਕੋਈ ਗੱਲ गेल दा मैसेज आ रहा भाजी धक्का ओहो लूट वादू पई है देख लियो पाड़ दे जड़ियां पाड़नियां तां नहीं आप सबसे ऊपर हो नम नम जी फीलिंग हैप्पी इतनी तो चैट भी नहीं की मैंने उपिंदरजीत सिंह खैरा हैलो उपिंदरजीत भाई हैलो हैलो भाई की हाल चाल है सत श्री अकाल जी वीर जी आपा चैट भी नहीं की इसलिए पता नहीं भाई ये तो हुण मैनूं नहीं पता कि टॉप आवर च पहले नंबर ते किद्दां आईआं ने देखा चैक करा मैं देखा पहले पे नाइटबोट दूसरे पे जमदूत फिर फील्ड मार्शल फिर सीक्रेट एजेंट फिर सूबेदार मेजर फिर दविंदर सिंह उस तो बाद तात्या बिच्छू फिर प्रीत गिल फिर हैगा स्ट्रीम एलिमेंट फिर हैगा सौरभ टॉप 10 आ वा दीज आर टॉप 10 देख ले नाम पत्थर ते नेड मौली नेड मौली रुक जाओ रुक जाओ रुक जाओ मैं तो बस जमदूता और तात्या को थोड़े रिप्लाई किए हैं ओपी कन मुंडे का नाम भी देखी है करण आ गया ओपी यार एक और पावर ला ला हेल्थ कर हेल्थ हेल्थ नाइट बोर्ड भी आगे इसीलिए निकला जमदूता से हाँ नाइट बोर्ड के भी मैसेजेस आ रहे हैं ओके ओके गॉट इट इसका मतलब जो चैट में चैट भी करते हो ना वो भी काउंट होता है क्योंकि जमदूता के मैसेज कम थे हाँ ਉਹਦਾ ਏਮ ਚੱਲ ਗਿਆ ਨਾ ਏਮ ਦੇ ਸਿਰ ਤੇ ਗੱਲਬਾਤ ਹੁੰਦੀ ਸਾਰੀ ਜਮਦੂਤਾ ਵਾਜ਼ ਔਨ ਟੌਪ ਆ ਵੀ ਜਮਦੂਤਾ ਕਿੱਥੇ ਆ ਗਿਆ ਨਾ ਰਿਕੁਐਸਟ ਕਿਹੇ ਦੀ ਆਈ ਆ ਖਣਾ ਬਾਜੀ ਹੈ ਮਹਾਦੇ ਨਾਈਟ ਬੋਰਡ ਆ ਕੇ ਪਹਿਲੇ ਨੰਬਰ ਤੇ ਨਾਈਟ ਬੋਰਡ ਨੂੰ 150 ਰੁਪਿਆ ਨਹੀਂ ਪਤਾ ਕੀ ਹੁੰਦਾ ਟੌਪ ਆਵਰ ਚ ਜਿਹੜਾ ਬੰਦਾ ਨਾਲ ਨਾਲ ਚੈਟ ਕਰੇ ਨਾ ਹਲਕੀ ਹਲਕੀ ਤੇ ਨਾਲ ਚੈਟ 'ਚ ਬੈਠਾ ਪਿਆ ਵਾ ਉਹ ਜਲਦੀ ਕਾਊਂਟ ਹੁੰਦਾ ਉਹ ਪਹਿਲੇ ਨੰਬਰ ਤੇ ਸਾਡੇ ਉਹ ਲੱਗਿਆ ਰਿਹਾ ਤੂੰ ਰਾਜਵੀਰ ਭੇਜੀ ਚੱਲ ਕੁਛ ਹੋਏ
ਨਾ ਸ਼ਦਾਈ ਥੋੜੀ ਆ ਨਾਈਟ ਬੋਲ ਵੀ ਬੋਲ ਰਿਹਾ ਹੈ 150 ਰੁਪਏ ਲੇਗਾ This is a simulation game set in a virtual world and does not represent real life. Please play in moderation. Take frequent breaks and play responsibly. Guys, like kar lo yaar. Sare mere bhai. Night mode hai. Haan. Tusi kithe hai message usi sara tusi nahi kehde vich send kari hoye. Hmm. Te aap pe lagge rehnde sala pagal. It is show time. Nahi nahi, main setting kiti hai ach. ਨਾਈਟ ਬੋਰਡ ਦੇ ਥਰੂ ਨਾ ਜਿਹੜਾ ਮੰਨ ਲਾ ਕੋਈ ਆਪਣੇ ਚੈਨਲ ਦਾ ਕਿ ਲਿੰਕ ਪਾ ਦਿੰਦਾ ਹਨਾ ਜਾਂ ਮੰਨ ਲਾ ਕੋਈ ਮੈਨੂੰ ਗਾਲਾਂ ਕੱਢ ਰਿਹਾ ਜਾਂ ਕੋਈ ਅਬਿਊਜ਼ਿੰਗ ਕਰਦਾ ਵਾ ਸਮ ਟਾਈਮ ਕੋਈ ਮੈਨੂੰ ਹੈਲੋ ਦਾ ਮੈਸੇਜ ਲਿਖਦਾ ਨਾ ਉਹਦਾ ਰਿਪਲਾਈ ਨਹੀਂ ਦੇ ਹੁੰਦਾ ਸਾਰਾ ਕੰਮ ਨਾਈਟ ਬੋਰਡ ਦਾ ਇਹ ਉਹਨੇ ਇਹ ਕਵਰ ਅਪ ਕਰਕੇ ਰੱਖਣਾ ਉਹਨੇ ਇਸ ਕਰਕੇ ਨਾਈਟ ਬੋਰਡ ਰੱਖਿਆ ਜਾਂਦਾ ਜਿਹੜਾ ਸਟ੍ਰੀਮ ਐਲੀਮੈਂਟ ਆ ਉਹਦਾ ਹੋਰ ਕੰਮ ਆ ਇੱਕ ਸਟ੍ਰੀਮ ਲੈਬ ਉਹਦਾ ਹੋਰ ਕੰਮ ਆ ਇਹ ਸਾਰੇ ਅਲੱਗ ਅਲੱਗ ਵਰਕ ਕਰਦੇ ਆ ਹਰ ਕਿਸੇ ਦੀ ਆਪਣੀ ਆਪਣੀ ਡਿਊਟੀ ਹੈ ਜਹਾਂ ਪੇ ਕਿੰਨਾ ਪੈਸਾ ਲੱਗ ਗਿਆ ਜੀ ਹੁਣ ਤੱਕ ਪੀਸੀ ਪਰ ਲੱਗ ਗਿਆ ਲੱਖ ਰੁਪਇਆ ਤੇ ਵੱਧ ਵਾਦੀ ਨਹੀਂ ਲੱਖ ਵੀ ਨਹੀਂ ਲੱਗਿਆ ਹਜੇ ਤੱਕ ਤੇ ਯਾਰ 50 ਦਾ ਪੀਸੀ ਆਇਆ ਵਾ 20 ਦਾ ਕੈਮਰਾ ਆ ਗਿਆ 70 12 ਦਾ ਗ੍ਰਾਫਿਕ ਆਇਆ 80 ਬਿਆਸੀ 83 ਕੀ ਯਾਰ ਲੱਗਿਆ ਹਜੇ ਤੱਕ ਸਾਰਾ ਜਿਹੜਾ ਆਈ ਪ੍ਰੀਜ਼ ਕੋਲ ਉਹ ਕਿੰਨੇ ਕਦ ਹੈ ਉਹ ਤਾਂ ਬਹੁਤ ਮਹਿੰਗਾ 30-35 ਹਜ਼ਾਰ ਦਾ ਉਹਦਾ ਉਹ ਗ੍ਰਾਫਿਕ ਕਾਰਡ ਹੀ ਕਲਾ 30-35 ਹਜ਼ਾਰ ਦਾ ਉਹ ਜਿਹੜਾ ਉਹਦੇ ਕੋਲ ਪੀਸੀ ਆ ਉਹ ਪੀਸੀ ਜਾਣਾ ਬੜਾ ਉਹ ਪੀਸੀ ਸਾਰਾ ਟੋਟਲ ਕਵਲ ਮਿਲਾ ਕੇ ਬਈ 1.5 ਲੱਖ ਦਾ ਉਹ ਸਾਰਾ ਉਹਦਾ ਹੂੰ ਕੀ ਉਹ ਚ ਗੇਮ ਗੂਮ ਕਹਿਣ ਚੱਲਦੇ ਉਹਨੇ ਦੂਜੀ ਹਨਾ ਮੈਂ ਕਿਹਾ ਪੂਰੀ ਹਜੇ ਮੈਂ ਆਪਣੇ ਪੀਸੀ 'ਚ ਨਾ ਇੱਕ ਰੈਮ ਲਿਆ ਕੇ ਲਾਉਣੀ ਹੋਰ ਕਿਉਂਕਿ ਮੇਰੇ ਪੀਸੀ 'ਚ ਰੈਮ 1 ਲੱਗੀ ਆ ਅਤੇ ਜਿਹੜਾ ਹਜੇ ਪੀਸੀ ਲੋਡ ਆ ਹਜੇ 4% ਆ 16 GB ਦੀ ਇੱਕ ਲਾਈ ਹੋਈ ਮੈਂ ਦੋ ਲਾਉਣੀ ਆ 16 GB ਦੀਆਂ ਦੋ ਲਾਓ 8 ਉਹ ਲਾਉਣੀ ਆ ਤਾਂ ਇੱਦਾਂ ਹੀ ਸੀ ਗਲਤ ਕਰ ਲਿਆ ਯਾਰ ਮੈਂ ਹਜੇ ਵੀ ਠੀਕ ਹੈ ਲੋੜ ਹੀ ਨਹੀਂ ਯਾਰ 16 GB ਦੀ ਲੱਗੀ ਹੈ ਇੱਕ 16 ਦੀ ਹੋਰ ਲਾ ਲੈਣੀ ਆਪਾਂ ਠੀਕ ਹੈ ਕਿ ਨਹੀਂ 16 ਦੀ ਲਾ ਦੇਣੀ ਇੱਕੋ ਸਿੰਗਲ ਸਟਿਕ ਲਾ ਬੈਠਾ ਨਾ ਗਲਤੀ ਨਾ ਮੈਂ ਯਾਰ ਰੁਕੀ ਬਾਈ ਰੁਕੀ 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 ਯਾਰ ਗਨ ਹੈ ਨਹੀਂ ਇੱਕ ਵੀ ਨਹੀਂ ਮਿਲਿਆ ਬੰਦੇ ਹੀ ਬਹੁਤ ਆਏ ਦੇ ਨਾ ਮੰਮੀ ਪਾ ਕੇ ਜਾ ਦੋ ਥੋੜੇ ਜੇ ਥੋੜੇ ਪਾਇਓ ਜ਼ਿਆਦਾ ਨਾ ਲੈ ਕੇ ਆਇਓ ਉੱਥੇ ਲੈ ਕੇ ਵਾਚ ਆਊਟ ਓਏ ਹਾਂ ਮਾਮਾ ਚੱਕਣ ਦੇ ਚੱਕਰ ਮਰਵਾਣਾ ਨਹੀਂ ਕਿਤੇ ਆਪਣੇ ਆਪ ਨੂੰ ਨਹੀਂ 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 ਬਚ ਗਿਆ ਬਚ ਗਿਆ ਉਹ ਬਚ ਗਿਆ ਬੰਦਾ ਆ ਰਿਹਾ ਨਾਲ ਓਏ ਜੜਾ ਹੋ ਜਾ ਬਹੁਤ ਹੀ ਆ ਬਹੁਤ ਹੀ ਆ ਤੂੰ ਮੂਹਰੇ ਆ ਸ਼ਾਇਦ ਉਹ ਤੋਂ ਥੈਂਕ ਯੂ ਥੈਂਕ ਯੂ ਤਾਰੀ ਤਾਰੀ ਸਾਰੇ ਉੱਤੇ ਆ ਰਹੇ ਆ ਨਹੀਂ ਚੱਲ ਫਿਰ ਉਹ ਨਹੀਂ ਨਾ ਦੋ ਬੰਦੇ ਆ ਦੇਖ ਲਾ ਹੁਣ ਦੋ ਬੰਦੇ ਆ ਗਲਤ ਹੋ ਗਿਆ ਯਾਰ ਏਜੰਟ ਇਜ਼ ਸਪੈਮਿੰਗ ਸਪੈਮ ਕਰਨ ਲੱਗੀਆਂ ਹੋਈਆਂ ਦੋਵੇਂ ਜਣੀਆਂ ਗਾਇਜ਼ ਲਾਈਕ ਕਰੋ ਯਾਰ 70 ਲਾਈਕ ਪੂਰੇ ਕਰਾ ਦਿਓ ਮੈਨੂੰ
ਇੱਕ ਸੈਂ ਆਇਆ ਮੈਂ ਇੱਕ ਮਿੰਟ ਆਇਆ ਪਾਣੀ ਲੈ ਕੇ ਯਾਰ ਮੈਂ ਤਾਂ ਕਰਨਾ ਹੀ ਨਹੀਂ ਹੈਗੀ ਮਰਨੀ ਹੀ ਮਰ ਜਾ ਕੇ ਤਾਂ ਮੈਂ ਵੀ ਰਾਈਡ ਹੀ ਕਰਨਾ ਗੱਡੀ ਖੋਲਦਾ ਅਸ਼ੋਕ ਮਾਟਾ ਕੋਈ ਜ਼ਰੂਰੀ ਮਿਲ ਜਾਏ ਮਰ ਜਾ ਸਲਾਹ ਕਿੱਧਰ ਭੱਜ ਗਿਆ ਇਹ ਨੀਤੀਕਾ ਬੰਦਾ ਹੋਰ ਆ ਉਹ ਤੋਂ ਉੱਪਰ ਬਹਿ ਗਏ ਜਾ ਕੇ ਜਾ ਓਏ ਮੁੰਕੇ ਨੇ ਚੋਰੀ ਚੋਰੀ ਕਰੀ ਜਾ ਰਹੇ ਨੇ ਨਹੀਂ ਲੱਗਦਾ ਇਹ ਬੰਦਾ ਉਹਦੇ ਤੁਸੀਂ ਕੀ ਕਰਿਆ ਆਹ ਕਿੱਥੇ ਫਿਰ ਗਏ ਮੈਂ ਤੇਰੇ ਕੋਲ ਆਉਣ ਲੱਗਾ ਮੈਂ ਰੱਬ ਹੈਲਥ ਲੱਭਣ ਦੇ ਹੈਲਥ ਲੱਭ ਕੇ ਗੱਡੀ ਲੱਭ ਕੇ ਤੁਹਾਡੇ ਕੋਲ ਆ ਜਾ ਸੈਲਿਸ਼ ਵਾਲੇਕੁਮ ਸਲਾਮ ਕਿੱਥੇ ਸੈਲਿਸ਼ ਹੈਲੋ ਹੈਲੋ ਸੈਲਿਸ਼ ਕੀ ਹਾਲ ਚਾਲ ਹੈ ਹੈਲੋ 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 ਵੈਲਕਮ ਮੈਂ ਦੇਖ ਲਾ ਬਾਹਰ ਹੋ ਕੇ ਤੁਰ ਫਿਰ ਕੇ ਆ ਕੇ ਹੱਥ ਤੋਂ ਧੋ ਕੇ ਆ ਕੇ ਹੁਣ ਲੈ ਆਇਆ ਵਾ ਤੇ ਹਜੇ ਤੱਕ ਮੈਂ ਪਹੁੰਚਿਆ ਨੀ ਕਿੰਨਾ ਲੇਟ ਲੇਟ ਲੈਂਡ ਕਰਾਉਂਦਾ ਯਾਰ ਇਹ ਸਹੀ ਗੱਲ ਆ ਬਹੁਤ ਜ਼ਿਆਦਾ ਐਵਰੇਜ ਕੱਢਦਾ ਜਹਾਜ ਯਾਰ ਅਭੀ ਆਈ ਹੂੰ ਸਕੂਲ ਸੇ ਅੱਛਾ ਸੈਲਿਸ਼ ਇਤਨੀ ਲੇਟ ਆਤੀ ਹੋ ਕਿਆ ਪੜ੍ਹਾਉਂਦੀ ਥੋੜੀ ਆ ਸਕੂਲੇ ਪੜ੍ਹਦੀ ਆ ਅਜੇ ਜਾਓ ਭਰਾ ਪ੍ਰੀਤ ਭਾਜੀ ਕੋਚ ਸਾਹਿਬ ਕੀ ਹਾਲ ਚਾਲ ਨੇ ਵਾਹ ਕਿਹੜੇ ਬੂਟ ਪਾ ਲਏ ਮੈਂ 11 ਵਜੇ ਆਤੀ ਹੂੰ ਮੈਂ ਡੇਲੀ ਅੱਛਾ ਉਹ ਪੜ੍ਹਾਉਂਦੀ ਆ ਸਕੂਲੇ ਭਰਾਵਾ ਪੜ੍ਹਾਉਂਦੀ ਆ ਯਾਰ ਤੁਸੀਂ ਕਹਿ ਰਹੇ ਇੱਥੇ ਬੰਦੇ ਆ ਇੱਥੇ ਤਾਂ ਕੋਈ ਵੀ ਨਹੀਂ ਹੈਗਾ ਨਾ ਬੰਦਾ ਨਾ ਬੰਦੇ ਦੀ ਜਾਤ ਤਾਂ ਹੀ ਮੈਂ ਵੀ ਕਹੋ ਇੱਦਾਂ ਹੋ ਨਹੀਂ ਸਕਦੀ ਵਧੀਆ ਨਹੀਂ ਯੂ ਟੈਲ ਭਾਜੀ ਆਈ ਟੈਲ ਵੀ ਵਧੀਆ ਸਭ ਵਧੀਆ ਆਈ ਟੈਲ ਵੀ ਵਧੀਆ ਐਪਲ ਟੈਲ ਵੀ ਵਧੀਆ ਆਈਫੋਨ ਗਲੈਕਸੀ ਟੈਲ ਵੀ ਵਧੀਆ ਸਾਰੇ ਟੈਲ ਟੈਲ ਵਧੀਆ ਆ ਕੀ ਕੀ ਰਹਿ ਗਿਆ ਮੈਨੂੰ ਗੱਡੀ ਨਹੀਂ ਲੱਭਦੀ ਪਈ ਬ੍ਰੋ ਬਸ ਆਓ ਫਿਰ ਭੱਜ ਕੇ ਆ ਜਾ ਹੁਣ ਇਹੀ ਹੱਲ ਆ ਵਾਟ ਯੂ ਡੂਇੰਗ ਤੂੰ ਵੈਂਟ ਪਰ ਤੇ ਭੱਜ ਗਿਆ ਹੈ ਨਾ ਹਨਾ ਆਹੋ ਤੈਨੂੰ ਮਿਲਦੀ ਗੱਡੀ ਗੁੱਡੀ ਬੀਜੇਮਾਈ ਵਾਲੇ ਵੀ ਬੜੇ ਕੁੱਤੇ ਆ ਉਹਨਾਂ ਨੂੰ ਪਤਾ ਕਿ ਬੰਦਾ ਬਚ ਕੇ ਕਿੱਦਾਂ ਆ ਉਹ ਚਾਹੁੰਦੇ ਕਿ ਬੰਦੇ ਦਾ ਕੰਮ ਹੋਵੇ ਹੌਲੇ ਹੌਲੇ ਬਾਲਮਾ ਧੀਰੇ ਧੀਰੇ ਸਾਜਨਾ ਓ ਜਰਾ ਹੌਲੇ ਹੌਲੇ ਚੱਲੋ ਮੂਰੇ ਸਾਜਨਾ ਆਜੋ ਸਾਊਦੀ ਬਿੱਛੂ ਫਿਰ ਪੜਾਤੀ ਹੂੰ ਮੈਂ ਉਰਦੂ ਕਰਾਉਂਦੀ ਉਰਦੂ ਉਰਦੂ ਆਪਾਂ ਨੂੰ ਸਿੱਖਣੀ ਚਾਹੀਦੀ ਹੈ ਨਾ ਆਪਾਂ ਨੇ ਉੱਧਰ ਜਾਣਾ ਸਿੱਖਣੀ ਚਾਹੀਏ ਗੱਲ ਸੁਣ ਲੈ ਲਹਰੀ ਆਵੇ ਗੱਡੀ ਲੈ ਕੇ ਆਉਣਾ ਠੀਕ ਹੈ ਚਲੀਏ ਯਾਰ ਇੱਥੇ ਕੁਛ ਵੀ ਨਹੀਂ ਹੈਗਾ ਖਾਲੀ ਖਾਲੀ ਹੈ
मुझे शैलेश के नाम में अली दिख दिखा है, क्या कोई है क्या अली? तुम आ जाओ आ जाओ सारे अभी एक बीरो गड्डी लपकी लो कोई एयर गन है कि यार मैंने करीब भेजी थी। थैंक यू वाली भेज दूंगा। चलो ये तो नाइस हो गया जी, ये तो बड़ा गुड हो गया जी। मौत को टक से शुगर वापस आ सकते हैं। आ गया आ गया ले, ये तो बड़ा ऑसम हो गया जी, दोनों गन मिल गई एक जगह पे भाई। ये शादी बहादुरी के भाई इवेंट तो भज गए कहने मौत को टक से वापस आ गए। मौत को छू के टच से वापस आ गए। चल भाई यार मेरे हेडफोन में तंग करी जाते पहुंचने की। आ जाओ जा रहा चर्च बंदा उड़ के जा रहा चर्च ने। इसलिए मैं नहीं उतरिया, मैं कहा इन्हें कहना भी उतर के कह तू। एक बंदा उड़ के इतने आया वा मैं देखा उन्होंने। नहीं नहीं एक आया थी यार आ बैठा यार अपने चुप रहा बैठा आ दे इतने छत से ठीक है लम्बे पे आया कंध के नाल बिल्कुल ही और पावर लाई उन्हें यार मेरे को पावर है नहीं वो वाली। एक पासे फाइट लवो सारे पासे फाइट ना लो। आ देख 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 आ देख भाई हुणा देख कोई अनजान आ देख लो हुण भाई की करदा पिया। फाइट नहीं करदा कुछ देखण लग गया लांगे बंदे हो। आ जा वापस आ जा मैं बंदे दे मुंह च भज के फिर तो आ गया मैं ताहे दिखा। सारे पासे मुंह ना मारो एक पासे बंदा रखो। दो बारी बंदे ने मुंह भज्जे वेट मैं भी नाल ही आ गया। हेलो पंगू वीरे की हाल चाल है रिस्पेक्ट फॉर करण वीर। हेलो रिस्पेक्ट भाई की हाल चाल है। नहीं करदा मैं हैगा ना नहीं करदा देख ना बागड़ बिल्ला बागड़ बिल्ली सॉरी सॉरी बिली बिली मेरे ना धक्का वाला ने आ खड़े हैं जिने साले ने कंध टप के मार गया साला मेनू थोड़े मूरे। I got supplies कुछ लेके भज्जा हैगा उन्हें ता ही टप्पया तेनू ने यार पॉइंट अपने हैगे या कॉइन हैगे वादू एक स्कोप ही ले लवा यार ले लियो मेरे तो आ जाओ 6 कॉइन है मेरे को बहुत वधिया क्या लेना कॉइन लेने
ਸਕੂਬ 6x ਚਾਹੀਦਾ ਮੈਨੂੰ ਓਕੇ ਮੈਂ ਚੱਲੀ ਸੀ ਆ ਐਵਰੀਵਨ ਵੀ ਜਾ ਨਹੀਂ ਨਹੀਂ ਬੰਦਾ ਬਹੁਤ ਸੀਗਾ ਦੇਖ ਸੀ ਕਿੰਨੇ ਬੰਦੇ ਸੀਗੇ ਬੰਦੇ ਤਾਂ ਬਹੁਤ ਸੀ ਗੇਮ ਦੀ ਥੋੜੀ ਹੋਈ ਆ ਭਾਜੀ ਦੇ ਇਕੱਲੇ ਹੀ ਜਾਣ ਦੇ ਇੱਧਰ ਹੀ ਆਇਆ ਵਾਂ ਬਾਲ ਵਾਲਾ ਬਣਾਇਆ ਹੋਇਆ ਮੈਂ ਕਿਹਾ ਸ਼ਾਇਦ ਕੋਈ ਬਾਲ ਲੱਭ ਹੀ ਜਾਵੇ ਅੰਬੂ ਢੂੰਡਨੇ ਆਏ ਤੇ ਵੀਰੇ ਮੈਂ ਰਿਕੁਐਸਟ ਆਜੋ ਤੁਸੀਂ ਦੇਖੀ ਨਹੀਂ ਯਾਰ ਕਿਹੜੀ ਆਈਡੀ ਤੇ ਰਿਕੁਐਸਟ ਪਾ ਰਹੇ ਹੋ ਬਾਈ ਗੋ ਲੈਟਸ ਗੋ ਲੈਟਸ ਗੋ ਲੈਟਸ ਗੋ ਪਹਿਲਾਂ ਡਰੈਗਨ ਲਾਉਂ ਦੋ ਮੈਨੂੰ ਕੋਈ ਰਿਕੁਐਸਟ ਨਹੀਂ ਆਈ ਭਾਈ ਡਾਕੇ ਨਾਲ ਲੈ ਕੇ ਉਹ ਸੌਣ ਇਹਨਾਂ ਨੂੰ ਤਾਂ ਆਪਣੇ ਦੀ ਗੱਡੀ ਆ ਗਈ ਆ ਕਿਹੜੀ ਗੱਡੀ ਆਈ ਆਈ ਆ ਆਈ ਆਪਣੇ ਤੇ ਵੀ ਚੱਲ ਗਿਆ ਉਹ ਉਹ ਚਰਚ ਚਲ ਗਿਆ ਚਰਚ ਚਲ ਗਿਆ ਉਹ ਚਰਚ ਜਾ ਰਿਹਾ ਬੰਦੇ ਹੈਗੇ ਇੱਕ ਤਾਂ ਮੇਰੇ ਨਾਲ ਸਕੋਰ ਤੇ ਸ਼ਾਇਦ ਮੈਨੂੰ ਕੋਈ ਲੱਗਦਾ ਨਹੀਂ ਹੈਗਾ ਇੱਕ ਹੈਗਾ ਸ਼ਾਇਦ ਜਾਵਾਂ ਮੈਂ ਸਕੋਰ ਤੋਂ ਵੇਖਾਂ ਦੇਖ ਲਾ ਮੰਤਾ ਵੀ ਨਹੀਂ ਮਿਲਿਆ ਹੈਗਾ ਉੜਨੇ ਵਾਲਾ ਕਿਉਂ ਇੱਥੇ ਬੰਦੇ ਮਾਰੇ ਉਹ ਤਾਂ ਹੈਗਾ ਸੀ ਪੀਟੀ ਲੱਗੀ ਪਾਣੀ ਗੋਲੀ ਨਹੀਂ ਚਲਾਈ ਉਹਨੇ ਰੁਕ ਜਾਂਦਾ ਯਾਰ ਲੰਘ ਗਏ ਬੰਦੇ ਉਹ ਚਲੇ ਗਏ ਆ ਵੇਟ ਗੱਡੀ ਲੈ ਕੇ ਉਹਨਾਂ ਚਲੀਏ ਯਾਰ ਹਾਂ ਚਲੇ ਗਏ ਚਲ ਗਏ ਚਲ ਗਏ ਮੇਰੀ ਰਿਕੁਐਸਟ ਚੱਕ ਲਈ ਪੰਗੂ ਗੇਮਿੰਗ ਵਾਲੀ ਯਾਰ ਇੱਕ ਦਿਨ ਮੈਨੂੰ ਬੰਦਾ ਮਾਰਿਆ ਉੱਥੇ ਪਈ ਸਹੀ ਕਰਨਾ ਪੈਣਾ ਰੁਕੋ ਯਾਰ ਆ ਗੱਡੀ ਚਲਾਈ ਬਾਈ ਕਰ ਜੋ ਸੋ ਲੱਗ ਗਿਆ ਡਰਾਈਵ ਨਹੀਂ ਪਤਾ ਨਹੀਂ ਲਿਆ ਯਾਰ ਇੱਕ ਤਾਂ ਐਡੀ ਦਾ ਬੜਾ ਜੱਬ ਪੈ ਰਿਹਾ ਯਾਰ ਸਾਰਿਆਂ ਨੂੰ ਚਲਾਓ ਏ ਮੇਰੀ ਆਈਡੀ ਬੋਲਿਓ ਲਿਖੋ ਹਾਂ 5196 ਹਾਂ 90 ਨਾਲ ਲੱਗੇ ਨਾਲ ਲੱਗੋ ਬੋਲ ਬੋਲ ਜਲਦੀ ਆਈਡੀ ਬੋਲ ਦੁਬਾਰਾ 5280 ਰੁਕੋ ਯਾਰ ਗੱਡੀ ਦਾ ਸ਼ੋਰ ਬਹੁਤ ਆ ਰੁਕ ਰੁਕ ਗੱਡੀ ਦਾ ਸ਼ੋਰ ਬਹੁਤ ਆ ਕੀ ਬੋ ਗੱਡੀ ਰੋਕ ਪਹਿਲਾਂ 492 993 ਐਵੇਂ ਬੋਲੀ ਜਾਂਦੇ ਕੋਈ ਹੈ 299 ਇਹਨਾਂ ਨੇ ਦੱਸਣੀ ਬਾਅਦ ਚ ਕਰਦਾ ਬਈ ਬਾਅਦ ਚੋਂ ਦੱਸਦਾ ਹਜੇ ਮੂਡ 'ਚ ਨਹੀਂ ਹੈਗੇ ਲਿਖੋ 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 ਉਹ ਗੱਡੀ ਦੇ ਰੋਲੇ 'ਚ ਨਹੀਂ ਪਤਾ ਲੱਗ ਰਿਹਾ ਬਾਈ ਜਾਂ ਤਾਂ ਗੱਡੀ ਰੋਕੋ ਫੇਰ ਹੈ ਨਾ 5283 0 82 8 9 11 ਬੰਦੇ ਇੱਥੇ ਆ ਲੈਂਡ ਹੋਏ ਹੁਣੇ ਹੁਣੇ ਨੇ ਇਹਦਾ ਹੁਣ ਪਾਇਆ ਜੋ ਕਿੱਧਰ ਆ ਗਏ ਧੱਕਾ 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 ਕਿਮਾਦ ਓ ਓ ਓ ਯੋ 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 ਯਾ ਯਾ ਹੀ ਕਰਨਾ ਮੇਰੇ ਕੋ ਨਹੀਂ ਆ ਯੁਵਰਾਜ ਨੂੰ ਕਿੱਥੇ ਗਿਆ ਇਹ ਚੱਕ ਲਾ ਆਜੋ ਬੰਬਾ ਨਾ ਭੰਦੇ ਨੇ ਪਾਣੇ ਓ ਯਾਰ ਕਿਆ ਫੁੱਦੂ ਕੰਮ ਤੂੰ ਡਿਡੋ ਤੈਨੂੰ ਕਿੱਥੇ ਰਹਿ ਗਿਆ ਬੰਬਾ ਨਾ ਭੰਨ ਦੇਣੀ ਮੈਂ ਓਏ ਆਜੋ ਨਾਲ ਕੀ ਆ ਤੇ ਕੋ ਬੰਦੇ
ਉੱਪਰ 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 ਕਿਉਂ ਨਹੀਂ ਤੇਰ ਮਾਮਾ ਅਗਲੇ ਨੇ ਚਲਾ ਕੇ ਹਮ ਕੰਮ ਨਿਬੜਿਆ ਬੇਟੇ ਮੁੱਤਾ ਲਗਾ ਓ ਯਾਰ ਜੱਟ ਇਧਰਾ ਮੈਨੂੰ ਫੋਨ ਨਹੀਂ ਸੀ ਦੇ ਗਿਆ ਯਾਰ ਪਾਜੀ ਸਾਹਿਬ ਹੈਲੋ ਹੈਲੋ ਵੀਰੇ ਕੀ ਹਾਲ ਆ ਵੀਰੇ ਨਿਊ ਫੋਨ ਲਿੱਤਾ ਜੈਰੋ ਸਟੇਬਲ ਨਹੀਂ ਚੱਲ ਰਹੀ ਦੱਸੋ ਕੋਈ ਸੋਲੂਸ਼ਨ ਨਿਊ ਫੋਨ ਹੈ ਕਿਹੜਾ ਹੈਲੋ ਮੈਂਡੀ ਓਪੀ ਹੈਲੋ ਹੈਲੋ ਮੇਰੀ ਜਾਨ ਕੀ ਹਾਲ ਚਾਲ ਹਰਸ਼ਦੀਪ ਸਿੰਘ ਬਰੋ ਹੈਲੋ ਬਰੋ ਕੀ ਹਾਲ ਚਾਲ ਅਗਲਾ ਮੈਚ 'ਚ ਐਡ ਕਰ ਲਓ ਹਰਸ਼ ਵੀਰੇ ਕੋਈ ਨਾ ਜੇ ਕੋਈ ਬੰਦਾ ਨਾ ਹੋਇਆ ਐਡ ਕਰ ਲੂੰਗਾ ਹਜੇ ਤਾਂ ਸਾਰੇ ਹੈਗੇ ਆ ਨੈਕਸਟ ਮੈਚ ਮੈਂ ਸਬਸਕ੍ਰਾਈਬਰ ਡੇ ਥੋੜ੍ਹੀ ਹੈ ਬਈ ਅੱਜ ਸਬਸਕ੍ਰਾਈਬਰ ਡੇ ਤਾਂ ਹੁੰਦਾ ਬੁੱਧਵਾਰ ਦਾ ਨਿਊ ਵੀਡੀਓ ਕਬ ਆ ਰਹੀ ਚੈਨਲ ਪਰ ਭਾਜੀ ਐਸਟਨ ਮਾਰਟਿਨ ਕੋ ਏਕ ਮੰਥ ਹੋ ਗਿਆ ਅਰੇ ਯਾਰ ਅਭੀ ਕ੍ਰੇਟ ਓਪਨਿੰਗ ਕੀ ਕੋਈ ਬਾਤ ਹੀ ਨਹੀਂ ਹੋ ਰਹੀ ਆ ਅਗਰ ਕੋਈ ਕ੍ਰੇਟ ਓਪਨਿੰਗ ਮਿਲੇਗੀ ਤਾਂ ਫਿਰ ਹੀ ਹੈ ਨਾ ਫਿਰ ਕਰ ਪਾਊਂਗਾ ਮੈਂ ਹੈਲੋ ਪਰਮ ਮੇਰੀ ਜਾਨ ਕੀ ਹਾਲ ਚਾਲ ਆ ਵੈਲਕਮ ਬਰੋ ਆਈਫੋਨ ਆ ਆਈਫੋਨ ਵਿੱਚ ਫਿਰ ਹੁਣ ਮੇਰੇ ਆ ਮੇਰੇ ਲਈ ਸੈਂਸੀਟਿਵਿਟੀ ਕੋਡ ਲੈ ਲਓ ਇੱਕ ਵਾਰੀ ਯੂਜ਼ ਕਰਕੇ ਦੇਖੋ ਸ਼ਾਇਦ ਇਹਨਾਂ ਗੱਲ ਬਣ ਜਾਏ ਇੱਕ ਵਾਰੀ ਜੈਰੋ ਸੈੱਟ ਕਰ ਲਿਓ ਬਾਕੀ ਨਾ ਕਰਿਓ ਹੈ ਨਾ ਇੱਦਾਂ ਕਰਕੇ ਦੇਖ ਲਿਓ ਬੰਦੇ ਆਉਣਗੇ ਧਿਆਨ ਨਾਲ ਰਾਜਵੀਰ ਦੇ ਰੀਕੋਲ ਲੈ ਕੇ ਬਚ ਕੇ ਫੇਰ ਰੀਕੋਲ ਤੋਂ ਬਚ ਗਿਆ ਤੁਸੀਂ ਨਾ ਇੱਕੇ ਬੰਦੇ ਕੋਲ ਜਾ ਕੇ ਮਰੀ ਜਾਂਦੇ ਤੁਸੀਂ ਪਿੱਛੇ ਆਰਾਮ ਨਾਲ ਖੜ ਜੇ ਕਰੋ ਪਿੱਛੇ ਖੜਾ ਨੀ ਰਿਹਾ ਤਾਂ ਨੇੜ ਬਹੁਤ ਗਲਤ ਸਿੱਟੇ ਨੇ ਬਾਹਰ ਸਿੱਟੀ ਗਿਆ ਤੂੰ ਅੰਦਰ ਸਿੱਟਣੇ ਦੀ ਨੇੜ ਤੈਨੂੰ ਰਿਵਾਈਵ ਦਾ ਕਰਤਾ ਤਾਂ ਮੈਂ ਜਦਾਂ ਕਹਿ ਤੂੰ ਨੇੜ ਦੇ ਨਾਲ ਮਰ ਗਿਆ ਉਹ ਬੰਦਾ ਮਾਰ ਗਿਆ ਤੈਨੂੰ ਤਾਂ ਕਹਿ ਤੂੰ ਭਰਾਵਾ ਲਾਈਕ ਕਰ ਲਓ ਯਾਰ ਅਗਲੀ ਗੇਮ ਚ ਬੰਦਾ ਭਾਈ ਇਹ ਗਲਤੀ ਗਲਤੀ ਨਹੀਂ ਹੁੰਦੀ ਕਿੱਥੇ ਚੱਲਿਆ ਮੈਂ ਚੱਲਿਆ ਹੁਣ ਹੁਣ ਹੋਰ ਆ ਤਾਂ 2 ਵਜੇ ਤੱਕ ਹੀ ਜਾਗਾ ਨਹੀਂ ਵਧੀਆ ਗੱਲ ਨੀਂਦ ਪੂਰੀ ਕਰ ਚੱਲੀ ਆਪਾਂ ਰਸ਼ ਮਾਰੋ ਚੱਲ ਯਾਰ ਹੁਣ ਕੀ ਕਰਨਾ ਯਾਰ ਹੁਣ ਵੀਰੇ ਕੀ ਪੀ ਰਹੇ ਹੋ ਚਾਹ ਜੀ ਰਾਜਵੀਰ ਹਾਂ ਮੇਰਾ ਜੀ ਤਾਂ ਕਰਦਾ ਤੂੰ ਨੇੜ ਨਾ ਮਰ ਜਾ ਯਾਰ ਵੀਰੇ ਕੀ ਪੀ ਰਹੇ ਹੋ ਚਾਹ ਕੋਲਡ ਕਾਫੀ ਜਾਂ ਲੱਸੀ ਬਾਬੇ ਪਾਣੀ ਪੀ ਰਿਹਾ ਮੈਂ ਤਾਂ ਯਾਰ ਵਾਟਰ ਵਾ ਕਿਉਂਕਿ ਮੇਰਾ ਨਾ ਅੱਜ ਸਿਹਤ ਠੀਕ ਨਹੀਂ ਹੈਗੀ ਬੁਖਾਰ ਆ ਹਲਕਾ ਹਲਕਾ ਨਾਲ ਗਲਾ ਬਹੁਤ ਖਰਾਬ ਹੋਇਆ ਪਿਆ ਅੰਦਰੋਂ ਇੱਥੋਂ ਜੇ ਉਹਦਾ ਕਰਕੇ ਨਾਲ ਪਾਣੀ ਪੀ ਰਿਹਾ ਮੈਂ ਤੇ ਤਾਂ ਡਾਊਨ ਡਾਊਨ ਆ ਮਰ ਗਈ ਯਾਰ ਪਰ ਆਵੇ ਤਾਂ ਪੁੱਛ ਮਾਰ ਗਿਆ ਚੁੱਪ ਇਹਨਾਂ ਨੇ ਇਦਾਂ ਥੋੜੀ ਮਾਰਿਆ ਚੁੱਪ ਚੁੱਪ ਕਿੱਥੇ ਗਿਆ ਚਲੋ ਕੋਈ ਨਾ ਬਹੁਤ ਵਧੀਆ ਨਜ਼ਾਰਾ ਲਿਆ ਤਾ ਓਪੀ ਉਹਦੇ ਹੱਦ ਬੜੇ ਪੈ ਜਾਂਦੇ ਕਿਆ ਨਾ ਉਹ ਤਾਂ ਮੈਂ ਗਿਆ ਨਾ ਪਰ ਕਦੇ ਮਰਿਆ ਪ੍ਰਭਾ ਮਾਨਿਸ਼ ਪੀ ਹੁੰਦੇ ਐਚਪੀ ਵੇਖ ਕਿੰਨੀ ਆ ਬਚਾਤਾ ਕਰੋ ਤੁਸੀਂ ਬੰਦਾ ਐਡ ਭਾਈ ਮੈਂ ਚੱਲਿਆ ਲਾ ਲੈ ਇੱਕ ਮੈਚ ਨਹੀਂ ਯਾਰ ਚੱਲੀ ਹੁਣ ਚਲੋ ਫਿਰ ਇੱਕ ਬੰਦਾ ਐਡ ਕਰਦੇ ਹਾਂ ਫਿਰ ਮੈਂ ਸੌਣਾ ਯਾਰ ਹੁਣ 5 ਵਜੇ ਤੱਕ ਕੋਈ ਨਹੀਂ ਕੋਈ ਨਹੀਂ ਓਕੇ ਬਾਏ ਬਾਏ ਓਕੇ ਜੀ ਫਿਰ ਮਿਲਦੇ ਹਾਂ ਓਕੇ ਆਓ ਵੀ ਬਾਬਿਓ ਨੀਡ 1 ਪਰਸਨ ਮੋਰ ਗੁੱਗੂ ਸਾਡਾ ਚੋਰ ਯਾਰ ਚੰਗਾ ਮੈਸੇਜ ਹੈ ਉਹੀ ਆ ਕੁੜੀ ਵਾਲਾ ਸੁਣਦੇ ਮੈਸੇਜ ਕਰਦਾ ਇੱਕ ਮਿੰਟ ਹਾਂ ਤੇਰੇ ਕੋਲ ਸਟਾਰ ਐਕਸ ਗਿੱਲ ਲੈ ਰਾਹੁਲ ਨੂੰ ਬੁਲਾਉਂਦੇ ਆ ਜਿੰਨਾ ਮਰਜ਼ੀ ਬੁਲਾ ਲਓ ਦੋ ਕਿੱਲ ਘਟਦੇ ਆ ਮੇਰੇ ਕਾਹਦੇ ਦੋ ਕਿੱਲ ਕਿਸ ਚੀਜ਼ ਦੇ ਦਵਾਈ ਲੈ ਲਓ ਪਲੀਜ਼ ਦਵਾਈ ਲੈ ਕੇ ਆਇਆ ਬਾਈ ਦੋ ਮਟੀਰੀਅਲ ਘਟਦੇ ਆ ਮੇਰੇ ਭਾਜੀ ਅਦਰਕ ਦੇ ਜੂਸ ਨਾਲ ਹੈ ਜੂਸ ਨਾਲ ਚਮਚਾ ਸ਼ਹਿਦ ਦਾ ਖਾ ਲਓ ਨਹੀਂ ਨਹੀਂ ਮੈਡੀਸਨ ਲੈ ਕੇ ਆਇਆ ਮੈਂ
ਮੈਡੀਸਿਨ ਲਿਆਂਦੀ ਹੋਈ ਹੈ ਬੁਖਾਰ ਆ ਜੀ ਯਾਰ ਹਮ ਮੈਡੀਸਿਨ ਲੈ ਕੇ ਆਏ ਹਾਂ ਬਾਬੂ ਭਈਆ ਹਰਸ਼ ਮੁੰਡਾ ਆ ਹਰਸ਼ ਪੀਬੀਐਕਸ ਹੌਲੇ ਹੌਲੇ ਰਾਜਨਾ ਧੀਰੇ ਧੀਰੇ ਬਾਲਮਾ ਹੌਲੇ ਹੌਲੇ ਚੱਲੋ I made the top three just now. Play responsibly. ਰਾਹੁਲ ਬਾਹਰ ਆ ਗਿਆ ਲੈ ਜਦੋਂ ਰਿਕੁਐਸਟ ਪਾਈ ਸੀ ਉਦੋਂ ਆਇਆ ਨਹੀਂ ਬਾਬੇ ਲਾਈਕ ਕਰ ਲਿਓ ਯਾਰ ਜਿਹੜੇ ਮੇਰੇ ਵੀਰ ਨੇ ਲਾਈਕ ਨਹੀਂ ਕੀਤਾ ਲਾਈਕ ਕਰ ਲਿਓ ਉਹ ਯਾਰ ਜੀ ਕੀ ਹਾਲ ਚਾਲ ਨੇ ਵਧੀਆ ਵਧੀਆ ਯਾਰ ਮੈਂ ਬੀਜੀਐਮਆਈ ਦੀ ਆਈਡੀ ਨੋਟ ਨਹੀਂ ਕੀਤੀ ਫਿਰ ਇੱਕ ਮਿੰਟ ਬਾਹਰ ਆਇਓ ਸਾਰੇ ਜਣੇ ਮੈਂ ਲਿਖਾ ਦਿੰਦਾ ਹਾਂ ਰੁਕੋ ਬੋਲੀ ਕਿੰਨੀ ਸੀ 5 2 I got the triple elimination medal ਹਾਂ ਅੱਗੇ good luck mates 8 4 ਹਾਂ take freaking breaks and play with ਹਾਂ 1 8 4 9 ਦੌਲਤ ਸ਼ੋਹਰਤ ਕਿਆ ਕਰਨੀ ਤੇਰੇ ਪਿਆਰ ਕਾ ਸਹਾਰਾ ਕਾਫੀ ਹੈ ਕੱਟੇ ਉਤਰੇ ਬੰਦੇ ਭਈਆ ਯਾਰ ਕਿਆ ਲਾਈਨ ਲਾਈ ਹੈ ਓਏ ਬੰਦੇ ਦੇਖੀ ਮਾੜੇ ਭਾਈ ਬੰਦੇ ਦੇਖੋ ਛੇਤੀ ਰਾਈਡ ਤੇ ਹਾਂ ਦੇਖਿਆ ਵਾਹਿਗੁਰੂ 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 1 2 3 4 5 6 7 8 9 10 ਪਹੁੰਚ ਜਾਵਾਂਗੇ 12 ਭਾਈ 4 10 50 ਬੰਦੇ ਅੱਧੀ ਲੋਬੀ ਜਾ ਰਹੀ ਆ ਛੋਕ ਦੀ ਇਹ ਸਾਰੇ ਨਾ ਜਿੰਨੇ ਵੀ ਹੈਗੇ ਆ ਇਹ ਸਿਰਫ ਕਿਲ ਕਰਨ ਵਾਲੇ ਬੰਦੇ ਆ ਇਹਨਾਂ ਨੂੰ ਸਿਰਫ ਕਿਲ ਚਾਹੀਦੇ ਆ ਪਰ ਕਿਲ ਮਿਲ ਗਏ ਬਾ ਠੀਕ ਆ ਬਹੁਤ ਆ ਬਹੁਤ ਰਿਓ ਭਾਵੇਂ ਦਾ ਕਿਲ ਵਾਲੇ ਭਾਈ ਇੱਥੇ 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 ਥੱਲੇ ਹੀ ਥੱਲੇ ਦੱਬ ਦੋ ਥੱਲੇ ਹੀ ਦੱਬਦੇ ਕਰੋ ਮਾਰਕ ਦ ਲੋਕੇਸ਼ਨ ਕੀ ਆ ਲੋ ਬੰਦਾ ਨੂੰ ਪਾਸੇ ਆ ਓਏ ਮੇਰੇ ਨਾਲ ਪੀਕ ਰਿਹਾ ਮੇਰੇ ਲੇਮ ਕਰਿਓ ਮੇਰੇ ਲੇਮ ਕਰਿਓ ਦੇਖਿਓ ਕਰੀ 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 ਬਸ ਆ ਮੈਨੂੰ ਉਹ ਭਾਈ ਮੈਨੂੰ ਦਾਤੀ ਤੇ ਬਾਟ ਗਿਆ ਬੰਦਾ ਯਾਰ ਮੈਂ ਕਹਿ ਰਿਹਾ ਮੇਰੇ ਤੇ ਏਮ ਕਰਿਓ ਮਾੜਾ ਜਿਹਾ ਹੈਲਪ ਓਏ ਹੈਲਪ ਉਹ ਫਿਨਿਸ਼ ਆ ਪਾਣ ਦਾ ਮੈਂ ਮਰ ਗਿਆ ਜਾ ਕੇ ਬਾਹਰ ਦੋ ਬੰਦੇ ਨੌਕ ਸੀ ਯਾਰ ਜੱਟ ਮੈਂ ਕਿਵੇਂ ਪਾਦਾ ਬੰਦੇ ਨੂੰ ਦੇਖ ਰਿਹਾ ਤੂੰ ਤੂੰ ਉਧਰ ਬੈਠ ਪੁੱਜ ਗਿਆ ਮੈਂ ਕਹਾਂ ਪੁੱਜ ਗਿਆ ਆਪਣੇ ਆਪ ਮੈਂ ਬਾਹਰ ਲੰਘ ਗਿਆ ਤਾਂ ਟਾਈਮ ਨਾਲ ਚਲੋ ਕੰਟਰੋਲ ਕਰੇ ਖੇਡਿਆ ਕਰੋ ਭਾਈ ਪਿੱਛੇ ਨੂੰ ਵਜਾ ਕਰੋ ਯਾਰ ਨਹੀਂ ਨਹੀਂ ਮੈਂ ਕਰ ਤ ਲਿਆ ਸੀ ਆਪਣੇ ਨੂੰ ਪਰ ਗਲਤ ਹੋ ਗਿਆ ਸੀ ਲਿਆ ਤਾਂ ਮੈਂ ਹੂੰ ਕਰ ਲਿਆ ਤਾਂ ਨੂੰ ਭਾਈ ਵੀ ਪਿੱਛੋਂ ਪੈ ਗਈ ਆ ਬੰਦਾ ਮੈਨੂੰ ਦਾਤੀ ਤੇ ਬਾੜ ਕੇ ਭਾਗ ਗਿਆ ਯਾਰ ਲੈਂਡਿੰਗ ਤੇ ਮੈਂ ਸਹੀ ਕਰਾਤੀ ਸੀ ਬਸ ਕੰਟਰੋਲ ਚਲੋ ਕੋਈ ਨਾ ਰਾਤ ਨੂੰ ਮੇਰੀ ਲੈਂਡਿੰਗ ਮੈਂ ਕਰਵਾ ਲਿਆ ਕਰੂੰਗਾ ਦੇਖ ਲਓ ਆਪਾਂ ਨਾਲ ਬੰਦਾ ਲੈਂਡ ਹੋ ਗਿਆ ਨਹੀਂ ਯਾਰ ਭਾਈ ਨੇ ਮੌਕੇ ਤੇ ਛਿੱਕਾ ਮਾਰਿਆ ਉਹਦੇ ਚੋਕੇ ਛਿੱਕਾ ਮਾਰਿਆ ਉਹਦੇ ਖੜਦੇ ਮੈਂ ਕਹਿ ਰਿਹਾ ਸੀ ਬਾਈ ਨਾਲ ਹੀ ਬੰਦਾ ਆ ਗਿਆ ਬਾਈ ਨਹੀਂ ਨਹੀਂ ਹਵਾ ਚ ਨੀ ਮਾਰਿਆ ਲੈਂਡ ਹੋ ਕੇ ਮਾਰਿਆ ਹੈਗਾ ਇੱਕ ਹੀ ਆ ਪਰ ਮੈਂ ਟਾਈਮ ਤੇ ਸਾਈਡ ਤੇ ਹੋ ਗਿਆ ਮੈਂ ਫੜੋ ਇਹਨੂੰ ਮਾੜੇ ਗੋਲੀ ਚਲਾਇਓ
ਪਾਲੋ ਉਹ ਭੈਣ ਨੂੰ ਤੇਰੀ ਨੂੰ ਬੰਦੇ ਕੋਲ ਲੈਣ ਹੁੰਦੇ ਆ ਮਨੇ ਬੀਕ ਬਾਹਰ ਵਾਲਾ ਚੱਕਤਾ ਮੈਂ ਇੱਕ ਰਹਿ ਗਿਆ ਚਲ ਮੈਂ ਤੋ ਨੌਕ ਕਰਦਾ ਖੜ ਜਾਓ ਨੌਕ ਕਰਦਾ ਇੱਕ ਹੋਰ ਖੜ ਜਾਓ ਜਿਹੜੀ ਲੈਂਦੇ ਇਹ ਤਾਂ ਕਹੂਗਾ ਧੱਕਾ ਹੋ ਗਿਆ ਮੇਰੇ ਨਾਲ ਲੱਭਾ ਮੈਂ ਉੱਪਰ ਆ ਭਾਜੀ ਹਾਂ ਇਹਨੂੰ ਇਹਨੂੰ ਰੁਕ ਜਾ ਮੇਰੇ ਇਹ ਮੈਂ ਨਹੀਂ ਉਧਰ ਮੈਂ ਲੂਟ ਕਰਨ ਦੇ ਹਲਕੀ ਜੀ ਮੈਂ ਕਿਹੜੇ ਚੱਲੇ ਆ ਮੈਂ ਨਹੀਂ ਜਾ ਰਿਹਾ ਉਧਰ ਬਸ ਠੀਕ ਆ ਜਾਈ ਨਾ ਲਾਈਕ ਕਰ ਲਿਓ ਗਾਇਸ ਸਾਰੇ ਭਰਾ ਬਸ ਗਿਆ ਮੈਂ ਥੋੜਾ ਲੱਗ ਗਿਆ ਰਹਿ ਗਿਆ ਨਹੀਂ ਤਾਂ ਮੇਰਾ ਕਰ ਗਿਆ ਭਾਈ ਤਾਂ ਤੂੰ ਮੇਰਾ ਕਿੱਲ ਉਡਾ ਗੰਦਾ ਚੋਰੀ ਕੀਤਾ ਸੀ ਮੈਂ ਲਾਇਆ ਤਾਂ फुल डैमेज जट वैसे बल्ला बहुत ही जट इन फड़ना यार बाबे स्मोक दा की फायदा डोनी आए दिसांगे इंदा हैगा ओए डोनी मिलाया था उन डोन एक नंबर अगला फ्री फायर पर खेड दिया हूं ऊपर चल गया हर्ष वीरे माड़ा दियो एक थां यार मुंडा ऐड करना जल्दी वहां से हटो जल्दी वहां से हटो अपने आप इन्हें गलती करी या इन्हें गलती करी कि छाड़ मेरे नाले मार गए मैं उदा ही तो खेड कह रहे कि ओ आईडी मेरे ब्रदर दी है वो खेड रहा हूं मैं ताही उन्होंने डिक्लाइन करती रिक्वेस्ट मैं कहा शायद कोई हो रहा है दिस इज अ सिमुलेशन गेम सेट इन अ वर्चुअल वर्ल्ड एंड डज नॉट रिप्रेजेंट रियल लाइफ प्लीज प्ले इन मॉडरेशन टेक फ्रीक्वेंट ब्रेक्स and play responsibly pata ajj mere kamre da pakha vi 2 number te aa khand lag rahi mainu oye oh meri manno main tonu leke jana yaar chupeda nahi khanda bhai pehle vi tonu leke gaya tha chup kar ja hun haan idhar hi jana bhai ko saab good luck mate ko saab aa mure hoye ha yaar main mada ja na meri gal suno ko saab ahi ta jaya va jaldi jao ओके okay. ओके okay, हम आती है इट इज शो टाइम इसे पजामा गिला कर दे भाई रख रहा गिला गिला कर थले होंदे ओए मोना के सरदार है ओए असला ओ तू दे हूं देर पर मोना के सरदार है ओए ਏਸ਼ੀਆ ਨਹੀਂ ਓਪੀ ਉਹ ਜੱਟ ਹੀ ਮੋਨਾ ਸਰਦਾਰ ਹੈ ਮੈਂ ਮੈਂ
ਉਦਾਂ ਤਾਂ ਮੈਂ ਬੋਣਾ ਹੈ ਠੀਕ ਆ ਬਾਈ ਮਲਕੀ ਦੇ ਕਿਧਰੇ ਨੂੰ ਜਾਣਾ ਹੈ ਅੰਦਰ ਬਾਹਰ ਉਦਾਂ ਪੱਗ ਪੁੱਗ ਬੰਨਦਾ ਫਿਰ ਮੈਂ ਪਰਨਾ ਜਾਂ ਪੱਗ ਘਰਾਂ ਮੈਂ ਰੁੱਦਾ ਹੀ ਰਹਿੰਦਾ ਉਦਾਂ ਮੇਰੇ ਸਿਰ 'ਚ ਸੱਟ ਵੱਜੀ ਹੋਈ ਹੈ ਨਾ ਆਪਰੇਸ਼ਨ ਹੋਇਆ ਉਹ ਮੈਂ ਬਾਲ ਰੱਖ ਨਹੀਂ ਸਕਦਾ ਮੈਂ ਸਿਰ ਦੁਖਣ ਲੱਗ ਜਾਂਦਾ ਮੇਰਾ ਬੰਦੇ ਆਉਂਦੇ ਨਾਲ ਦੇਖੀ ਟੀਮਾਂ ਆਉਂਦੀਆਂ ਵੇਟ ਵੇਟ ਹਮ ਆ ਗਈ ਹੈ ਫੌਜ ਵੀ ਬੰਨ ਲੈਂਦੇ ਹਮ ਆ ਗਈ ਹੈ ਆ ਗਏ ਹੋਰ ਕੀ ਹੋਰ ਮੈਂ ਹੱਗਣ ਥੋੜੀ ਗਿਆ ਹੀ ਮੁੰਡੇ ਨੇ ਸਹੀ ਕਰਾ ਲਈ ਜਿਹੜੇ ਸਾਲੇ ਨਾਲ ਬੰਦੇ ਜਾਂਦੇ ਰਾਜੀ ਵੀ ਇਹਨਾਂ ਨੂੰ ਵੀ ਮਨਾ ਲਏ ਕਰ ਕਿ ਬਾਈ ਦੂਰ ਹੋਰ ਪਾਸੇ ਲੰਘ ਜਾਓ ਕੀ ਸੜਕੋ ਉਧਰ ਕੋਈ ਨਹੀਂ ਉਤਰਿਆ ਉਹ ਬੰਦੇ ਬਹੁਤ ਘੱਟ ਆਏ ਆ ਯਾਰ ਬਾਈ ਯਾਰ ਕੈਂਪਰ ਸਾਲੇ ਯਾਰ ਤੇ ਤੂੰ ਇੱਧਰ ਆਇੰਦਾ ਬਾਈ ਓਏ ਹੈਲੋ ਹੈਲੋ ਜੀਵਨ ਭਾਜੀ ਕਰਨ ਭਾਜੀ ਟੂ ਓਪੀ ਓਪੀ ਦਿਖਾਓ ਆਪਣਾ ਸੋਹਣਾ ਜਿਹਾ ਚਿਹਰਾ ਭਰਾਵਾ ਨੌਕ ਹੀ ਹੋ ਗਿਆ ਹੁਣ ਤੇ ਮੈਂ ਰਾਜਵੀਰ ਹੈਲਪ ਮੀ ਬੰਦਾ ਹੈ ਨੀ ਕੋਈ ਅੱਗੇ ਮੈਂ ਇਕੱਲਾ ਹੀ ਇੱਥੇ ਨੌਕ ਪਿਆ ਵਾਂ ਕੋਈ ਨਹੀਂ ਹੈਗਾ ਮੇਰੇ ਅੱਗੇ ਪੱਕੀ ਗੱਲ ਆ ਮੈਂ ਕਿਹਾ ਸ਼ੋਰ ਆ ਗਰੰਟੀ ਆ ਆਹੀ ਕਵਰ ਟੂ ਕਵਰ ਇੱਧਰ ਓਪਨ ਚ ਨਹੀਂ ਇਹਨਾਂ ਨਾ ਇੱਧਰ ਪੈਣੀ ਆ ਜਿਹੜਾ ਚੱਕਾਂਗਾ ਇੱਕ ਹੁਣ ਸਾਹਮਣੇ ਹੈਲਥ ਪਈ ਆ ਮੇਰਾ ਵੀਰ ਹੈਲਥ ਮਿਲ ਜੂ ਉੱਪਰ ਹੀ ਪਈ ਆ ਆ ਫੜੋ ਥੈਂਕ ਯੂ ਵੈਪਨਸ ਲੋਡਡ ਐਂਡ ਰੈਡੀ ਟੂ ਮੂਵ ਆਊਟ ਟਰਨ ਔਨ ਵੌਇਸ ਚੈਟ ਔਨ ਹੀ ਆ ਆਸ਼ ਕਿੱਧਰ ਜਾ ਰਹੇ ਵੀਰ ਜੀ ਹਾਂ ਹੈ ਹੈ ਕਿਲ ਚੋਰੀ ਕਿਲ ਚੋਰੀ ਬੋਲਦੇ ਪਹਿਲਾਂ ਇੱਥੋਂ ਮੈਂ ਜਾਵਾਂ ਯਾਰ ਨੌਕ ਹੋਊਂਗਾ ਹੁਣ ਕੋਈ ਨੀ ਨੌਕ ਕਿਲ ਵਾਲੀਆਂ ਗੱਲਾਂ ਤਾਂ ਚੱਲਦੀਆਂ ਰਹਿੰਦੀਆਂ ਯੈਸ ਬਾਈ ਬਿਲਕੁਲ ਸਹੀ ਯੂ ਆਰ ਰੈਡ ਬਾਈ ਮਲਾਈ ਜੀ ਜੱਟ ਆ ਜਾ ਉਹ ਸੋਰੀ ਰਾਜ ਵੀ ਰਾਜਾ ਚਲੀ ਉਹ ਹੀ ਆ ਅੱਜ ਕੀ ਚੱਕਰ ਕੀ ਅੱਜ ਤੁਸੀਂ ਸੁਸਤ ਸੁਸਤ ਕਾਹਤੋਂ ਆ ਆਪਣੀ ਪਰਿਵਾਰ ਉਹ ਫੈਮਿਲੀ ਵਾਲੀ ਆ ਲਾਈਫ ਨਹੀਂ ਚਾਹ ਨਹੀਂ ਨਾ ਪੀਤੀ ਅੱਜ ਅਸਲ ਚੱਕਰ ਪਤਾ ਕੀ ਸਾਡੇ ਘਰੇ ਵੀ ਕੋਈ ਹੈ ਨਹੀਂ ਗਾ ਮੈਂ ਇਕੱਲਾ ਹੀ ਆ ਯਾਰ ਚਾਹ ਬਣਾਉਣ ਵਾਲਾ ਕੋਈ ਹੈ ਨਹੀਂ ਘਰੇ ਅਸਲ 'ਚ ਮੈਂ ਉਹਨੂੰ ਕਿਹਾ ਮੈਂ ਕਮਲਪ੍ਰੀਤ ਨੂੰ ਫੋਨ ਵੀ ਕੀਤਾ ਸੀ ਮੈਂ ਕਿਹਾ ਯਾਰ ਚਾਹ 'ਚ ਪੀਣੀ ਆ ਅੱਜ ਮੈਂ ਘਰੇ ਇਕੱਲਾ ਵਾਂ ਕਹਿੰਦੀ ਤੇਰਾ ਕੀ ਪਤਾ ਮੈਂ ਨਹੀਂ ਕਹਿੰਦੀ ਹੋਣੀ ਮੈਂ ਕਿਹਾ ਕੋਈ ਨਾ ਚਾਹ ਦੇ ਬਹਾਨੇ ਅਗਲੀ ਆਈ ਨਹੀਂ ਡਰਦੇ ਮਾਰੇ ਕਹਿੰਦੀ ਮੈਂ ਨਹੀਂ ਹੋਣਾ ਕਹਿੰਦੀ ਹੁਣ ਆ ਜਾਊਂਗਾ ਚੱਲੀਏ ਰਸ਼ ਮਾਰਦੇ ਆ ਕਿ ਨਿਕਲਣਾ ਇਹ ਦੱਸ ਮੈਨੂੰ ਅਗਲੇ ਤੇ ਜਾਣਾ ਅਗਲੇ ਤੇ ਜਾਣਾ ਇਹਨਾਂ ਦੇ ਜਾਣਾ ਲੈ ਭੂਆ ਮੁੰਡੇ ਦਾ ਤੇ ਭੂਆ ਦੇ ਮੁੰਡੇ ਅਗਲੇ ਨਹੀਂ ਨਾ ਜਾਣ ਦੇਣ ਲੱਗੇ ਆਓਗੇ ਸਾਵਲ ਉਹਨੂੰ ਪਟਾ ਦੇਗਾ ਤੇ ਮਾਰਾ ਹੀ ਦੇਗਾ ਪਿੱਛੇ ਆ ਤੇਰੀ ਭੈਣ ਦੀ ਸਰੀਆਂ ਦਾ ਲੂ ਕੇ ਰੱਖ ਦੇਣਾ ਐਸਾ ਹੁਣ ਲੈ ਉਹ ਲੂ ਹੀ ਦਿੱਤਾ ਰਿਸ਼ਤੇਦਾਰ ਮਾਸੀ ਦੇ ਮੁੰਡੇ ਹੀ ਲੱਗਦੇ ਹੀਗੇ ਤੁਸੀਂ ਤਾਂ ਮਿੰਨੀ ਦੀ ਆਟੋ ਤੇ ਚਲਾਉਂਦੇ ਆ ਮਿੰਨੀ ਦੇ ਆਟੋ ਤੇ ਚਲਾਉਂਦੇ ਅਗਲੇ ਨੂੰ ਲੂ ਕੇ ਰੱਖਦਾ ਉਹ ਵੱਖਰੀ ਗੱਲ ਆ ਯਾਰ ਭਾਈ ਦੱਸੋ ਕਿ ਅਸੀਂ ਬਹੁਤ ਕੁਝ ਚਲਾ ਲੈਂਦੇ ਆਟੋ ਤੇ ਤੁਸੀਂ ਇੱਕ ਵਾਰੀ ਦੱਸੋ ਸੀ ਬੰਦੇ ਦਾ ਕਿੰਨ ਚੋਰੀ ਕਰਨਾ ਹੀ ਆਪਾਂ ਉਹ ਕਰ ਲਿਆ ਆਟੋ ਦੇ ਆਟੋ ਚਲਾ ਲਈਦਾ ਆਪਾਂ ਹਨਾ ਆਟੋ ਦੇ ਆਟੋ ਚਲਾ
ਜੋ ਵੀ ਆਪਾਂ ਕਿਲ ਚੋਰੀ ਕਰ ਲਿਆ ਬਈ ਇੰਨਾ ਸੀ ਇੱਕ ਕਿਲ ਹੈਗਾ ਨਾ ਬਹੁਤ ਆ ਪਤਾ ਮੇਰੇ ਕਿੰਨੇ ਕਿਲ ਆ ਭਾਜੀ ਹੂੰ 7 ਕਿਲ ਪੱਕੀ ਗੱਲ ਆ ਪੱਕੀ ਚਿੱਤੜਾ ਨੂੰ ਅੱਗ ਲੱਗ ਲਾਤੀ ਓ ਭਾਈ ਅੱਗ ਛੱਡ ਮਾਮਾ ਨੇ ਫਰਾਈ ਕਰਕੇ ਉਹਨੇ ਲੂ ਕੇ ਰੱਖਤਾ ਜਿੰਨੀ ਮੌਲੀ ਭਰਾਈ ਉਹਨੇ ਮੇਥੇ ਅਗਲਾ ਕਹਿੰਦਾ ਮੌਲੀ ਫਰਾਈ ਆ ਤੈਨੂੰ ਕਰਾਂ ਮੈਂ ਕਹਿੰਦਾ ਸਾਰੇ ਮਾਰ ਸਾੜਤੇ ਉਹਨੇ ਤੂੰ ਮਾਰ ਅਗਲਾ ਮਾਰ ਮਾਰ ਧੂਆਂ ਕੱਢਤਾ ਸੁੰਡੀ ਮਾਰਦੀ ਸਪਰੇ ਮਾਰੀ ਉਹਨੇ ਕੁੜੀ ਆ ਖਤਮ ਹੀ ਕਰਦੀ ਫਰਕ ਨਹੀਂ ਕੁਛ ਨਹੀਂ ਹਾਲ ਓਏ ਉਹ ਕਿਲ ਮਿਲ ਗਿਆ ਬਾਬੇ ਉਹ ਜੀ ਜੀ ਯਾਰ ਇੱਕ ਬੰਦਾ ਰਿਫਲੈਕਸ ਮਾਰ ਕੇ ਕਿਲ ਕੀਤਾ ਸੀ ਫਿਨਿਸ਼ ਹੋ ਗਈ ਹੋਣੀ ਆ ਨਹੀਂ 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 ਇੱਕ ਬੰਦਾ ਨਾ ਪੌੜੀਆਂ 'ਚ ਬੈਠਾ ਸੀਗਾ ਟਾਵਰ ਦੇ ਉੱਪਰ ਤੇ ਉਹ ਨੌਕ ਕੀਤਾ ਸੀ ਰਿਫਲੈਕਸ ਵੱਜਾ ਸੀ ਉਸ 'ਤੇ ਉਸ ਟਾਈਮ 'ਤੇ ਟਾਈਮ ਨੋਟ ਕਰਨਾ ਚਾਹੀਦਾ ਨਾ ਓਏ ਸਿਕਿਉਰਿਟੀ ਗਾਰਡ ਜੀ ਮਾੜਾ ਟਾਈਮ ਨੋਟ ਕਰਕੇ ਭੇਜੋ 2:06 ਟਾਈਮ ਟਾਈਮ ਭੇਜੋ ਨਹੀਂ ਬਾਈ ਮੈਂ ਫਲੈਕਸ ਮਾਰਿਆ ਯਾਰ ਡਿਗਰੀ ਤੇ ਕੋਈ ਨਹੀਂ ਬਸ ਇੰਨਾ ਇਹ ਵੱਜਦੇ ਸਾਰੇ ਮੈਂ ਚੱਕ ਦਿੱਤਾ ਸੀ M4 ਚੱਕ ਲਓ I got supplies ਲੈ M4 ਮਾਰਕ ਲਾਉਂਦੇ ਸਾਰੀ ਬਾਈ ਗੱਡੀ ਦਾ ਰੂਟ ਮੁੜ ਗਿਆ ਤੇ ਰੂਟ ਗੱਡੀ ਸਕੂਲ ਨੂੰ ਜਾ ਰਹੀ ਸੀ ਜਦੇ ਤੁਹਾਡੇ ਵੱਲ ਨੂੰ ਆ ਗਈ ਦੇਖ ਲਓ ਮੰਨਤੇ ਹੋ ਕਿ ਨਹੀਂ ਲੈ ਲੈ ਇੱਥੇ ਵੀ M4 ਪਈਆਂ ਇੱਕ ਹੋਰ ਪਈ ਆ ਇੱਕ ਇੱਥੇ ਪਈ ਆ ਮਾਰਕ ਟੂ ਲੋਕੇਸ਼ਨ ਮਾਰਕ ਟੂ ਲੋਕੇਸ਼ਨ ਹੁਣ ਮੈਨੂੰ M4 ਤੇ ਦੇਤੀ ਇਹਨਾਂ ਗੋਲੀਆਂ ਦੇ ਦਿਓ ਉਹ ਮੈਂ ਚੈੱਕ ਕਰ ਲਈ ਸੀ ਪਿੰਡ ਉੱਡਦਾ ਜੱਟਦਾ ਚੀਮਾ ਅੱਗੇ ਕੀ ਆ ਚੀਨਾ ਹੁੰਦਾ ਆ ਚੀਮਾ ਨੀ ਚੀਨਾ ਹੀ ਕਿਹਾ ਮੈਂ ਚੀਨਾ 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 ਹੁੰਦਾ ਤੇ ਚੀਮਾ ਚੀਮਾ ਹੀ ਲੱਗਦਾ ਉਹ ਬਾਬੇ ਚੀਨਾ ਕਿਹਾ ਮੈਂ ਕਿਹਾ ਸੌਂ ਲੱਗੇ ਵੱਡੇ ਮਹਾਰਾਜ ਦੀ ਮੈਂ ਚੀਨਾ ਕਿਹਾ ਦੁਬਾਰਾ ਗਾਉ ਗਾਣਾ ਉਹ ਪਿੰਡ ਉੱਡਦਾ ਜੱਟਦਾ ਚੀਮਾ ਬਸ ਚੀਮਾ ਚੀਨਾ ਕਿਆ ਚੀਮਾ ਥੋੜੀ ਗੱਲ ਹੈ ਫੇਰ ਗਾਵਾਂ ਦੇਖੀ ਦੁਬਾਰਾ ਸੁਣੀ ਧਿਆਨ ਸੁਣੀ ਪਿੰਡ ਉੱਡਦਾ ਜੱਟਦਾ ਚੀਮਾ ਸਿਰ ਤੇ ਲਾਉਂਦੀ ਐਨਕ ਦੀਆਂ ਜੀਨਾਂ ਕਿਆ ਕਰੀ ਮੈਂ ਐਨਕ ਦੀ ਜੀਨਾਂ ਉਹ ਯਾਰ ਹਰਸ਼ ਵੀਰੇ ਨਹੀਂ ਮੇਰਾ ਦੁਸ਼ਮਣੀ ਹੈ ਕੋਈ ਐਨਕ ਦੀ ਜੀਨਾਂ ਕਿਉਂ ਵੀਰੇ ਮੈਂ ਚੰਗਾ ਭਲਾ ਐਮਓ ਚੱਕਣ ਲੱਗਾ ਮੇਰੇ ਕੋਲੋਂ ਹੀ ਐਮਓ ਚੱਕ ਕੇ ਬਾਈ ਲੈ ਗਿਆ ਯਾਰ ਨਹੀਂ 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 ਚੀਮਾ ਕਿਹਾ ਉਹ ਨਹੀਂ ਬਾਈ ਚੀਨਾ ਕਿਹਾ ਮੈਂ ਚੀਮਾ ਚੀਮਾ ਕਹਿ ਚੀਮਾ ਚੀਮਾ ਕਹਿ ਤੇ ਰਿਹਾ ਚੀਮਾ ਪਿੰਡ ਉੱਡਦਾ ਜੜਦਾ ਚੀਮਾ ਆਹ ਤੂੰ ਕੋਚ ਸਾਹਿਬ ਦੇ ਭਾਜੀ ਤੁਹਾਨੂੰ ਐਮਓ ਲੱਭ ਕੇ ਦਿੰਨੇ ਨਹੀਂ ਨਹੀਂ ਉਹ ਮਿਲ ਗਈ ਐਮਓ ਦੇਤੀਆਂ ਨੋਟੀ ਉਹ ਭਾਜੀ ਤੁਸੀਂ ਆ ਨੋਟੀ 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 ਕਭੀ ਹੋਣਾ ਪੜਤਾ ਜਾਨ ਕੀ ਕਰੇ ਭਾਈ ਰਾਤ ਕੋ ਹੋਣਾ ਭਾਈ ਦੇਖ ਨਹੀਂ ਭਾਈ ਨਹੀਂ ਰਾਤ ਕੋ ਭਾਈ ਹਮਾਰਾ ਹੋਤਾ ਨਹੀਂ ਹੈ ਹਮ ਰਾਤ ਕੋ ਨਹੀਂ ਕਰਤਾ ਹੈ ਭਾਈ ਹਮਾਰਾ ਰਾਤ ਕੋ ਨਹੀਂ ਹੋਤਾ ਹੈ ਸਹੀ ਹੈ ਸਾਡੀ ਟੀਮ 'ਚ ਖਾਸ ਬੰਦੇ ਨੇ ਕਿਹਾ ਖਾਸ ਬੰਦੇ ਨੇ ਕਿਸੇ ਨੇ ਕਿਹਾ ਸਾਡੀ ਟੀਮ 'ਚੋਂ ਕਿ ਰਾਤ ਨੂੰ ਮੇਰੇ ਤੋਂ ਹੁੰਦਾ ਨਹੀਂਗਾ ਇਹ ਮੈਂ ਨਹੀਂ ਕਿਹਾ ਕਿਸੇ ਕੋ ਮਹਾਨ ਸ਼ਖਸੀਅਤ ਡੀਬੇ ਚਾ ਕੋਈ ਮਹਾਨ ਸ਼ਖਸੀਅਤ ਨਹੀਂ ਯਾਰ ਨੇੜਾ ਰੇ ਨੇੜਾ ਨਹੀਂ 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 M4 ਨਹੀਂ ਚਾਹੀਦੀ M1 ਦੇ ਦਿਓ ਬਸ ਥੋੜੀ ਕੁ ਲੈ M1 ਹੀ M1 ਹੋ ਗਈ M24 ਚੱਕਣੀ ਭਾਜੀ ਨਹੀਂ ਭਾਈ M24 ਦੀ ਲੋੜ ਹੀ ਨਹੀਂ ਸਾਡੇ ਕੋਲ ਡੀਬੀ ਹੈਗਾ ਉਹ ਮੈਂ ਕਹਿੰਦਾ ਆਪਾਂ ਸਾਰੇ DBS ਚੱਕ ਲਈਏ ਥੱਲੇ ਪਈ ਆ ਚਾਹ ਨਾ ਕੋਈ DBS ਹੋਊਗੀ ਨਾ ਬੰਦਾ ਸਾਹਮਣੇ DBS DBS ਹੀ ਕਰਾਂਗੇ ਕੀ ਖਿਆਲ ਆ
ਮੈਂ ਕਹਿੰਦਾ ਆਪਾਂ ਮਸ਼ੀਨ ਗਨ ਚਲਾਈਏ ਮਸ਼ੀਨ ਗਨ ਨਾ ਕੜਾ ਕੇ ਲੈ ਕੇ ਆਈਏ ਹੈ ਆ ਭਈਆ ਆ ਭਈਆ ਇੱਕ ਮਸ਼ੀਨ ਗਨ ਦਾ ਭਈਆ ਵਾਚ ਆਊਟ ਵਾਚ ਆਊਟ ਇੱਧਰ ਭਈਆ ਆ ਗਿਆ ਆ ਚੱਕ ਲੋ ਰੈੱਡ ਡਾਟ ਆਈ ਗਾਟ ਸਪਲਾਈਜ਼ ਰੈੱਡ ਚੱਕ ਲੋ ਓਕੇ ਜਦੋਂ ਟੀਮ ਆ ਸਿੱਧੀ ਪੁਸ਼ ਵੱਜੂਗੀ ਪਹਿਲਾਂ ਹੀ ਦੱਬ ਲਿਓ ਸਾਲੇ ਇਤਨਾ ਅੱਛਾ ਨਹੀਂ ਹੈ ਹਮਕੋ ਮਾਰਨਾ ਐਚਪੀ ਦੇਖਵਾ ਦੀ ਇਤਨਾ ਅੱਛਾ ਨਹੀਂ ਹੈ ਹਮਕੋ ਮਾਰਨਾ ਹਮ ਨੌਕ ਨਹੀਂ ਹੋ ਸਕਤੇ और अगर हमने कुछ अगर हमने नॉक किया ना तो हम पूरा फिनिश कर देंगे सही है ना भाई नॉड आ गया भाई नॉड सही बात है अगर हमने नॉड कर दिया ना तो फिर आपका नॉड फॉर्ड हो जाएगा देख लो नॉड फॉर्ड शॉर्ट कर दूंगा सबका यार डैमेज यार नॉक नहीं यार उन नाल बंदा तैनूं पता ही नहीं का कि गैस कैन दे नाल बंदा नॉक नहीं हुंदा का तुमको पता नहीं है ये बात I got supplies. आहो जिदा कल जट ने नेड़ मारन लगा सी मैं कह ले मार आ खड़ा ही मार नेड़ तू नेड़ मार बेचारा आप ही नॉक हो गया पता नहीं मैं ग्लोबल च साले ग्लोबल तक पीछे मैं ही भूल गया था मार मैं कह नेड़ मार तू बाकी गल्ला बाद च सोणिया पहला सरदार या वाहेगुरु चलो चलिए यार बहुत के शुक्र मिला राजवीर इतना आसान नहीं है इतना आसान नहीं है जब मैं मारूंगा ना तो पूरा पूरा नॉक ही करूंगा फिर मैं चला गड्डी चला चला आ बोला लाने आ बुझो पहला पावरती फिर कहंदे चला गड्डी चला गड्डी चला गड्डी चला टेंशन की गड्डी चला राजवीर दा हैक गेम प्ले आ फिर ए इवेंट ते किवें मर जांदा आ यही तो हमको नहीं समझ आता जीवन पाजी केड़ा कहंदे आ यही तो कंफ्यूजन है ना कौन कहंदे आ इनु बढ़िया नहीं कह के फाइल जे लाउणी ना चंगी तरह ला के आया कर क्या किन्ने आ है गली गल है कोई महान शख्सियत कौन कहंदे आ महान शख्सियत आ ठाकुर इतना आसान नहीं है हमको मारना मैं मुंह करके करके ना मगा ली यार ठीक है चल एक ड्रिंक दी ड्रिंक है सप्लाई की करना होया उड़ उड़ के जावे बंदे नु मारांगे पावर तो है नहीं किया साडे को पावर ही है नहीं शॉप ते लेके जाऊंगे एक मिनट यार ड्रिंक ड्रुंक है नहीं कोई भी कोई ड्रिंक कुछ नहीं हैगा आ करिए ना ओए इसके बूट चढ़ा भाई ओती सा उतरने वाला है माड़ा जाके थल्ले ओ साइड करना ओनु कोई बात चक्कर पे लग लग ना रख गड्डी अपनी हो ये कितने गया होना कहाँ गया बे राजवीर कहाँ गया भाई मैं है कि नहीं लौंदा अच्छा उधर चैट से गया I got supplies. भाई लौंदा है ओ एवे ना पूरी आ करो यार दिमाग खराब कर देंदे फड़ के तू यार सही यार यार इनू ता बड़ी जल्दी चढ़दा मैं डाउन बैंक रहूंगा तोड़ा को जाना होली जावे ਨਹੀਂ ਯਾਰ ਮਜ਼ਾਕ ਆਪਦੀ ਥਾ ਹੁੰਦਾ ਯਾਰ ਹੱਦ ਹੁੰਦੀ ਇੱਕ ਟੋਕਨ ਕਿੰਨੇ ਤੁਹਾਡੇ ਕੋਲ ਤੁਹਾਡੇ ਦਿਓ ਅੱਗੇ ਦਿਮਾਗ ਨਾ ਹੈ ਨਹੀਂ ਚੋਗਾ ਦੀ ਤਾਂ ਯਾਰ ਹੈ ਕੋਈ ਮੇਰਾ ਮਹਾਨ ਸ਼ਖਸੀਅਤ ਭਾਈ ਚੱਲ ਯਾਰ ਹੈਲਥ ਬਹੁਤ ਜਾ ਰਹੀ ਜਲਦੀ ਆਓ ਆਈ ਐਮ ਬੈਕ ਵੈਲਕਮ ਬੈਕ ਸੈਲਿਸ਼ ਵੈਲਕਮ ਬੈਕ ਰਾਜਵੀਰ ਦੋਗੇ ਰਾਜਵੀਰ ਦੇ ਯਾਰ ਫਿਰ ਪਰ ਆਪ ਨੂੰ ਕਿਹੜੇ ਕੀ ਦਵਾਂ ਤੈਨੂੰ ਕੀ ਦਵਾਂ ਮੈਂ ਐਮਪਰ ਲੈਣੀ ਹੈ ਤੇ ਐਮਪਰ 6 ਲੈਣਾ
ਬਾਕੀ ਜਿਹੜੇ ਪਾਜੇ ਕੋਈ ਰਹਿਣਾ ਹਾਲ ਹੈ ਬਾਬੇ ਅਗਲਾ ਜ਼ੋਨ ਟੱਚ ਹੋ ਗਿਆ ਨਾ ਹੈਲਥ ਬਹੁਤ ਜਾਣੀ ਆ ਕਰਦੇ ਕੀ ਆ ਫੁੱਟ ਤਾਂ ਦਿੱਤੀ ਐ ਟੋਕਣ ਉਹਦੋਂ ਮੈਂ ਕੀ ਕਰਾਂ ਫੁੱਟ ਤਾਂ ਹੈਗੇ ਆ ਬਸ ਆ ਗਿਆ ਮੈਂ ਅਰਜ ਵੀਰੇ ਤੁਸੀਂ ਜਾਓ ਆ ਜਾਣਾ ਸੀ ਦੱਸਿਆ ਰਹੇਗਾ ਭਾਈ ਤੁਹਾਨੂੰ ਆਪਾਂ ਮਸ਼ੀਨ ਗਨ ਚੱਕ ਮੈਂ ਕਦੋਂ ਕਿਹਾ ਕਿ ਹੈਕ ਲਾਉਂਦਾ ਗੇਮ ਪਲੇ ਹੈਕਰ ਵਗੈਰਾ ਚਲਾ ਯਾਰ ਮੈਂ ਇਹ ਕਿਹਾ ਭਾਜੀ ਰੈਂਕ ਪੁਸ਼ ਕਰ ਰਹੇ ਰਹੋ ਲੱਗ ਤੇ ਮੈਨੂੰ ਆਹੀ ਰਿਹਾ ਕਿ ਰੈਂਕ ਪੁਸ਼ ਹੋ ਰਿਹਾ ਫੀਲਿੰਗ ਤੇ ਮੈਨੂੰ ਉਹੀ ਜੀ ਆ ਰਹੀ ਆ ਕਿ ਹਮ ਰੈਂਕ ਪੁਸ਼ ਹੀ ਕਰ ਰਹੇ ਆ ਪ੍ਰੈਕਟਿਸ ਚੱਲ ਰਹੀ ਹੈ ਰੈਂਕ ਪੁਸ਼ ਦੀ ਹੋ ਨਹੀਂ ਰਿਹਾ असल में हमारे टीममेट करेंगे ना ये सीजन आने वाला है बोल रहे हैं कि इसमें रैंक पुश करना है तो उसके लिए ट्राई हो रही है कि कैसे रैंक पुश किया जाएगा अजय तो मान ला अजय की कहते होंगे अपना लैवल लो है ना जो आप रैंकिंग जाके ना देखिए तो की हाल होंगे बंदे चढ़ चढ़ के आने उदो हैकर हैकर होंगे इधर भी दाद होनी भी देखे फिर की करने बिल्कुल जीवन फिर जिदा तुम क्या बिल्कुल बिल्कुल कैडी रखे करनी है नवी भाई हूँ डिवाइस भी डिपेंड होंगे वा कली आईडी नहीं जाती ख्याल रखना एक तीर ना दो निशाने लगते हैं बच्चा यार डरन दी लोड़ नहीं हैगी जे तुसी कुछ गलत करोगे फिर दिमाग खराब कर दिंदा इह चीज एक तो तेरा दिमाग बहुत जल्दी खराब होता साढ़ा साल होंगे नहीं इतना किदा छोटे बच्ची हो क्या ਸੋ ਚੀਜ਼ ਹੁੰਦੀ ਆ ਬੰਦੇ ਨੂੰ ਦੱਸ ਨਹੀਂ ਸਕਦਾ ਕੀ ਚੱਕਰ ਕੀ ਆ ਚਲੋ ਚਲੀਏ ਤੂੰ ਇੱਥੇ ਬੈਠੇ ਲੂੜ ਕੀ ਕਾਦੀ ਕਰਨ ਦੇ ਤੁਸੀਂ ਹੁਣ ਇਹੀ ਲੈ ਕੇ ਆ ਇੱਥੇ ਰੋਕਿਆ ਨੇ ਪ੍ਰੈਕਟਿਸ ਚੱਲ ਰਹੀ ਆ ਵਾਹ ਯਾਰ ਜੱਟ ਬਹਿ ਯਾਰ ਕਿਲ ਜ਼ੀਰੋ ਆ ਯਾਰ ਕੀ ਕਰਦੇ ਹੋਣਾ ਮੈਂ ਤੇ ਡੀਬੀਐਸ ਚੱਕੀ ਹੋਈ ਆ ਮੈਂ ਕਿਹਾ ਤੇ ਡੀਬੀਐਸ ਚਪਕਾਵਾਂਗੇ ਆ ਮੈਨੂੰ ਦੇਖਿਓ ਮੜਾ ਯਾ ਇਹ ਬੰਦੇ ਮੂਰੇ ਚਲਾਵਾਂ ਆ ਦੇਖਿਓ ਭਾਜੀ M249 ਇੱਧਰ ਨੂੰ ਆਓ ਆ ਦੇਖੋ ਬੇਟਾ ਮੇਰੇ ਕੋਲ ਵੀ ਡੀਬੀਐਸ 300 300 ਨਹੀਂ ਮੈਂ ਵੀ ਡੀਬੀਐਸ ਹੀ ਚੱਕੀ ਹੋਈ ਆ ਜੱਬ ਦਣੀ ਵਾਜਾ ਬੰਦੇ ਆ ਗਏ ਸਾਹਮਣੇ ਟੌਪ 100 ਕਾ ਕੀ ਹੋਇਆ ਪਹਿਲੇ ਕੁਝ ਨਹੀਂ ਹਮਨੇ ਕਰ ਦਿਆ ਥਾ ਗੱਡੀ ਲੱਗੀ ਨਹੀਂ ਗੱਡੀ ਆ ਰਹੀ ਆ ਉਤਾਰ ਲੈਣ ਉਹਨਾਂ ਨੇ ਓਏ ਇਹਨਾਂ ਤਾਰਨਾ ਇਹਨਾਂ ਨੇ ਬਾਬੇ ਮਾਰ ਦੋ ਚਾਲ ਇਹ ਸਾਲਾ ਕਹਿੰਦਾ ਗੱਡੀ ਲੱਗੀ ਹੋਈ ਆ ਪਰਾਂ ਵੀ ਲੱਗੀ ਹੋਈ ਓ ਜੱਟ ਭੈਣ ਦੀ ਸਰੀ ਚਲੋ ਚਲੋ ਉਧਰ ਨੂੰ ਲੰਘ ਜਾ ਓ ਯਾਰ ਗਲਤ ਹੋ ਗਏ ਕੰਮ ਯਾਰ ਤੂੰ ਹੀ ਬੈਠੇ ਰਹਿੰਦੇ ਹੋਲਡ ਕਰਕੇ ਬੈਠੇ ਨੇ ਕਾਹਦੋ ਪਤਾ ਤੁਹਾਨੂੰ ਕੀ ਚਾਹੀਦਾ ਤੁਹਾਨੂੰ ਭਰਾਵਾ ਆ ਕੱਲਾ ਹੀ ਆਹ ਤੇਰੀ ਭੈਣ ਨੂੰ ਇਹਨੂੰ ਦੱਸ ਦੇ ਰੁਕ ਜਾ ਭਾਈ ਛੱਡਣਾ ਦੋ ਆ ਭਾਜੀ ਦੋ ਆ ਬਹੁਤੇ ਨਹੀਂ ਹੈਗੇ ਆਵੇ ਅੱਗੇ ਆ ਗਿਆ ਗੇਮ ਤਾਂ ਤੂੰ ਗੇਮ ਕਾ ਤੇ ਪਵਾ ਰਹੇ ਹੈ ਗੇਮ ਹੀ ਪਵਾ ਲਈ ਬਈ ਸੇਵ ਲੈ ਹੁਣ ਨੌਕ ਹੋ ਗਿਆ ਸੇਵ ਆ ਸੇਵ ਹਾਂ ਪਾਣੀ ਚ ਆਵੇ ਆ ਗਿਆ ਵਾਚ ਆਊਟ ਚੱਕੂ ਕੇ ਮੈਨੂੰ ਮੋਟਾ ਦੇ ਪਾਣੀ ਆ ਗਿਆ ਵੀ ਉਹ ਤੇ ਬਾਹਰ ਨਿਕਲ ਪਾਣੀ ਚ ਆ ਗਿਆ ਵੀ ਉਹ ਦੇਖਣ ਆ ਰਿਹਾ ਨਾ ਮਾਰਨੇ ਅਨ ਮਾਰੇ ਨੂੰ ਵਾਚ ਆਊਟ ਉਹ ਯਾਰ ਡੂਨ ਪਲੇਅਰ ਤੁਸੀਂ ਸਾਰੀ ਉਮਰ ਰਹਿਣਾ ਤੁਸੀਂ ਕੋਈ ਸੈਂਸ ਨਹੀਂ ਤੁਹਾਡੀ ਗੇਮ ਦੀ ਯਾਰ ਇਸ ਬਾਤ ਕੀ ਕੋਈ ਸੈਂਸ ਹੈ ਕਿਵੇਂ ਮਾਰੀਏ ਭਾਈ ਕਿਵੇਂ ਮਾਰੀਏ ਦੱਸੋ ਸਹੀ ਤੋਂ ਗੱਲ ਕੀ ਕਹਿ ਰਹੇ ਨੇ
इस बात की कोई सेंस है? असी मैं पता कि मैं बची है, मैं देख के थले होए करदा था माड़ा जा। तू सीधा ही बंदे ले जाके बची। मैं चढ़ गया पहाड़ी पिछो स्प्रे बज गई है। किथे आ ਪਿੱਛੇ ਬੈਠਾ ਜੋਨ ਚ ਬਾਹਰ ਆ ਬੈਠੀ ਗਲੇ ਬਾਈਕ ਗੱਡੀ ਆ ਬਾਈਕ ਸਾਲਾ ਬ੍ਰਿਜ ਕ੍ਰੋਸ ਕਰ ਜਾਂਦੇ ਚੰਗਾ ਤੇ ਕੁੜੀ ਆ ਵਾ ਸੌਣ ਲੱਗੇ ਤੇ ਇੱਕ ਵਾਰੀ ਕੋਲ ਨੂੰ ਆ ਜਾਣ ਮਾੜਾ ਜਾ ਇਹਨਾਂ ਦੇ ਦੇਖੀ ਬੜੇ ਨੇ ਮੈਨੂੰ ਪਹਿਲੀ ਗੱਲ ਦੱਸ ਤੂੰ ਉਹਦਾ ਬੈਠਾ ਕਰਨ ਕੀ ਰਿਹਾ ਤੂੰ ਮੈਨੂੰ ਇਹ ਦੱਸ ਪਹਿਲਾਂ ਮਾੜਾ ਜਾ ਤੇ ਕਿਹੜੇ ਤੂੰ ਮੁੰਡੇ ਨੂੰ ਮੋਤੀ ਚੋ ਕੰਦਿਆ ਤੂੰ ਉੱਤੇ ਬੈਠੇ ਪਹਿਲਾਂ ਤੇ ਮਾਰ ਚਾਹ ਪਿੱਛੇ ਬੰਦਾ ਕਰਾ ਦੇ नहीं 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 तिया फेंक तिया जितिया फेंको जा बात कर वो हर्च भाई गड्डी है यार तेरे को पिछे गड्डी रोक ली ना ताही चक्कर पिया मेरे को ਤਾਂ ਐਵੇਂ ਨਹੀਂ ਤਾਂ ਬੰਦੇ ਦਾ ਥੱਲੇ ਦਾ ਬੰਦਾ ਉਹ ਉੱਧਰ ਉਹ ਆ ਗਿਆ ਲਿਵਿਕ ਲਾਓ ਲਿਵਿਕ ਲਾਓ ਲਿਵਿਕ ਲਾਓ ਇੱਕ ਅੱਧਾ ਯਾਰ ਔਰ ਚਲਾਓ ਡੀਬੀਐਸ ਅਗਰ ਬੰਦੇ ਦੇ ਡੀਬੀਐਸ ਲੱਗ ਜਾਂਦੀ ਨਾ ਅਗਰ ਲੱਗ ਜਾਂਦੀ ਮਜ਼ਾ ਆ ਜਾਣਾ ਤਾਂ ਫਿਰ ਤੋਂ ਕਿੱਦਾਂ ਕਰਨ ਡਾਰਲਿੰਗ ਕਿੱਦਾਂ ਮੱਜ ਵੇਰੇ ਕੀ ਹਾਲ ਆ ਵੈਲਕਮ ਬੈਕ ਜਾਨ ਕਿੱਧਰ ਗਏ ਹੈਡ ਹੂੰ ਹੈਡ ਗਏ ਕਿੱਧਰ ਆ ਦੱਸ ਤਾਂ ਦੇ ਮੈਨੂੰ ਜੇ ਹੈਡ ਮਾਰੇ ਆ ਤੂੰ ਹੈਡ ਗਏ ਕਿੱਧਰ ਮੈਂ ਪਤਾ ਕੀ ਇਦਾਂ ਸਾਲਿਆ ਉੱਤੇ ਆ ਕੇ ਉਹਦੇ ਪਰ ਨੂੰ ਗੇਮ ਸਾਹਮਣੇ ਵਾਲੇ ਪਰ ਨੂੰ ਗੇਮ ਕਦੇ ਉਹਦੇ ਪਰ ਨੂੰ ਕਦੇ ਉਹਦੇ ਪਰ ਨੂੰ ਰੈਡੀ ਕਰ ਬਿਲਕੁਲ ਬਿਲਕੁਲ ਇਹ ਚ ਚਲਾਉਂਦਾ ਮੈਂ ਆਹ ਬੜੀ ਮੈਂ ਵਧੀਆ ਡਾਰਲਿੰਗ ਵਧੀਆ ਬਈ ਆਪਾਂ ਵੀ ਵਧੀਆ ਭਾਈ ਤੇ ਡੀਪੀਐਸ ਨਹੀਂ ਚੱਲੀ ਮੇਰੀ ਲੱਗੀ ਨਹੀਂ ਇੱਕ ਵੀ ਨਹੀਂ ਲੱਗੀ ਯਾਰ ਥਿਸ ਇਜ਼ ਅ ਸਿਮੂਲੇਸ਼ਨ ਗੇਮ ਸੈਟ ਇਨ ਅ ਵਰਚੁਅਲ ਵਰਲਡ ਐਂਡ ਡਸ ਨਾਟ ਰਿਪਰੈਜ਼ੈਂਟ ਰੀਅਲ ਲਾਈਫ ਪਲੀਜ਼ ਪਲੇ ਇਨ ਮੋਡਰੇਸ਼ਨ Take frequent breaks and play with good luck, mates. Showtime. ਇੱਕ ਵੀ ਨਹੀਂ ਚੱਲੀ ਮੇਰੀ ਭਾਈ ਨੇ ਡੀਵਲ ਦੀ ਬੇਤੀ ਭਾਈ ਇੱਕ ਬ੍ਰੋਕਨ ਬੋਲ ਕਰ ਕਿਹੜਾ ਉਹਦੇ ਕੋਲ ਹੈ ਬਸ ਦੱਸ ਮੈਂ ਪਾੜ ਦੇਣਾ ਤਾਂ ਬ੍ਰੋਕਨ ਬੋਲ ਪਾੜ ਦੇਣਾ ਤੁਹਾਨੂੰ ਇਵੈਂਟ ਤੇ ਜਾਣਾ ਸੀਗਾ ਉਹ ਗਲਤੀ ਪਤਾ ਕੀ ਹੋ ਰਹੀ ਵਾ ਸਭ ਨਾਲੋਂ ਵੱਡੀ ਦੇ ਭਾਜੀ ਦੇ ਨਾ ਨੋਕ ਹੁੰਦੇ ਪਾੜ ਦੇਣੇ ਦੇ ਆਰਾਮ ਨਾਲ ਇੱਕ ਤਾਂ ਭਾਜੀ ਨੋਕ ਉੱਤੋਂ ਸਾਰਾ ਇੱਕ ਉੱਤੇ ਬੰਦਾ ਇੱਕ ਥੱਲੇ ਇਹ ਬੰਦਾ ਉਹ ਸੋਚਦੇ ਹੋਣੇ ਆ ਜੱਟ ਦੇ ਪਿੰਗਾ ਹੀ ਹੋ ਗਈ ਆ ਗੋਲੀਆਂ ਹੀ ਰੁਕਦੀਆਂ ਨੇ ਉਹ ਨਾ ਮੈਨੂੰ ਮੈਂ ਵੀ ਸੋਚਿਆ ਮੈਂ ਚੱਲ ਮਾਰ ਤਾਂ ਦੇਣੇ ਸਲੀ ਕਿੱਡੀ ਗੱਲ ਉਹ ਸਾਰਾ ਦੂਜਾ ਆ ਕੇ ਕੰਮ ਵਿਗਾੜ ਗਿਆ ਸਾਲਾ ਉੱਤੋਂ ਆ ਗਿਆ ਵਾਕਈ ਕਨਫਿਊਜ਼ ਤਾਂ ਹੋ ਗਿਆ ਉਹ ਨਾ ਪੱਕੀ ਗੱਲ ਆ ਇਹਦੇ ਗੱਡੀ ਹੈਗੀ ਤੇ ਬਾਈ ਕੋਲ 150 ਗੋਲੀ ਭਰਾਈ ਬੰਦੇ ਨੇ ਗੱਡੀ ਲੈ ਕੇ ਸਿੱਧਾ ਮਾਰ ਦੇਣਾ ਤਾਂ ਉਹਨਾਂ ਨੇ ਹੁਣ ਚਲਾਵਾਂਗੇ ਕੋਈ ਨਹੀਂ ਓਏ ਸੀ ਮੈਂ ਚੱਲ ਦੂਰ ਤੋਂ ਸਪਰੇ ਦੇ ਦੂੰ ਮੈਂ ਉਹ ਬੰਦੇ ਪਹਿਲਾਂ ਹੀ ਕਵਰ ਜਤੇ ਚਲੋ ਕੋਈ ਚੱਕਰ ਨਹੀਂ ਉਹ ਬੰਦੇ ਉੜ ਕੇ ਆਏ ਸਾਡੇ ਪਰ ਉਹ ਭਾਈ ਚੱਕਰ ਪਤਾ ਕੀ ਪਿਆ ਸਾਲਾ ਉਹ ਜਦੋਂ ਉੜ ਕੇ ਆਵੇ ਪਹਿਲਾਂ ਹੀ ਚਲਾ ਦੀ ਸਾਲੀ ਮਸ਼ੀਨ ਗਨ ਉਹਨੂੰ ਪਤਾ ਲੱਗ ਗਿਆ ਕਿ ਮਸ਼ੀਨ ਗਨ ਦਾ ਬੰਦੇ ਉਹ ਪਾਵਰ ਲਾ ਕੇ ਆ ਗਏ ਯਾਰ ਪਹਿਲਾਂ ਹੀ ਹਾਂ ਚਲੋ ਕੋਈ ਨਾ ਹੁੰਦਾ ਰਹਿੰਦਾ ਮੈਨੂੰ ਲੱਗਿਆ ਸਾਲਾ ਮੇਰੇ ਕੋਲ ਉਤਰਨਗੇ ਥੱਲੇ ਮੈਂ ਪਹਿਲਾਂ ਹੀ ਚਲਾ ਦੀ ਮਸ਼ੀਨ ਗਨ ਗੱਲ ਦੋ ਮੈਨੂੰ ਇੱਕ
मैं गलत लैंड हो गया करण नागनी दा नागनी दे जल्दी खानी आ मेरे को थोड़ी नागनी हैगी है मैं ब्लैक ही हां नागनी दवा यार क्या है यार भैन नु सड़ियां दी दो बंदे नॉक किए थे मेरे उठे यार ਗੰਦੇ ਲੱਭੀ ਮੈਨੂੰ ਦੇ ਉੱਤੇ ਮੂਜੇ ਸਾਲੇ ਸਾਈਡ ਤੇ ਆ ਜਾਓ ਮਿਡ ਚ ਆ ਗਿਆ ਮੈਂ ਵੀ ਓਹ ਇੱਥੇ ਪਹਿਲੇ ਬੰਦੇ ਆ ਮਰੂੰਗਾ ਹੈਗੇ ਬੰਦੇ ਉਹਦੇ ਭਾਈ ਬੰਦੇ ਹੈਗੇ ਵਾਧੂ ਆ ਇੱਕ ਸਾਲੇ ਉਜੀ ਫੜਾ ਦਿੰਦਾ ਤਾਂ ਹੀ ਗੁੱਸਾ ਚੜਦਾ ਸਾਲਾ ਦੀ ਕਰਾਉ ਪਹਿਲਾਂ ਜੈ ਜੈ ਕਾਰ ਐ ਨੂਬ ਐ ਤੂੰ ਨੂਬ ਐ ਨੂਬ ਐ ਤੂੰ ਨੂਬ ਐ ਤੂੰ ਨੂਬ ਐ ਤੂੰ ਨੂਬ ਐ ਕਿਹਨੂੰ ਕਹੀਏ ਨਾ ਨੂਬ ਐ ਨੂਬ ਐ ਐਕਸਟਰਾ ਨੂੰ ਕਹਿਣ ਦਿਆ ਹਾਂ ਬੋਲ ਤੇ ਲੱਗ ਗਿਆ ਮੈਨੂੰ ਤਾਂ ਅੱਛਾ ਨੂਬ ਕਹਿ ਮੈਂ ਤੂੰ ਕਹਿਣ ਦਿਆ ਤੂੰ ਨੂਬ ਐ ਗੁੱਸਾ ਕਬ ਕੀਆ ਮੈਂ ਵਿਚੂ हां आयो वे आ जाओ कोई नहीं वो मर गया आओ नहीं वो मर गया रिकॉल करना पड़ा उनू तो मैं पाजी मूत करके आना यार उत्तो बंदे आ गए किथे बंदा है यार हां मैं भाई हेलो ओ ओ लाले ने पूछना भाई ओ ना गुस्सा हो जाए मेरा वा ਉਹ ਭਰਾਵਾ ਉਹ ਭਰਾਵਾ ਉਹ ਭਰਾਵਾ ਪਰ ਲਵ ਜੀ ਦੀ ਕਿੱਥੋਂ ਮਾਰਨ ਦਾ ਕੋਣ ਦੇ ਰਿਹਾ ਯਾਰ ਮੈਂ ਮਾਰ ਲਿਆ ਤੂੰ ਮਾਰ ਲੈ ਮੈਨੂੰ ਮਾਰ ਲੈ ਨਹੀਂ 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 ਲੈ ਅੱਗੇ ਕਦੋਂ ਜਾਣਾ ਵਾ ਸੋਹ ਲੱਗੇ ਭਾਜੀ ਦੇ ਮੈਂ ਮਰ ਗਿਆ ਨਾ ਭਾਜੀ ਬਹੁਤ ਬਾਟ ਆ ਆਜੋ ਪ੍ਰਭੂ ਇੱਧਰ ਗੋਲੀਆਂ ਦੇ ਗੋਲੀਆਂ ਭਰਾ ਰਹੇ ਆ ਤੁਸੀਂ ਭਾਜੀ ਕੀ ਹਾਂ ਇੱਕ ਹੋਰ ਆ ਨਹੀਂ ਨਾ ਹੋਲਡ ਇਟ ਕਰ ਗਿਆ ਕੱਲੇ ਕਿਹੜੇ ਕਵਰ ਚ ਤੇ ਲਵ ਜੀਤ ਉਧਰ ਕੀ ਕਰ ਰਹੇ ਤੇ ਤੁਸੀਂ ਮੈਂ ਉਧਰ ਛੋਮਾ ਨਾ ਮੋਜਰਾ ਕਰ ਰਿਹਾ ਸੀਗਾ ਤੇ ਪਬਲਿਕ ਉਧਰ ਬੈਠੀ ਸੀ ਸਾਰੀ ਮੇਰੀ ਮੈਂ ਉਹਨਾਂ ਨੂੰ ਐਂਟਰਟੇਨ ਦੇ ਰਿਹਾ ਸੀਗਾ ਹੋਰ ਕੁਝ ਨਹੀਂ ਪਤਾ ਹੀ ਹੈ ਵੀ ਮੈਂ ਤੇਰੇ ਕੋ ਆ ਰਿਹਾ ਲੂਟ ਕਰਕੇ ਤੂੰ ਰਸ਼ ਮਾਰਿਆ ਹੈ ਓ ਬਲੇ 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 ਅੱਛਾ ਅਲਟੀਮੇਟ ਫੈਸ਼ਨ ਵਾਲਾ ਇੱਕ ਹੋ ਗਿਆ ਚਲੋ ਯਾਰ ਰੈਡੀ ਕਰੋ ਲਾਸਟ ਮੈਚ ਕਲਾਈਏ ਫਿਰ ਚਲੀਏ ਘਰਾਂ ਨੂੰ ਆਪਣੇ ਆਪਣੇ ਇਹ ਕਿੱਥੇ ਗਿਆ ਇਹ ਉਹ ਚਲਾ ਗਿਆ ਕਿ ਹੈਗਾ ਇਹ ਦੱਸ ਕੇ ਵੀ ਨਹੀਂ ਗਿਆ ਯਾਰ Get ready. ਲੀਡਰ ਚੇਂਜ ਕਰੋ ਯਾਰ ਪੂਰੀ ਆ ਦੂਜੇ ਹਰੇਕ ਮੈਚ ਦੋ ਦੋ ਤਿੰਨ ਤਿੰਨ ਦੋ ਦੋ ਤਿੰਨ ਤਿੰਨ ਦੋ ਦੋ ਤਿੰਨ ਤਿੰਨ ਕਿੱਲੇ ਯਾਰ ਕਰੋ ਕਰਨ ਤਾਤਿਆਂ ਵਿੱਚ ਕਿੱਥੇ ਆ ਬਾਹਰ ਤਾਤਿਆਂ ਵਿੱਚ ਹੀ ਆ ਹਵਲਾ ਆ ਲਿਖਿਆ ਨਹੀਂਗਾ ਸੋਨਾ ਜਸ਼ ਇਹ ਤਾਤਿਆਂ ਵਿੱਚ ਹੀ ਆ ਹੋਰ ਕੌਣ ਹੈ This is a simulation game set in a virtual world and does not represent real life. Please play in moderation.
take frequent breaks, and play responsibly. Let's fight together. It is showtime. Okay. बाबे दो चार बंदे ना जो उत्ते मरने चाहिए यार, चाहे जो मर्जी हो जाए इवेंट ते फिर नहीं यार आएगा। हाँ इवेंट तो खाली करांगे यार, कि मेरा भी बंद ही है सलाह, खाली करके दिखाइए। वही इवेंट खाली करना है, दो का मैच हो गंद जा बाला पै रहे भाई, गंद आप आप ही पा रहे हैं, आप ही गंद पा रहे हैं। एशियन करना पड़ा भाई। ओए आ देख नाम किया, सेक्सा गॉड, दूसरे नंबर दे बंदे का नाम देखना ही, रीड लाइक कर लो गाइस। एक ना साले पता नहीं उठे क्या जाके साले ने डब्बा मिलना लड्डूआं दा, देख साले की मैं उत्तर दिया अब वाले लड्डू डब्बा ही लेने जाने हैं, दें दिया गुकड़ा से जाते गरम गरम ऐसे रहना तलवार वाला काम हो। और ये गरुड़ चेती नहीं मिलता। आ देख भाई तैयार हो जा, आ गल बहुत होता है यार। भाई 5 मिनट में लोग का और देखिन मोड चेंज हो ठंड पड़ी ना कोई चीज ना दे बंदे ऐ नहीं कि हां तुसी उत्तर की मिल रहे हो ਸਿੱਧਾ ਹੀ ਬਾਈ ਇੱਕ ਤਾਂ ਹੁੰਦਾ ਹਾਂ ਪਰੋਠਾ ਆਪਾਂ ਸਵਾਦ ਨਾ ਖਾਣਾ ਸਿੱਧਾ ਹੀ ਮੂੰਹ ਤੇ ਟੱਕ ਦੇ ਲੈ 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 ਚੱਕ ਚਾਹ ਨਾ ਪਰੋਠਾ ਬੰਦੇ ਕੋ ਮੈਨੇ ਦਾਤੀ ਸੇ ਬਾੜ ਕੇ ਮੈਨੇ ਉਸਕੀ ਏਕਮ ਲੈ ਲਈ ਯਾਰ ਬੰਦਾ ਇੱਥੇ ਹੈਲਪ ਬਾਈ ਮੈਂ ਖੇਡਣਾ ਹੀ ਨਹੀਂ ਯਾਰ ਮੈਂ ਕੀ ਕਰਾਂ ਮੈਂ ਕੀ ਕਰਾਂ ਚੱਲਿਆ ਬਸ ਲੈ ਵੇਟ ਮਰੀ ਕਰਦਾ ਰੀਕਲ ਕਰਦਾ ਮੈਂ ਬੋਲਾ ਲੱਭਦਾ ਯਾਰ ਮੈਂ ਜਾਣਾ ਇੱਥੋਂ ਤੁਹਾਨੂੰ ਰਿਵਾਈਵ ਕਰਦਾ ਮੈਂ ਤੁਹਾਡੀ ਭਾਈ ਅੱਖਾਂ ਦੇ ਮੂਰੇ ਨੇਰ ਆ ਗਿਆ ਤਾਂ ਮੇਰੀ ਗੇਮ ਦੇ ਉਹ ਯਾਰ ਗੀ ਗੁਰੂਆ ਲੋਕ ਪਰ ਕਈ ਹੋਏ ਹੋਏ ਭਰਾਵਾ ਉਹਦਾ ਬਿਰੇ ਗਰ ਕੋਂ ਜਾ ਸਾਰਾ ਹੀ ਪਿਆ ਯਾਰ ਭਾਈ ਉੱਤੇ ਲੱਭਣੀਆਂ ਬੋਲਾਂ ਇੱਥੇ ਪਚਿੰਕੀ ਨੂੰ ਉੱਧਰ ਜਾ ਰਿਹਾ ਮੈਂ ਪਚਿੰਕੀ ਕਹੀ ਨਾ ਸੌਰੀ ਭੈਣ ਦੀ ਸਰੀ ਦਿਮਾਗ ਖਰਾਬ ਹੋ ਗਿਆ ਮੇਰਾ ਆਹੋ ਪਿੱਛੇ ਭਾਜੀ ਪਿੱਛੇ ਕਿੱਧਰ ਜਾ ਰਹੇ ਹੋ ਇੱਥੇ ਜਾ ਰਹੇ ਆ ਬਾਬੇ ਇੱਥੇ ਜਾ ਰਹੇ ਆ ਇੱਥੇ ਆਹ ਦੂਜੀ ਥਾਂ ਤੇ ਇੱਧਰ ਪਿੱਛੇ ਕਰਾਂ ਜਿੱਦ ਮੈਂ ਮਾਰ ਵੇਖੋ ਯਾਰ ਉਹਦੇ ਵਿੱਚ 4-5 ਮਿਲ ਜਣੀਆਂ ਕਿਹੜੇ ਮਾਰਕ ਤੇ ਹਾਂ ਦੇਖ ਆਹ ਸਾਹਮਣੇ ਇੱਥੇ ਮਿਲਣੀ ਨਹੀਂ ਲੈ ਮਿਲਦੀਆਂ ਸੈੱਟ ਪਚਿੰਕੀ ਜੀ ਕਾਹਦੇ ਨਹੀਂ ਮਿਲਦੀਆਂ ਭਾਜੀ ਕਿੰਨੀਆਂ ਬੋਲਾਂ ਪਈਆਂ ਹੁੰਦੀਆਂ ਸਾਲਾ ਦਿਮਾਗ ਖਰਾਬ ਹੋਇਆ ਪਿਆ ਮੇਰਾ ਪਚਿੰਕੀ ਪਚਿੰਕੀ ਮੇਰੇ ਮੂੰਹ ਚੜ ਗਿਆ ਵਾ ਹੋਰ ਕੁਝ ਨਹੀਂ ਮਾਨਵਦੀਪ ਸਿੰਘ ਪਾਜੀ ਧੱਕਾ ਕਰੀ ਜਾਂਦੇ ਹੋ ਧੱਕਾ ਸਾਡਾ ਨਾ ਹੋ ਗਿਆ ਯਾਰ ਧੱਕਾ ਤਾਂ ਸਾਡਾ ਨਾ ਹੋ ਗਿਆ ਚੰਗੀ ਬਹੁਤ ਉਹ ਅੱਜ ਗੁਰੂ ਜਿੰਦਗੀ ਕਿਸ ਵਾਰ ਅੱਜ ਖਰਾਬ ਹੋ ਨਹੀਂ ਤਾਂ ਜ਼ਿੰਦਗੀ ਨਹੀਂ ਹੋਣੀ ਮੇਰੇ ਨਾਲ ਓਹ ਓਕੇ ਇੱਕ ਬਾਲ ਮਿਲੀ ਉਹ ਬੰਦਾ ਵੀ ਆ ਸਾਹਮਣੇ ਰੱਬ ਦਾ ਜੀ ਇਹ ਬੋਲ ਆਪਣੇ ਟੱਕਰ ਦੇ ਤੈਨੂੰ ਮੈਂ ਦੱਸੀ ਇਹ ਬੋਲ ਆਪਣੇ ਕੋਈ ਟੱਕਰ ਦੇ ਬਾਲ ਚੱਕ ਲਈ ਇਹਨੇ ਬੋਲਣਾ ਜੇ ਰਹਿ ਗਿਆ ਤਾਂ ਵਿਚਾਰਾ ਪੰਨਿਆ ਬੋਲਣਾ ਭਾਜੀ ਆਹ ਪਰ ਲੂਟ ਕਰਨੀਆਂ ਚੱਕ ਕੇ ਬੋਲਣਾ ਸਾਰੀਆਂ ਨਹੀਂ ਚੱਕੀਆਂ ਰਡਾਰ ਲਾਓ ਪਹਿਲਾਂ ਇੱਕ ਤਾਂ ਨਾ ਇੱਕ ਤਾਂ ਟੀਮ ਨੂੰ ਨਾ ਯਕੀਨ ਹੈ ਨਹੀਂ ਮੇਤੇ ਯਾਰ ਕਿ ਹਾਂ ਭਾਈ ਨਹੀਂ ਹੋਣਗੀਆਂ ਕਿਆ ਵੀ ਲਾਓ ਰਡਾਰ ਲਾਓ ਫੇਰ ਪਤਾ ਲੱਗਣਾ ਤੁਹਾਨੂੰ ਲੈ ਫੜ ਯਾਰ ਲੈ ਫੜ ਚੱਕੀਆਂ ਜਾਂ ਨਹੀਂ ਚੱਕੀਆਂ ਇੱਕ ਇੱਕ ਬੋਲ ਤਾਂ ਹੋਊਗੀ ਹੋਊਗੀ ਦੇ ਦੋ ਬਾਲਾਂ ਇੱਥੇ ਲੈ ਫੇਰ ਲੋ ਤੁਸੀਂ ਕਹਿੰਦੇ ਚੱਕੇ ਲਈ ਤੂੰ ਯਕੀਨ ਤਾਂ ਕਰੋ ਭਾਈ ਉਹਨੇ ਬੰਦੇ ਨੇ ਇੱਕ ਬਾਕਸ ਖੋਲਿਆ ਮੈਂ ਦੇਖਿਆ ਹੁਣ ਮੈਂ ਜਾਣਾ ਕਿੱਥੇ ਦੀ ਹੈ ਤੁਸੀਂ ਕਿਹਾ ਕਿ ਬੋਲਣਾ ਚੱਕ ਲਈ ਆਹ ਦੇਖੋ ਲੈ ਚਲੋ ਦੋ ਲੱਭੀਆਂ ਹਜੇ ਕੀ ਹੀ ਪਈ ਐਂਡ ਫੋਰ ਬੈਰ ਲੋ ਨਹੀਂ ਨਹੀਂ ਤੇਰੀ ਫੇਵਰਟ ਗਨ ਆ ਬਾਦੀ ਫੇਵਰਟ ਆ ਸਾਡੀ ਨੇ ਦੋ ਤਾਂ ਬੰਦੇ ਨਹੀਂ ਮਾਰਦੇ ਚਲ ਮੈਂ ਜਾਣਾ ਉਧਰ ਮੈਡੀਸਿਨ ਉਹ ਜਾਣਾ ਕੋਈ ਉਹ ਸਾਡੀ ਟੌਂਡੀ ਜੀ ਕੱਥ ਵਾਲੀ ਮਾਰ ਗਈ ਸਾਡੀ 35 ਗੋਲੀਆਂ ਨੂੰ
तो तुमने क्यों उधर ना फांसी का फंदा लिया था ये बोलो जान, जाने की जरूरत ही नहीं थी वहां पे। अरे बॉडी क्या आन गंदी कर दे यार, लोग उठे बह जाते हैं यार। ਲੈ ਬੋਲਣਾ ਹੀ ਲੱਭ ਬੋਲਣਾ ਹੀ ਇੱਥੇ ਚੱਕ ਬੋਲਣਾ ਜਨਾ ਰਹਿ ਜੇ ਬੰਦੇ ਬੁੰਦੇ ਦੇਖ ਲਿਆ ਸਭ ਦੇ ਖੱਬੇ ਲੱਗਦ ਰਿਹਾ ਮੈਨੂੰ ਤੇ ਕੋਈ ਜਿੰਦਾ ਹੁੰਦਾ ਲੈ 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 ਗੁਰਪ੍ਰੀਤ ਭਾਜੀ ਪੂਰਾ ਤਾਂ ਪਾ ਦੋ ਨੂੰ ਛੱਡ ਆਪੀ ਮਰ ਮੋਚ ਜੀ ਪੰਜਾਬੀ ਵੀਰ ਆਪਣਾ ਆਹ ਥੋੜਾ ਜਾ ਇਹਨਾਂ ਨਾਲ ਕਰੋ ਯਾਰ ਲਵਜੀਤ ਸਿੰਘ ਦੇ ਨਾਲ ਦੇ ਹੋਊਗਾ ਕੁਛ ਮੜਾ ਇਹਨੂੰ ਲਵਜੀਤ ਪ੍ਰਾਂਸੀ क्या गुंडा बनेगा मेरी आप दी मत वजी हुई है पग पुग तारी खाली देख भी लो साले आप पानी खादी गेम नहीं खादी भरावा अपने बंदियां ने खा ली गेम वाले ने कुड़ियां ने खा लिया आपस में कुड़ियां ने पट लिया एक तो सानू एक बॉल चाहिए यार सानू बोलना इकट्ठियां होनियां नहीं एक बॉल चाहिए यार दो नहीं एक ही चाहिए यार सानू बस दो हो रही छो ਹੁਣ ਇੱਕ ਬਾਲ ਕਿੱਥੋਂ ਲੱਭਾਂ ਉਹ ਸਾਹਮਣੇ ਮਿਲ ਜੂ ਕਿਤੋਂ ਬਾਹਰਲੇ ਪਾਸਿਓਂ ਸਹੀ ਹੁੰਦੀ ਉਧਰ ਦੇਖ ਲੈਣਾ ਚਲੋ ਜਾ ਕੇ ਉਹ ਜਿੱਥੇ ਉੱਪਰ ਲੱਗਣਾ ਜਿੱਥੇ ਭਾਈ ਜਿਆਦਾ ਜਦੋਂ ਪਾਉਦੇ ਉਹ ਲੈਣਾ ਤੇ ਇਹਨਾਂ ਤੇ ਕੀ ਕਹਿੰਦੇ ਆ ਟਾਈਟਲ ਜਾਂ ਲੈਣਾ ਤਾਂ ਉਹ ਆਹੋ ਇਹ ਸਾਰੇ ਇੱਥੇ ਲੂਟ ਕਰਕੇ ਤਾਸਾ ਛੇ ਛੇ ਜੀ ਗਨ ਕੱਢ ਲੈਂਦੇ ਲਾਸਟ ਜੀ ਭੁਰਜੀ ਕਰਦੀ ਇੱਕ ਮੈਚ ਧੱਕਾ ਕਰਦਾ ਸੀ ਪਿੱਛੇ ਜਾਣਾ ਪੈਣਾ ਉਹ ਸਾਈਡ ਯਾਰ ਸ਼ਾਇਦ ਉੱਥੇ ਮਿਲੇ ਮਿਲ ਗਈ ਬੋਲ ਸਰ ਮੈਂ ਪਹਿਲੀ ਵਾਰ ਦੇਖਿਆ ਭਾਜੀ ਕੀ ਆ ਨਵੀਂ ਪਹਿਲੀ ਵਾਰ ਇੱਥੇ ਇੱਥੇ ਬੜੀ ਏਰੀਆ ਹੈ ਭਾਈ ਮੈਂ ਤਾਂ ਲੈ ਵੀ ਹੁਣ ਜ਼ਿੰਦਗੀ ਜਿਹੜਾ ਜ਼ੋਨ ਵੀ ਨਹੀਂ ਬਣੇ ਨਹੀਂ ਇੱਥੇ ਨਹੀਂ ਬਣਦਾ ਯਾਰ ਜ਼ਿਆਦਾਤਰ ਜ਼ੋਨ ਨਾ ਪਾਵਰ ਪਲਾਂਟ ਦੇ ਮਿਡਸੀਨ ਦੇ ਅਰਧ ਗਿਰਦੀ ਰਹਿੰਦਾ ਆ ਬਸ ਹੋਰ ਕਿਸੇ ਪਾਸੇ ਨਹੀਂ ਜਾਂਦਾ ਉੱਥੇ ਲਾ ਦੋ ਅੱਗੇ ਹੀ ਬੋਲਣਾ ਇੱਥੇ ਲਾ ਦਣੀ ਮੈਂ ਲੱਗ ਗਈ ਹਾਂ ਇੱਥੇ ਲਾ ਦੇ ਲੈ ਵੀ ਹੁਣ 2 ਮਿੰਟ ਹੈ ਗਏ ਆ 2 ਮਿੰਟ ਵੇਟ ਕਰ ਲੈਣੇ ਆ ਉਹ ਸਾਹਮਣੇ ਵੇਟ ਕਰ ਗੁਰੂ ਆ ਟਰੱਕ ਚਲਾ ਲਓ ਟਰੱਕ ਇੱਥੇ ਇੱਕ ਲੋਕੇਸ਼ਨ ਸੀ ਨਾ ਵਿੱਚ ਲੁਕਣ ਵਾਲੀ ਹਾਂ ਉਹ ਟਰੱਕ ਦੇ ਵਿੱਚ ਬਾਰੀ ਚ ਵੜ ਜਾਓ ਪਰਲੇ ਪਾਸਿਓਂ ਯਾਰ ਬਾਬੇ ਜ਼ੋਨ ਵੀ ਹੈ ਨਹੀਂ ਯਾਰ ਉਹ ਲੋੜ ਹੀ ਨਹੀਂ ਲੋੜ ਹੀ ਨਹੀਂ ਜ਼ੋਨ ਵੀ ਖੜ ਜਾਣ ਲੱਗ ਪਿਆ ਨਾ ਉਹਨੇ ਤੁਸੀਂ ਉੱਡ ਉੱਡ ਕੇ ਚੱਲ ਜਿਓ ਐਂ ਤਾਂ ਜ਼ੋਨ ਚੱਲ ਜਾਣਾ ਕੋਈ ਹੈ ਲੱਗਣ ਯਾਰ ਮੈਨੂੰ ਲੱਗਦਾ ਰੀਕਲ ਨਹੀਂ ਹੋਣਾ ਆਪਾਂ ਮੈਂ ਟਰਾਈ ਕਰ ਦੇਣੀ ਆ ਰਿਵਾਈਵ ਹੋ ਗਏ ਨਾ ਹੋ ਗਏ ਤੁਹਾਡੀ ਇੱਛਾ ਕਰਨਵੀਰ ਮੈਨੂੰ ਬਤਾਇਆ ਵੀ ਨਹੀਂ 4K ਕੇਕ ਕੱਟ ਭਾਜੀ ਆਈ ਐਮ ਨਹੀਂ ਮਿੰਟ ਤਾਂ ਹੁੰਦਾ ਕਿਸੇ ਨੇ ਕਰਿਆ ਹੀ ਨਹੀਂ ਨਾਰਾਜ਼ ਹੂੰ ਸੈਲਿਸ਼ ਮੈਨੇ ਤੁਮਕੋ ਕੱਲ ਰਾਤ ਕੋ ਬੋਲਾ ਤਾ ਰਾਤ ਕੋ ਕਿ ਸੈਲਿਸ਼ ਅਗਰ ਤੁਮਨੇ ਕੇਕ ਕੱਟ ਵਾਲੀ ਵੀਡੀਓ ਨਹੀਂ ਦੇਖੀ ਹੈ ਤੋ ਦੇਖ ਲੋ ਕੱਲ ਰਾਤ ਕੀ ਸਟ੍ਰੀਮ ਮੇ ਮੈਨੇ ਨਹੀਂ ਕੱਲ ਸਵੇਰ ਕੀ ਸਟ੍ਰੀਮ ਮੇ ਮੈਨੇ ਕੇਕ ਕੱਟ ਕੀਆ ਹੈ ਉਹ ਵੀ ਮੇਰੇ ਫਾਦਰ ਸਾਹਿਬ ਨੇ ਕੀਆ ਦੇਖੋ ਚੈੱਕ ਕਰੋ ਪਤਾ ਨਹੀਂ ਪਰਵਾ ਟਾਈਮ ਹੀ ਵਡਾਉ ਲਈ ਲੰਘਣ ਦਿਆ ਗੁਰੂ ਉਧਰੇ ਕਿਸ ਤਰ੍ਹਾਂ ਦਾ ਟਾਈਮ ਲੰਘਣ ਦਿਆ ਇੱਕ ਮਿੰਟ ਪਿਆ ਜੇ ਪੂਰਾ ਇੱਕ ਮਿੰਟ ਭਾਈ ਰੀਕੋਲ ਪਹਿਲਾਂ ਬੰਦ ਹੋਇਆ ਨਾ ਟਾਈਮ ਚੱਲੂਗੇ ਤੋਂ ਬਾਅਦ ਪਤਾ ਨਹੀਂ ਇਹ ਤਾਂ ਹੁਣ ਹੋਏਗਾ ਤਾਂ ਪਤਾ ਲੱਗੂਗਾ ਏ ਪ੍ਰਭੂ ਟਾਈਮ ਚੱਲੂਗਾ
ਯਾਰ ਮੈਨੂੰ ਨਾ ਗੱਲ ਸਮਝ ਲੱਗੀ ਯਾਰ ਨਹੀਂ ਹੋਣਾ ਰੀਕਲ ਓਏ ਲੋਡ ਨਹੀਂ ਹੁੰਦੀ ਟਾਈਮ ਦੀ ਉਦੋਂ ਬੜੀ ਜਿਹੀ ਭਾਜਦਾ ਟਾਈਮ ਭਾਜੀ ਇੱਕ ਆ ਡੇਢ ਮਿੰਟ ਤੱਕ ਹੋਣਾ ਰੀਕਲ ਬੰਦ ਲੋਡ ਟਾਈਮ ਦੀ ਹੁੰਦੀ ਨਹੀਂ ਉਦੋਂ ਟਾਈਮ ਨਹੀਂ ਬੰਦ ਹੁੰਦਾ ਉਹਦਾ ਟਾਈਮ ਬੜੀ ਜਿਹੀ ਲੰਘਦਾ ਜੋ ਕਹਿੰਦੇ ਟਾਈਮ ਛੇਤੀ ਲੰਘੇ ਲੰਘੇ ਉਦੋਂ ਟਾਈਮ ਲੰਘਦਾ ਨਹੀਂ ਛੇਤੀ ਕਹਿੰਦਾ ਹੀ ਆ ਫਿਰ ਇਹੀ ਤਾਂ ਮਾਇਆ ਜਾਲ ਹੈ ਰੱਬ ਨੂੰ ਪਤਾ ਹੈ ਇਹਨਾਂ ਕੀ ਧੱਕਾ ਕਰਨਾ ਮਾਇਆ ਜਾਲ ਇਸ ਕੋ ਹੀ ਬੋਲਦੇ ਹਨ ਚਲੋ ਪੋਲਾ ਲੱਗੇ ਚਲ ਜਾ ਤੁਸੀਂ ਮਾਇਆ ਜਾਲ ਵਾਂ ਲੱਗਾ ਜੀ ਭਾਈਓ ਭਾਈ ਉੱਤੇ ਬਹਿ ਜਾਓ ਤੇ ਉੱਤੇ ਬਹਿ ਜਾਓ ਉਡਾਨ ਦੇ ਥੱਲੇ ਲੱਗਣਗੇ ਪੋਲਾ ਓ ਡੈਵਲਾ ਦੇ ਨਾਲ ਨਾ ਤੂੰ ਖੇਡ ਨਾ ਕਰੋ ਤੈਨੂੰ ਕੀ ਲੱਗਦਾ ਕਿ ਲੱਗ ਜਾਣਗੇ ਦੁਬਾਰਾ ਉੱਥੇ ਪਾਰ ਬਲਾਂਡੇ ਕਿਤੇ ਨਹੀਂ ਲੱਗਣੀਆਂ ਬੋਲਾ ਹੁਣ ਉਹਦਾ ਉਲਝੇ ਬੈਠੇ ਬੰਦੇ ਦੇਖ ਲੈ ਕਿੰਨੇ ਕਰੇ ਕਿ ਭਾਈ ਪਾਵਰ ਲਾ ਲਓ ਮੈਂ ਚਲੋ ਕੋਈ ਨਹੀਂ ਉਹ ਛੱਡੋ ਸੜੀ ਪਾਵਰ ਕੋ ਪਾਵਰ ਪ੍ਰਭੂ ਬਣਾ ਲੈ ਹਮਕੋ ਗੁੱਡ ਲੱਕ ਮੇਟ ਗੁੱਡ ਲੱਕ ਮੇਟ ਬਣਾ ਲੈ ਹਮਕੋ ਬਣਾ ਲੈ ਤੁਹਾਡੀ ਲੋੜ ਹੈ ਹਮੇ ਗੁੱਡ ਲੱਕ ਮੇਟ ਸਈਆ ਜੀ ਥੈਂਕ ਯੂ ਇੱਥੇ ਗੇਲ ਦੀ ਜਦੋਂ ਨਾ ਮੈਨੂੰ ਗੇਲ ਦੀ ਯਾਦ ਆ ਰਹੀ ਆ ਚੰਗੀ ਪਲੀ ਰਿਵਾਈਵ ਆ ਗਈ ਸੀ ਕੋਈ ਨਹੀਂ ਮੰਗਿਆ ਗਾ ਤਾਂ ਸੀ ਉਹਨੇ ਗੇਲ ਨੇ ਉਹਨੇ ਸਪਲਾਈ ਕ੍ਰੇਟ ਮੰਗਾ ਲਈ ਯਾਰ ਹਮੇ ਬਲਾ ਲੋ ਆਈ ਭਾਈ ਨਹੀਂ ਤੇ ਟ੍ਰੈਂਥਨ ਕੀ ਆਈ ਹੈ ਭਾਈ ਭਾਈ ਕਰ ਤਾ ਤੂੰ ਨਾ ਇਹ ਜੋਨ ਤੇ ਮਾਰਨਾ ਜੋਨ ਤੋਂ ਬਾਹਰ ਗਏ ਨਹੀਂ ਬੰਦੇ ਮਿਲੇ ਨੇ ਭਾਈ ਹੱਥ ਫਾੜ ਕੇ ਉਹਨਾਂ ਥੱਲੇ ਗਿਰ ਜਾਓ ਸਾਹ ਚੜ ਗਿਆ ਹੁਣ ਕੁੰਡੀ ਲਗਾ ਲੋ ਸਈਆ ਤੁਮਕੋ ਪਿਕਚਰ ਦਿਖਾਤੀ ਮੈਂ ਘੁਮਜਵਾ ਲਾ ਕੇ ਦਿਖਾ ਦੋ ਚੱਲ ਪਾਵਾਂ ਨੂੰ ਪਾਵਰ ਲਾ ਦੋ ਉਹਦੇ ਉੱਪਰ ਬਜੋ 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 ਉੱਪਰ ਸੜਕ ਤੇ ਜੱਟ ਜੀ ਮੈਂ ਮਰ ਗਿਆ ਨਾ ਦੇਖੀ ਸੀ ਉਹ ਦਰੇ ਦੀ ਕਰ ਗਿਆ ਲਾ ਲੋ ਦੂਈ ਲਾਓ ਥੈਲੀ ਰਾਈਟ ਤੋਂ ਬੰਦਾ ਆ ਰਿਹਾ ਵਧੀਆ ਗਾਈ ਤੇ ਲਾਈਕ ਕਰ ਲੋ ਬਈ ਸਾਰੇ ਭਰਾ ਯਾਰ 61 ਲਾਈਕ ਹੋਇਆ ਜਿਹੜੇ ਵੀਰ ਨੇ ਲਾਈਕ ਨਹੀਂ ਕੀਤਾ ਕਰ ਲਿਓ ਓ ਡੈਵਲਾਂ ਦੇ ਨਾਲ ਨਾ ਤੂੰ ਖੇਡ ਨਾ ਕਰੋ ਵਾਰਦਾਤ ਹੁੰਦੀ ਦਾ ਪਤਾ ਨਹੀਂ ਲੱਗਣਾ ਲੋਬੀ ਤਾਂ ਖਤਰਨਾਕ ਬਣਾਈ ਹੋਈ ਹੈ ਚਿਕਨ ਉਹ ਕਿਆ ਨਿਕਲਣਾ ਕਿੰਨੇ ਬਣਾਈ ਇਹਨੇ ਰਾਜਵੀਰ ਨੇ ਜਸਪ੍ਰੀਤ ਭੱਟੀ ਹੈਲੋ ਜਸਪ੍ਰੀਤ ਭਾਈ ਬੋਲੀ ਕੀ ਹਾਲ ਚਾਲ ਨੇ ਬ੍ਰੋ ਸਤਿ ਸ਼੍ਰੀ ਅਕਾਲ ਭਾਜੀ ਲੇਬੀ ਹੁਣ ਪਹਿਲਾਂ ਵੀ ਇਦਾਂ ਹੀ ਕਿਹਾ ਸੀ ਜਦੋਂ ਕਹਿਤਾ ਉਹ ਖਤਮ ਆ ਪਹਿਲਾਂ ਵੀ ਮਰਦੇ ਆ ਆਪਾਂ ਜਾ ਕੇ ਚੁੱਪ ਕਰਦੇ ਹੁਣ ਮੈਂ ਦੇਖ ਦੇਖੀ ਜਾਂਦੇ ਹੁਣ ਬਾਨਾ ਕਰ ਮੈਨੇ 2 ਲਾਈਕ ਕੀਏ ਗੱਲੀ ਕਰਨਾ ਤੇ ਮੈਂ ਤੇ This is a simulation game set in a virtual world and does not represent real life. Please play and I made the top 3 just now and play responsibly. I made the top 3 just now. ਚਲੋ ਦੇਖਦੇ ਆ ਆਸਮ ਖਤਮ ਆ ਬਸ ਲੇਵੀ ਕਿਤਾ ਖਤਮ ਆ ਚਲੋ ਖੇਡਣਾ ਹੀ ਜਿਹੜੇ ਆ ਗਏ ਨਾ ਮੈਂ ਕਾ ਕਹਿਤਾ ਆਪਾਂ ਕਿੰਨੇ 4 ਆ ਨਾ ਆਪਾਂ ਹਾਂ 4 47 ਬੰਦੇ ਆਉਣਗੇ ਨਾ ਭਾਜੀ 47 ਚੋਂ 15 ਬੋਤ ਜਿਹੜੇ 30 ਬੰਦੇ ਆਏ ਆ ਭਾਜੀ ਇਹਨਾਂ ਨੇ ਮੁੜ ਕੇ ਲੀਵ ਵੀ ਨਹੀਂ ਲਾਉਣਾ ਪੱਕੀ ਗੱਲ ਆ ਗੰਦੀ ਮੌਤ ਮਾਰ ਖਤਮ ਆ ਖਤਮ ਚਲੋ ਦੇਖਦੇ ਆ ਬਸ ਲੈਟਸ ਸੀ ਲਾਈਕ ਕਰ ਲਓ ਬਈ ਸਾਰੇ ਭਰਾ ਯਾਰ ਤੁਮਕੋ ਪਿਕਚਰ ਦਿਖਾਤੀ ਮੈਂ ਹਾਂ ਕੋ ਸਾਹਿਬ ਦਾ ਮੈਕ ਬੰਦ ਉਹ ਕੋ ਸਾਹਿਬ ਦੂਜੇ ਕੋ ਸਾਹਿਬ ਨੂੰ ਕਹਿੰਦਾ ਮੈਂ ਮਾੜਾ ਜਾ ਕੋ ਸਾਹਿਬ ਆਪ ਅੱਗੇ ਹੋਏ ਨੇ ਕਹਿੰਦੇ ਛਾਤੀ ਦੀ ਗੋਲੀਆਂ ਖਾਣ ਲਈ ਕਹਿੰਦੇ ਕੋ ਸਾਹਿਬ ਉਹ ਮੈਂ ਰਾਤ ਨੂੰ ਨਹੀਂ ਕਰਦਾ ਕੋ ਸਾਹਿਬ ਹਾਂ ਮਾ ਮੇਰੀ ਗੱਲ ਸੁਣ ਲਾ ਖਤਮ ਕਰਨੀ ਲੋ ਵੀ ਆਪਾਂ ਦੋਨਾਂ ਨੇ ਠੀਕ ਠੀਕ ਪਾੜ ਨਹੀਂ ਆਇਆ ਕਹਿੰਦੀ ਆ ਨਾ ਹੈਕਰ ਹੈਕਰ ਲਾਈਵ ਚ ਇਹਨੂੰ ਦਿਖਾ ਦੇ ਕਾ ਐ ਖੇਡੇ ਕਰਦੇ ਆ ਫਿਰ ਉਹਨਾਂ ਨੇ ਇਹਨਾਂ ਕਿਹੜਾ ਜੌਡ ਔਰ ਵੋਟ ਬਸ ਇਹ ਬੋਲਣਾ ਹੈ ਲੈਟਸ ਗੋ ਆ ਵੀ ਪਰ ਜਿਹੜਾ ਆ ਵੀ ਆਇਆ ਨਾ ਕਿਹੜੇ ਯਾਰ ਨਾ ਮੱਕਾ ਨਾ ਮਾਰ ਦੇਣਾ ਭਾਈ ਦੇਖ ਚੱਕ ਬਸ ਉੱਪਰ ਹੋ ਬਸ ਹੁਣ
ਲੋਬੀ ਦਾ ਖਤਮ ਹੈ ਇਹ ਮਤ ਤੁਸੀਂ ਹੋਰ ਕੁਝ ਨਹੀਂ ਸੋਚਣਾ ਬਾਂਚੇ ਲੋਬੀ ਖਤਮ ਬਸ ਮੈਂ ਤਾਂ ਕਹਿੰਦਾ ਰੋਗੀ ਬਸ ਐਨ ਫੋਲੋ ਨਾ ਕਰਿਓ ਆ ਕਰਦਾ ਕੋਲ ਸਾਹਿਬ ਨੇ ਉਹੀ ਕੰਮ ਮੈਂ ਨਹੀਂ ਕਰਦਾ ਜੇ ਮਰ ਗਿਆ ਦੇਖੀ ਆ ਤੂੰ ਕਰਨੀ ਮੈਂ ਵੀ ਗਨ ਦੇ ਦੋ ਮਾਰਕ ਦ ਲੋਕੇਸ਼ਨ ਓਪਨ ਕਰ ਲਾ ਮੇਰੇ ਕੋਲ ਗਨ ਆ ਗਈ ਓਏ ਆ ਗਈ ਜੀ ਮੈਂ ਨੀ ਅੱਗੇ ਜਾਣਾ ਬਾਈ ਮੈਂ ਅੱਗੇ ਨੀ ਜਾਣਾ ਦਿਮਾਗ ਖਰਾਬ ਕਰਦਾ ਬੜੀ ਬੰਦੇ ਨੇ ਯਾਰ ਤੂੰ ਨਹੀਂ ਕੈਪਰ ਮਾਰ ਗਿਆ ਇਧਰਲਾ ਬੰਦੇ ਨੂੰ ਕਵਰ ਦੇ ਦੋ ਕਵਰ ਕਵਰ ਚ ਆ ਟੈਨਸ਼ਨ ਲੈ ਭਾਈ ਕੋਈ ਨਹੀਂ ਕਵਰ ਪੂਰੇ ਕਰ ਉਹ ਆ ਗਿਆ ਸਾਹਮਣੇ ਤੇ ਚਲਾ ਕੋ ਲਾਂਗੇ ਲੋ ਵੀ ਹੋ ਗਿਆ ਚੱਕ ਲੀ ਕਿਆ ਉਹ ਦਰਖਤ ਲੱਗ ਗਿਆ ਟਕੜਨ ਮੈਂ ਚੱਕਣ ਨੂੰ ਥੈਂਕ ਯੂ ਭਾਈ ਆ ਖਤਮ ਕਰਨਾ ਪਹਿਲਾਂ ਵੇਟ ਕਰੀ ਹੈਲਥ ਕਰਾਂ ਮੈਂ ਪਾੜ ਦੂੰ ਸੜੇ ਨੂੰ ਮੋੜ ਚੱਕਣੇ ਦੇ ਆ ਐ ਨਹੀਂ ਦੇਖੇ ਕਰਦੇ ਪਤਾ ਹੀ ਸਦਾਈ ਆ ਮੇਰਾ ਪਰ ਆ ਜਾ ਆਈ ਗਾਟ ਸਪਲਾਈਜ਼ ਓਏ ਨੇੜੇ ਆਇਆ ਤੇ ਉਹਦੀ ਗੱਲ ਕਰ ਕਿਤੇ ਬੇਟਾ ਥੋੜਾ ਟਾਈਗਰ ਜਾ ਮਾਰਨਾ ਹੈ ਭਾਜੀ ਮੇਰੇ ਕੋਲ ਕੰਮ ਤੋਂ ਦਰਾ ਦੋ ਹਏ ਮੈਨੂੰ ਪਤਾ ਸੀ ਮੈਨੂੰ ਪਤਾ ਹੀ ਪੈਣੀ ਆ ਮੈਨੂੰ ਪਤਾ ਹੀ ਮੈਂ ਦੇਖ ਰਿਹਾ ਹੀ ਬੰਦੇ ਵਾਲੀ ਪਤਾ ਹੀ ਮੈਨੂੰ ਪੈਣੀ ਆ ਬਾਕਸ ਓਪਨ ਕਰਨ ਦੇ ਯਾਰ ਮੈਂ ਮੇਰੇ ਕੋਲ ਕਿੱਥੇ ਆ ਯਾਰ ਮੈਂ ਨੌਕ ਕੀਤਾ ਭਾਈ ਉੱਪਰ ਕਾਹਦੇ ਜਾ ਰਹੇ ਆ पहले से आप मुझे मुझसे और मैं तुमसे बात नहीं करूंगा बाय खुदा हाफिज अपन टेंशन ना कर तू उंदी गल कर शॉटगन प्लेयर दी ये बंदा अपने आगे भाई आए ऊपर बंदा आ रहा अपने से फिर इकट्ठे कदे रह रहे हैं तू हेल्प वो आगे तेरे पीछे आ गया एक बंदा इनु मार इनु मार help pae nuwa gadi ganna aa dbs yaar jehde apan do pehla mar gaye na jehde do pehla mar gaye bahut thi lobby khatam ho gayi crap grass aajo bande aise sad de papai apan kand khedde main tin kill kad ke aaya dekh la oda pata nahi sab kadi ganni maar ke mere kill chori ho gaye 2000 ਉਹ ਤੇਰਾ ਕੋਈ ਨਹੀਂ ਅਗਲੇ ਮੈਚ ਕਰਾ ਦਾਂਗੇ ਭਾਜੀ ਨੇ ਮੇਰਾ ਇੱਕ ਗਿਲਟ ਖੋ ਲਿਆ ਯਾਰ ਆਪਣੇ ਕਿੰਨੇ ਖੋਇਆ ਮੇਰਾ ਗਿਲਟ ਗੱਲਾਂ ਕਰੀ ਜਾਂਦੇ ਇਧਰ ਆਓ ਪਹਿਲਾਂ ਆ ਗਏ ਹੋ ਗਿਆ ਬੰਦੇ ਦੋ ਨੇ ਕਿੱਥੇ ਬੰਦੇ ਆ ਹੋਰ ਕੀ ਕ੍ਰੈਬ ਗ੍ਰਾਸ ਬੋਲ ਤੇ ਰਿਹਾ ਮੈਂ ਕਿੱਥੇ ਆ ਬੰਦੇ ਮਾਰ ਕਿੱਥੇ ਬੰਦੇ ਮਾਰ ਕੇ ਤੇ ਲਾ ਦੋ ਮੇਰੇ ਤੇ ਆ ਅਰਸ਼ ਕੋਲ ਆ ਤੇ ਆ ਆ ਤੁਹਾਨੂੰ ਕੀ ਕਹਿਆ ਸੀ ਆ ਵੀ ਉਹ ਵੀ ਦਾ ਆਨੇ ਆ ਜਿੱਦਾਂ ਉਹ ਚੱਲੇ ਬੰਦਾ ਇੱਧਰ ਇੱਧਰ ਵਾਚ ਆਊਟ ਆ ਜੀ ਬੰਦ ਲਿਆ ਮੈਂ ਪੂਰਾ ਖਾਏਗਾ ਜਾਨ ਮੇਰੇ ਕੋਲ ਆ ਜੋ ਅਰਸ਼ ਭਾਈ ਮਾਰ ਨਾਈਸ ਵਨ ਅਰਸ਼ ਛਾਕਰੀ ਅੰਦਰ ਜੱਟ ਅੰਦਰ ਹੀ ਅੰਦਰ ਹੀ ਹੈ ਗੁੱਡ ਯਾਰ ਬਸ ਗੁੱਡ ਯਾਰ ਇੱਕ ਹੋਰ ਬੰਦਾ ਪਿੱਛੇ ਆ ਰਿਹਾ ਉਹ ਭਾਈ ਉਹ ਬਈ ਮਾਰੇ ਨੂੰ ਉਮੀ ਪੂਰੇ ਖਾਏਗਾ ਜਿਵੇਂ ਮੈਂ ਕਿਹਾ ਮੈਂ ਦੇਦਾ ਕਰ ਵਾਲਾ ਉਹ ਮੈਂ ਵੀ ਉੱਥੇ ਆ ਕੇ ਖੜ ਗਿਆ ਜਿੱਥੇ ਉਹ ਬੰਦੇ ਥੈਂਕ ਯੂ ਐ ਅਸੀਂ ਮਰੇ ਉੱਥੇ ਇੱਕ ਰਿਵਾਈਵ ਦੇ ਰਿਹਾ ਬਾਬਾ ਜੀ ਰਿਵਾਈਵ ਛੱਡੋ ਇਧਰ ਸਾਡਾ ਕੁੰਡਾ ਹੋ ਗਿਆ ਹੀਗਾ ਹੋ ਗਿਆ ਭਾਈ ਬਹੁਤ ਭਾਈ ਨੇ ਮੈਨੂੰ ਦੱਸਤਾ ਕਿ ਇੱਥੇ ਹੀ ਬੈਠਾ
ਉਹ ਮੈਂ ਉੱਥੇ ਜਾ ਕੇ ਮੈਂ ਖੜ ਗਿਆ ਜਿੱਥੇ ਬੰਦੇ ਰਵਾਈ ਦੱਸ ਤੇ ਰਿਹਾ ਵੀ ਉੱਥੇ ਬੰਦੇ ਨਾਲ ਹੀ ਆ ਭਾਈ ਤੂੰ ਮਾਰ ਦੇ ਨਾ ਹੁਣ ਯਾਰ ਫ੍ਰੀ ਫਾਇਰ ਚ ਰੁਕ ਜਾ ਜਾਵਾਂਗੇ ਰੁਕ ਜਾ ਭਾਜੀ ਹੈਲਪ ਕਰ ਲੈਂਦੇ ਮੈਨੂੰ ਉਹੀ ਮਾਰਿਆ ਭਾਜੀ ਆਪਣੀ ਉਹ ਵੀ ਹੋਣੀ ਜਿਹਨਾਂ ਦੀ ਗੱਲ ਕਰੀ ਸੀ ਆਪਾਂ ਨੇ ਬਾਲੇ ਤੱਤੇ ਆ ਆਪਾਂ ਇਹ ਵੀ ਭਾਜੀ ਖਤਮ ਹੀ ਆ ਮੇਰੇ ਹਿਸਾਬ ਨਾਲ ਤਾਂ ਦੇਖੋ ਇਹਨਾਂ ਨੂੰ ਭਾਜੀ ਖੇਡ ਲੈਂਦੇ ਥੋੜਾ ਜਿਹਾ ਹੋਰ ਚਿਰ ਫਿਰ ਤਾਂ ਉਦਾਂ ਦਾ ਖਤਮ ਹੀ ਆ ਇਹ ਬੋਲਣ ਲੱਭ ਲਿਓ ਤੁਸੀਂ ਰੁਕ ਜਾਓ ਭਾਈ ਤੇ ਸੈਂਸੀ ਬਣਾਓ ਐਚ ਯਾਰ ਯਾਰ ਮੈਨੂੰ ਨਹੀਂ ਸੈਂਸੀ ਬਣਾਉਣੀ ਆਉਂਦੀ ਗਲੋਬਲ ਦੀ ਕਿਦਾਂ ਬਣਾਈ ਹੋਈ ਬਣਾ ਦੀ ਸੀ ਭਾਜੀ ਨਹੀਂ ਕਰਦਾ ਕੁਛ ਚੱਕਤਾ ਖਤਮ ਹੋਰ ਕੀ ਦੋ ਹੀ ਬੰਦੇ ਸੀ ਚੱਲ ਬੋਲਾ ਲੱਭੀ ਯਾਰ ਬੋਲਾ ਅੱਛਾ ਲੱਭਣੀ ਆ ਹਲੇ ਮੈਨੂੰ ਤਾਂ ਲੱਗੇ ਲਾਉਣੀ ਯਾਰ ਨਾ ਨਾ ਲੱਭਣੀ ਆ ਜੇ ਲਾਈਕ ਕਰ ਲਓ ਗਾਇਸ 70 ਲਾਈਕ ਪੂਰੇ ਕਰਾ ਦਿਓ ਬਾਈ ਯਾਰ ਇਹਨਾਂ ਨੂੰ ਲੱਗਦਾ ਕਿ ਨਿਆਣੇ ਖੇਡ ਰਹੇ ਅੱਗੇ ਜੱਕਦੇ ਵਿਚਾਰੀ ਨੇ ਬਚਾਇਆ ਨਾ ਉਹ ਡੈਵਲਾਂ ਦੇ ਨਾਲ ਨਾ ਤੂੰ ਖੇਡ ਨਾ ਕਰੋ ਮਾਰਨਾ ਤਾਂ ਆਪਣੇ ਬੈਂਡ ਤੇ ਵੀ ਨਹੀਂ ਤਾਂ ਥੋੜੀ ਜਿਹੀ ਆਪਾਂ ਤੇ ਹੋ ਗਿਆ ਕੰਮ ਜਾ ਆਪਣੇ ਚੱਲ ਜੱਟ ਆ ਯਾਰ ਚਲੋ ਓਏ ਰੂਮ ਲਾਉਣੇ ਇੱਕ ਆਪਾਂ ਓਏ ਜੱਟ ਆ ਮੈਚ ਤੋਂ ਬਾਅਦ ਲਾ ਲਾ ਰੂਮ ਮੈਂ ਜਾ ਰਿਹਾ ਠੀਕ ਹੈ ਭਾਈ ਵੇਖਣਗੇ ਮੈਚ ਦੇ ਬਾਅਦ ਰੀਅਲ ਆ ਭਾਜੀ ਸ਼ਿਕਾਰ ਮੈਨੂੰ ਰੀਅਲ ਲੱਗਦਾ ਯਾਰ ਆਪਾਂ ਰੀਕਾਲ ਕਰ ਲਈਏ ਭਾਈ ਇਹਨਾਂ ਨੂੰ ਯਾਰ ਚਲੋ ਫਿਰ ਆ ਜਾਓ ਬੋਟ ਆ ਹਾਂ ਹਾਂ ਛੱਡ ਆ ਜਾ ਮੈਡੀਸਿਨ ਲੈ ਜਾ ਉੱਥੇ ਬੋਲਾ ਮਿਲਣੀ ਆ ਉੱਥੇ ਲੈ ਜਾ ਜਪਨੂਰ ਬਰਾ ਬਜਾਜ ਹੈਲੋ ਹੈਲੋ ਭਾਈ ਹੈਲੋ ਜਪਨੂਰ ਕੀ ਲੇਕਿਨ ਇੱਧਰ ਚੱਲਦੇ ਆ ਪਿੱਛੇ ਲੈ ਜਾ ਜਿੱਥੇ ਮਰਜ਼ੀ ਲੈ ਜਾ ਚਲੋ ਫਿਰ ਮਾਰਨਾ ਤਾਂ ਹੈਗਾ ਹੀ ਆ ਸਵਾਰ ਕੇ ਮਾਰ ਦੇ ਯਾਰ ਕਿੰਨੀਆਂ ਇੱਥੇ ਬੋਲਾਂ ਹੁੰਦੇ ਭਾਈ ਜਿੱਥੇ ਪਾਏ ਇੱਥੇ ਬੋਲਾਂ ਹੁੰਦੇ ਦੇਖੋ ਤਿੰਨ ਬੋਲਾਂ ਚਾਰ ਚਾਹੀਦੀ ਆਪਾਂ ਨੂੰ ਆਈ ਥਿੰਕ ਚਾਰ ਹੀ ਆ ਇੱਕ ਉਹਦੇ ਪਕਸੇ ਜੀ ਹੁੰਦੀ ਆ ਜਿੱਥੇ ਰੀਕਲ ਹੁੰਦਾ ਲੱਭੋ ਤੁਸੀਂ ਮੈਂ ਜਾ ਕੇ ਰੀਕਲ ਦੇਖਦਾ ਆ ਇਹ ਅਗਲੇ ਘਰਾਂ ਚ ਵੇਖ ਲੈ ਇੱਥੇ ਘਰਾਂ ਚ ਇੱਕ ਬਾਲ ਹੋ ਗਈ ਓਏ ਹੈਗੀ ਆ ਹੋ ਗਾ ਹਾਂ ਬਈ ਉਹ ਤੇਰੀ ਭੈਣ ਯਾਰ ਹੋਰ ਇੱਥੇ ਦਿਖ ਨਹੀਂ ਰਹੀ ਯਾਰ ਇੱਕ ਮਿੰਟ ਉਹ ਤੇ ਜਾਵਾਂ ਕੋਈ ਨਹੀਂ ਤੁਸੀਂ ਰੀਕਾਲ ਹੋ ਜਾਣਾ ਕਿੱਥੇ ਬੋਲਾਂ ਲੱਗੀਆਂ ਮਾਮਾ ਬੰਦੇ ਵੇਖ ਲੈ ਕਿੱਥੇ ਰਹਿ ਗਏ ਉਹੀ ਟਾਈਮ ਹੋਇਆ ਆਪਣਾ ਚੱਲੀਏ ਭਾਜੀ ਫਿਰ ਓਕੇ ਮੈਂ ਜਾ ਰਿਹਾ ਮੰਗਾ ਲਓ ਨਾ ਜ਼ਿਆਦਾ ਮੁੰਡਾ ਜਾ ਰਿਹਾ ਮੈਂ ਮੰਗਾ ਲਿਆ ਸ਼ਾਇਦ ਉਹਨਾਂ ਨੇ ਕੀ ਮੰਗਾਇਆ ਫਾਇਰ ਫੂਰ ਕਰ ਦੋ ਉਹਨਾਂ ਨੂੰ ਨਹੀਂ ਉਹਨੇ ਮਗਾ ਲਿਆ ਯਾਰ ਰਿਵਾਈਵ ਟੀਮੇਟ ਕੀਤੇ ਯਾਰ ਨਾ ਕਰਾਉਂਦਾ ਮੈਂ ਰਿਵਾਈਵ ਟੀਮੇਟ ਦੇ ਦੂੰਗਾ ਸਾਡੇ ਉਹ ਕਿਸ ਮਸਾਂ ਦੀ ਭਰਾਵਾ ਨਾ ਹੁੰਦਾ ਫੜਿਆ ਓਏ ਬਸ ਭਈਏ ਡੇ ਗੰਦੇ ਆ ਨਾ ਪ੍ਰੈਸ ਤੋਂ ਬਗੈਰ ਚਲਾ ਗਿਆ ਵਹੀ ਜਲਦੀ ਹੱਟ ਪੋ ਪੈਂਦਾ ਗੇ ਚੱਲ ਓਪੀ ਯਾਰ ਭਾਈ ਕਲਿੱਪ ਬਣ ਗਈ ਇਹ 1v3 ਕੇ 4 ਹੋਏ ਦੱਸੋ ਬਸ ਮੈਨੂੰ ਬਸ ਹੈਲੋ ਯਵਦੀਪ ਕੀ ਹਾਲ ਚਾਲ ਬਾਈ 4 ਹੋਇਆ 4 ਨਾ 3 1v3 ਹੋਇਆ ਨਾ 1v3 ਹੋਇਆ ਭਾਈ ਥਿਸ ਇਜ਼ ਕਾਲਡ 1v3 ਹੈ ਨਹੀਂ 6 ਹੈਗਾ ਮੇਤੋਂ ਬੋਲ ਚਾਹੀਦੇ ਇੱਕ ਹੁਣ ਕਿੱਥੇ ਰੀਕਲ ਹੋਣਾ ਕਿ
अंदर आओ देख लिया देखा देना गए वो हैगा भाई यार awesome. गया नहीं वो हैगा बंदा उठ ही गया पक्की गल है एमजी वाला आ रहे बंदा आ रहे अरे जट मेरे यार अरे भाई पूरा फिनिश दे रहा यार जट कुछ तो ਪ੍ਰੀ ਫਾਇਰ ਤੇ ਦੇ ਯਾਰ ਤੂੰ ਪ੍ਰੀ ਫਾਇਰ ਤੇ ਦੇ ਬੰਦੇ ਤੇ ਘੁੰਮੀ ਜਾਂਦਾ ਵਾ ਮੂਵਮੈਂਟ ਦੇ ਜਾਂਦਾ ਭਾਈ ਦੋ ਗਿਲ ਤੁਹਾਡੇ ਤੇ ਕੀਤੇ ਉਹਨੇ ਤੁਹਾਡੇ ਕਿਹੜੇ ਤੱਕੇ ਦੋ ਉਹਨੇ ਨਾ ਹੀ ਨੋ ਪਤਾ ਮੈਨੂੰ ਪਿੱਛੋਂ ਕਿਲ ਚੱਕ ਗਿਆ ਬੰਦਾ ਕੀ ਸੀ ਨਾ ਚਲੋ ਜੋ ਵੀ ਸੀ ਲੈ ਵੀ ਬਸ ਬਹੁਤ ਹੋ ਗਿਆ ਹੁਣ एक्सट्रैक्शन दो बस ओके मैं चला बंद कर दूं 3 बज गए फिर मिलते हैं ठीक है फिर मिलेंगे ओके टेक केयर और भी मित्र प्यारे हो किदा सारे दा कीता किवें आ बाय वीरे हां जी बस जा रहा मैं भी सर जी फेज सेट नहीं पीसी हो रहा बाकी मैं इफेक्ट ठीक करते हैं एचडी में दवा यार सही करके दिया करो ठीक इन्ने खास जे लगे नहीं मैनू जिदा कह लो टाइम पास ही किया भाई मैं तो ना लाया है देख लो चेक कर लो होर फिर किदा सारे चलिए फिर यार 3 बज गए काम कुम भी करने शॉर्ट वीडियो अपलोड करनी है यार नाले 2 दिन हो गए शॉर्ट वीडियो नहीं कोई आई वो भी करा तो रात में मिलेंगे है ना हुण चलिए चलो टेक केयर फिर सारे नू लव यू हो गया सारे ना